ਸੋ ਹੰਦੂ ਤੋਂ ਸਤਿ ਸ਼੍ਰੀ ਅਕਾਲ ਜੀ ਮੈਂ ਰਮਨਦੀਪ ਸੀ ਇੱਕ ਵਾਰ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਚਿਊਟ ਤੇ ਸੋ ਸਵਾਗਤ ਕਰਦਾ ਹਾਂ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਦੇ ਉੱਤੇ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ ਦੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈੱਲ ਆਈਕਨ ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਆਉਣ ਵਾਲੇ ਲੇਟੈਸਟ ਵੀਡੀਓ ਜਿਹੜੀ ਉਹ ਸਭ ਤੋਂ ਪਹਿਲਾਂ ਮਿਲ ਰਹੀ ਸੋ ਅੱਜ ਦੀ ਇਸ ਕਲਾਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਜੀ ਮੈਪ ਆਫ ਪੰਜਾਬ ਸੋ ਪੰਜਾਬ ਦੇ ਹਰ ਇੱਕ ਪੱਖ ਤੋਂ ਜੋ ਮੈਪ ਦੇ ਵਿੱਚ ਇਨਕਲੂਡ ਹੁੰ ਸੋ ਕਾਫੀ ਸਾਰੇ ਪੁਆਇੰਟਸ ਲੈਣਗੇ ਸੋ ਬੜੇ ਧਿਆਨ ਦੇ ਨਾਲ ਤੁਸੀਂ ਜਿਹੜਾ ਇਹਨਾਂ ਨੂੰ ਨੋਟ ਕਰ ਲੈਣਾ ਹੈ ਸੋ ਪੀਡੀਐਫ ਦੇ ਵਿੱਚ ਅਵੇਲੇਬਲ ਨਹੀਂ ਹੋਣਾ ਹੈ ਕਿਉਂਕਿ ਸੋ ਸਾਰੀ ਰਾਈਟਿੰਗ ਰਹੂਗਾ ਕਿਉਂਕਿ ਮੈਂ ਆਪਾਂ ਸੋ ਮੈਪ ਦੇ ਬਾਰੇ ਪੂਰੀ ਆਪਾਂ ਜੋ ਰਿਡਨ ਦੇ ਵਿੱਚ ਤੁਹਾਨੂੰ ਇੱਥੇ ਲਿਖਾ ਦੇਵਾਂਗੇ ਜੋ ਤੁਹਾਨੂੰ ਮਾਸਟਰ ਕੈਡਰ ਐਂਟੀਟੀ ਪੀਐਸਟਾਟ ਪਟਵਾਰੀ ਪੀਐਸਪੀਸੀਲ ਪੰਜਾਬ ਪੁਲਸ ਐਸਐਸਸੀ ਅਤੇ ਹੋਰ ਜਿੰਦੇ ਵੀ ਪੰਜਾਬ ਦੇ ਵਿੱਚ ਖਾਸ ਤੌਰ ਦੇ ਉੱਪਰ ਜਿਹੜੇ ਐਗਜ਼ਾਮ ਹੁੰਦੇ ਨੇ ਉਹਨਾਂ ਸਾਰਿਆਂ ਦੇ ਲਈ ਹੈਲਪ ਰਹੂਗਾ ਸੋ ਕੋਸ਼ਿਸ਼ ਕੀਤੀ ਗਿਆ ਕਿ ਪੰਜਾਬ ਦੇ ਹਰ ਇੱਕ ਪੱਖ ਨੂੰ ਇਹਦੇ ਵਿੱਚ ਕਵਰ ਕੀਤਾ ਗਿਆ ਹੈ ਸੋ ਪੁਰਾਣੇ ਪੰਜਾਬ ਤੋਂ ਲੈ ਕੇ ਅੱਜ ਤੱਕ ਦੇ ਪੰਜਾਬ ਦਾ ਹਰ ਇੱਕ ਫੈਕਟਰ ਇਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਜੋ ਤੁਹਾਡੇ ਸਾਰਿਆਂ ਲਈ ਬਹੁਤ ਬਹੁਤ ਜ਼ਿਆਦਾ ਹੈਲਪਫਲ ਰਹੂਗਾ ਸੋ ਵੀਡੀਓ ਨੂੰ ਲਾਈਕ ਔਰ ਸ਼ੇਅਰ ਕਰਨਾ ਤੁਸੀਂ ਨਾ ਭੁੱਲਿਆ ਕਰੋ ਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਜੋ ਤੁਹਾਨੂੰ ਆਉਣ ਵਾਲੀ ਲੇਟੈਸਟ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਉਹ ਸਭ ਤੋਂ ਪਹਿਲਾਂ ਮਿਲ ਰਿਹਾ ਹੈ ਇਸ ਤਲਾਬਾ ਕਮੈਂਟ ਸੈਸ਼ਨ ਦੇ ਵਿੱਚ ਆਪਣੇ ਸੁਝਾਅ ਜ਼ਰੂਰ ਦਿਆ ਕਰੋ ਸੋ ਜਿਸ ਤਰ੍ਹਾਂ ਦੀ ਵੀ ਤੁਹਾਨੂੰ ਕੋਈ ਨੀਡਸ ਹੁੰਦੀ ਹੈ ਤਾਂ ਉਸ ਤੇ ਅਕੋਰਡਿੰਗ ਤੁਸੀਂ ਆਪਣਾ ਮੈਸੇਜ ਜ਼ਰੂਰ ਛੱ ਸਬੰਧੀ ਜਿਹੜਾ ਹੈ ਟੌਪਿਕ ਵੀ ਤੁਹਾਨੂੰ ਤਿਆਰ ਕਰਕੇ ਦੇ ਸਕੀਏ ਓਕੇ ਸੋ ਜਿਹੜੇ ਸਟੂਡੈਂਟਸ ਥਿਉਰੀ ਕਲਾਸਸ ਜੁਆਇਨ ਕਰਨਾ ਚਾਹੁੰਦੇ ਆ ਸੋ ਇਨ ਰਮਨ ਇੰਸਟੀਟਿਊਟ ਨਾਮ ਦੀ ਜੋ ਪਲੇ ਸਟੋਰ ਤੋਂ ਐਪ ਡਾਊਨਲੋਡ ਕਰ ਸਕਦੇ ਆ ਉੱਥੇ ਤੁਹਾਨੂੰ ਇਹਨਾਂ ਕਲਾਸਾਂ ਦੀ ਪੀਡੀਐਫ ਵੀ ਜਿਹੜੀ ਆ ਉਹ ਪ੍ਰੋਵਾਈਡ ਹੋ ਜਾਵੇਗੀ ਤਾਂ ਸ਼ੁਰੂ ਕਰਦੇ ਆਂ ਜੀ ਅੱਜ ਦਾ ਸੈਸ਼ਨ ਸੋ ਪੁਰਾਣੇ ਪੰਜਾਬ ਦੀ ਗੱਲ ਕਰਾਂਗੇ ਆਪਾਂ ਸ਼ੁਰੂਆਤ ਤੋਂ ਲੈ ਕੇ ਕਿ ਕਿਸ-ਕਿਸ ਤਰੀਕੇ ਦੇ ਨਾਲ ਪੰਜਾਬ ਹੋਣ ਦੇ ਵਿੱਚ ਆਇਆ ਸੀਗਾ ਔਰ ਕੀ ਕੀ ਜਿਹੜੇ ਪੰਜਾਬ ਦੇ ਨਾਮ ਰਹੇ ਸੀਗੇ ਕੁਝ ਫੈਕਟਰ ਆਪਾਂ ਲੱਗ ਤੋਂ ਡਿਸਕਸ ਕਰਾਂਗੇ ਕੁਝ ਅਲੱਗ ਵੀਡੀਓ ਵੀ ਬਣੀਆਂ ਹੋਈਆਂ ਨੇ ਸੋ ਉਹਦੇ ਵਿੱਚ ਵੀ ਕਵਰ ਕੀਤਾ ਇਹਦੇ ਵਿੱਚ ਸਿਰਫ ਆਪਾਂ ਮੇਨ ਟਾਪਿਕ ਜਿਹੜੇ ਮੈਪ ਦੇ ਆਧਾਰ ਤੇ ਪ੍ਰਬੰਧ ਨੇ ਸੋ ਉਹਨਾਂ ਨੂੰ ਹੀ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਓਕੇ ਸੋ ਇਹ ਹੈ ਜੀ ਸਾਡਾ ਪੁਰਾਣਾ ਪੰਜਾਬ ਜਿਸ ਨੂੰ ਕਿ 올ਡ ਪੰਜਾਬ ਕਿਹਾ ਜਾਂਦਾ ਹੈ ਇਹ ਸਾਡਾ ਸਭ ਤੋਂ ਪਹਿਲਾ ਜਿਹੜਾ ਪੰਜਾਬ ਹੈ ਜੀ ਜਦੋਂ ਅਸਲ ਦੇ ਵਿੱਚ ਸਾਡਾ ਪੰਜਾਬ ਹੁੰਦਾ ਸੀਗਾ ਜਿਹਦੇ ਵਿੱਚ ਪਾਕਿਸਤਾਨ ਵੀ ਜਿਹੜਾ ਹੈ ਇਨਕਲੂਡ ਹੁੰਦਾ ਸੀਗਾ ਪੁਰਾਣੇ ਪੰਜਾਬ ਦੇ ਵਿੱਚ ਆਪਾਂ ਸ਼ੁਰੂਆਤ ਕਰ ਗਏ ਤੇ ਬਹੁਤ ਸਮੇਂ ਤੋਂ ਚੱਲਦਾ ਆਉਂਦਾ ਹੈਗਾਗਾ ਔਰ ਸਮੇਂ ਦੀ ਗੱਲ ਕਰੀਏ ਤਾਂ ਮੀਨਸ ਰਗਵੇਦਿਕ ਕਾਲ ਤੋਂ ਸਾਡਾ ਪੰਜਾਬ ਜਿਹੜਾ ਹੈ ਹੋਣ ਦੇ ਵਿੱਚ ਹੈ ਉਸੇ ਦੇ ਆਧਾਰ ਦੇ ਉੱਪਰ ਹੀ ਸਾਡੇ ਪੰਜਾਬ ਦੇ ਕਾਫੀ ਸਾਰੇ ਜਿਹੜੇ ਨਾਮ ਨੇ ਉਹ ਰੱਖੇ ਗਏ ਸੀਗੇ ਜਿਨ੍ਹਾਂ ਦੇ ਵਿੱਚੋਂ ਰਗਵੇਦਿਕ ਪੀਰੀਅਡ ਦਾ ਜਿਹੜਾ ਹੈ ਕਾਲ ਪੁੱਛ ਲੈਂਦੇ ਹੁੰਦੇ ਹੈਗੇ ਆ ਸੋ ਰਗਵੇਦਿਕ ਪੀਰੀਅਡ ਦੇ ਵਿੱਚ ਸਾਡੇ ਪੰਜਾਬ ਨੂੰ ਕੀ ਕਿਹਾ ਜਾਂਦਾ ਸੀਗਾ ਰਗਵੇਦਿਕ ਸਮਾ ਸਵਰਗਵੇਦਿਕ ਸਮੇਂ ਦੇ ਵਿੱਚ ਸਾਡੇ ਪੰਜਾਬ ਨੂੰ ਕਿਹਾ ਜਾਂਦਾ ਸੀਗਾ ਸੱਤ ਸਿੱਧੂ ਸੱਤ ਸਿੱਧੂ ਦੇ ਨਾਮ ਨਾਲ ਜਾਣਿਆ ਜਾਂਦਾ ਸੀਗਾ ਜੀ ਸਾਡੇ ਪੰਜਾਬ ਨੂੰ ਉਸ ਸੱਤ ਸਿੱਧੂ ਦੇ ਮੇਨ ਕਾਰਨ ਸੀਗਾ ਕਿ ਉਸ ਸਮੇਂ ਸਾਡੇ ਪੰਜਾਬ ਦੇ ਵਿੱਚ ਸੱਤ ਦਰਿਆ ਹੁੰਦੇ ਸੀਗੇ ਜਿਦੇ ਵਿੱਚ ਸਤਲੁਜ ਦਰਿਆ ਬਿਆਸ ਦਰਿਆ ਚਨਾਬ ਦਰਿਆ ਰਾਵੀ ਦਰਿਆ ਓਕੇ ਜੇਲਮ ਦਰਿਆ ਸਿੰਧ ਦਰਿਆ ਅਤੇ ਇੱਕ ਸਰਸਵਤੀ ਨਾਮ ਦਾ ਜਿਹੜਾ ਦਰਿਆ ਹੁੰਦਾ ਸੀ ਉਹਨੂੰ ਸ਼ਾਮਲ ਕੀਤਾ ਤੇ ਜਿਹੜਾ ਕਿ ਅੱਜ ਕੱਲ੍ਹ ਘੱਗਰ ਦਰਿਆ ਦਾ ਜਿਹੜਾ ਰੂਪ ਮੰਨਿਆ ਜਾਂਦਾ ਹੈ ਤੇ ਟੋਟਲ ਸੱਤ ਦਰਿਆ ਹੁੰਦੇ ਸੀ ਜਿਨ੍ਹਾਂ ਦੇ ਆਧਾਰ ਦੇ ਉੱਪਰ ਸਾਡੇ ਪੰਜਾਬ ਨੂੰ ਨਾਮ ਦਿੱਤਾ ਗਿਆ ਸੀਗਾ ਸੱਤ ਸਿੱਧੂ ਤੇ ਮੈਪ ਦੇ ਵਿੱਚ ਆ ਬਲੂ ਕਲਰ ਦੇ ਤੁਸੀਂ ਦੇਖ ਰਹੇ ਹੋ ਸਾਰੇ ਦੇ ਸਾਰੇ ਜਿਹੜੀਆਂ ਰਿਵਰਸ ਨੇਗੀਆਂ ਨਦੀਆਂ ਨੇ ਜਿਨ੍ਹਾਂ ਦੇ ਆਧਾਰ ਦੇ ਉੱਪਰ ਸਾਡੇ ਪੰਜਾਬ ਨੂੰ ਨਾਮ ਦਿੱਤਾ ਹੋਇਆ ਸੀਗਾ ਰਗਵੇਦਿਕ ਕਾਲ ਦੇ ਵਿੱਚ ਸੱਤ ਸਿੱਧੂ ਦੂਸਰਾ ਨਾਮ ਹੈ ਜੀ ਸਾਡੇ ਪੰਜਾਬ ਦਾ ਪੰਚਨੰਦ ओके ਇਹ ਪੰਚਨੰਦ ਸਾਡੇ ਪੰਜਾਬ ਨੂੰ ਦਿੱਤਾ ਸੀਗਾ ਜੇ ਨਾਮ ਪੁਰਾਣਾ ਤੇ ਮਹਾਕਾਵਾਂ ਦੇ ਵਿੱਚ ਪੁਰਾਣਾ ਅਤੇ ਮਹਾਕਾਵ ਦੇ ਵਿੱਚ ਸਾਡੇ ਪੰਜਾਬ ਨੂੰ ਨਾਮ ਦਿੱਤਾ ਗਿਆ ਸੀਗਾ ਜੀ ਪੰਚਨੰਦ ਪੰਚਨੰਦ ਦਾ ਵੀ ਸੇਮ ਹੀ ਭਾਵ ਸੀਗਾ ਕਿ ਪੰਜ ਦਰਿਆਵਾਂ ਦੀ ਧਰਤੀ ਉਸ ਸਮੇਂ ਪੰਜਾਬ ਦੇ ਵਿੱਚ ਪੰਜ ਦਰਿਆ ਸੀਗੇ ਜਿਦੇ ਵਿੱਚ ਜੇਲਮ ਚਨਾਬ ਰਾਵੀ ਬਿਆਸ ਤੇ ਸਤਲੁਜ ਇਹ ਪੰਜ ਦਰਿਆਵਾਂ ਨੂੰ ਮਿਲ ਕੇ ਬਣਿਆ ਹੋਇਆ ਸੀਗਾ ਸੋ ਇਸ ਆਧਾਰ ਦੇ ਉੱਪਰ ਪੰਚਨੰਦ ਕਿਹਾ ਜਾਂਦਾ ਸੀਗਾ ਇਕ ਸਾਡੇ ਪੰਜਾਬ ਨੂੰ ਪੁਰਾਣਾ ਤੇ ਮਹਾਕਾਵਾ ਦੇ ਵਿੱਚ ਭਾਵੇਂ ਖਾਸ ਤੌਰ ਦੇ ਵਿੱਚ ਮਹਾਭਾਰਤ ਦੇ ਵਿੱਚ ਇੱਕ ਵੱਖਰੇ ਨਾਮ ਦਿੱਤਾ ਹੋਇਆ ਸੀਗਾ ਇਹ ਵੀ ਜ਼ਰੂਰ ਧਿਆਨ ਚ ਰੱਖਿਓ ਮਹਾਭਾਰਤ ਦੇ ਵਿੱਚ ਸਾਡੇ ਪੰਜਾਬ ਨੂੰ ਕਿਹਾ ਗਿਆ ਸੀ ਜੀ ਅਰਾਤਾ ਦੇਸ਼ ਮਹਾਭਾਰਤ ਦੇ ਵਿੱਚ ਸਾਡੇ ਪੰਜਾਬ ਨੂੰ ਕਿਹਾ ਗਿਆ ਸੀਗਾ ਅਰਾਤਾ ਦੇਸ਼ ਅਰਾਤਾ ਦੇਸ਼ ਦਾ ਭਾਵ ਸੀਗਾ ਕਿ ਸਾਡਾ ਪੰਜਾਬ ਜਿਹੜਾ ਹੈ ਉਹ ਖੇਤੀਬਾੜੀ ਕਰਨ ਦੇ ਲਈ ਮਸ਼ਹੂਰ ਸੀਗਾ ਤਾਂ ਇਸ ਕਾਰਨ ਕਰਕੇ ਇਸ ਨੂੰ ਅਰਾਤਾ ਦੇਸ਼ ਦਾ ਨਾਮ ਵੀ ਦਿੱਤਾ ਸੀ ਜਿਹਦਾ ਮੇਨ ਕਾਰਨ ਸੀ ਖੇਤੀਬਾੜੀ ਦਾ ਧੰਦਾ ਓਕੇ ਇਸ ਤੋਂ ਇਲਾਵਾ ਪੰਜਾਬ ਨੂੰ ਜਨਾਨੀਆਂ ਨੇ ਵੀ ਨਾਮ ਦਿੱਤਾ ਸੀਗਾ ਜੀ ਸੋ ਉਹ ਵੀ ਕਾਫੀ ਚਰਚਿਤ ਹੈ ਯੂਨਾਨੀਆਂ ਦੇ ਦੁਆਰਾ ਸਾਡੇ ਪੰਜਾਬ ਨੂੰ ਕਿਹਾ ਗਿਆ ਸੀ ਜੀ ਪੈਟਾ ਪੋਟਾਮੀਆ ਪੈਟਾ ਪੋਟਾਮੀਆ ਓਕੇ ਪੈਟਾ ਪੋਟਾਮੀਆ ਵੀ ਜਿਹੜਾ ਦੋ ਸ਼ਬਦਾਂ ਤੋਂ ਬਣਿਆ ਸੀ ਪੈਟਾ ਪਲੱਸ ਪੋਟਾਮੀਆ ਪੈਟਾ ਮੀਨਸ ਪੰਜ ਪੋਟਾਮੀਆ ਮੀਨਸ ਦਰਿਆ ਸੋ ਇੱਥੇ ਵੀ ਇਹਦਾ ਮੇਨ ਇਹੀ ਕਾਰਨ ਹੈ ਕਿ ਇਹ ਪੰਜ ਦਰਿਆਵਾਂ ਦੀ ਧਰਤੀ ਸੀ ਜਿਸ ਦੇ ਕਾਰਨ ਕਰਕੇ ਯੂਨਾਨੀਆਂ ਨੇ ਇਹਦਾ ਨਾਮ ਰੱਖ ਦਿੱਤਾ ਸੀ ਪੈਟਾ ਪੋਟਾਮੀਆ ਇਕ ਸਮੇਂ ਦੇ ਵਿੱਚ ਸਾਡੇ ਦੇਸ਼ ਨੂੰ ਟੱਕ ਦੇਸ਼ ਵੀ ਕਹਿੰਦੇ ਸੀਗੇ ਜੀ ਕਿਉਂਕਿ ਉਸ ਸਮੇਂ ਸਾਡੇ ਪੰਜਾਬ ਦੇ ਵਿੱਚ ਟੱਕ ਨਾਮ ਦਾ ਜਿਹੜਾ ਕਬੀਲਾ ਹੈ ਉਹ ਰਹਿੰਦਾ ਸੀ ਉਹਦੇ ਆਧਾਰ ਦੇ ਉੱਪਰ ਸਾਡੇ ਪੰਜਾਬ ਦਾ ਨਾਮ ਰੱਖਿਆ ਹੋਇਆ ਸੀਗਾ ਟੱਕ ਕਬੀਲਾ ਓਕੇ ਮੁਗਲਾਂ ਦੇ ਅਧੀਨ ਸਾਡੇ ਪੰਜਾਬ ਦਾ ਨਾਮ ਜਿਹੜਾ ਹੈ ਹੋਰ ਚੇਂਜ ਹੋ ਜਾਂਦਾ ਹੈ ਜੀ ਜਦੋਂ ਮੁਗਲ ਸਾਡੇ ਪੰਜਾਬ ਦੇ ਵਿੱਚ ਹਮਲਾ ਕਰਦੇ ਆ ਤੇ ਆਪਣੇ ਅਧੀਨ ਕਰ ਲੈਂਦੇ ਆ ਤਾਂ ਮੁਗਲਾਂ ਅਧੀਨ ਸਾਡੇ ਪੰਜਾਬ ਦਾ ਨਾਮ ਪੈ ਗਿਆ ਸੀਗਾ ਲਾਹੌਰ ਸੂਬਾ ਉਸ ਸਮੇਂ ਤੇ ਸਾਨੂੰ ਲਾਹੌਰ ਸੂਬੇ ਦਾ ਜਿਹੜਾ ਨਾਮ ਦੇ ਦਿੱਤਾ ਸੀਗਾ ਅਕਬਰ ਦੇ ਦੌਰਾਨ ਕੁਝ ਹੋਰ ਤਬਦੀਲੀਆਂ ਆਈਆਂ ਅਕਬਰ ਨੇ ਸਾਡੇ ਪੰਜਾਬ ਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਜੀ ਯਾਨੀ ਕਿ ਦੋ ਸੂਬਿਆਂ ਦੇ ਵਿੱਚ ਵੰਡ ਦਿੱਤਾ ਇੱਕ ਦਾ ਨਾਮ ਰੱਖ ਦਿੱਤਾ ਜੀ ਲਾਹੌਰ ਦੂਸਰੇ ਦਾ ਨਾਮ ਯਾਦ ਰੱਖੀ ਦੂਸਰੇ ਦਾ ਨਾਮ ਰੱਖ ਦਿੱਤਾ ਸੀਗਾ ਜੀ ਮਲਤਾਨ ਓਕੇ ਸੋ ਮਲਤਾਨ ਸੇ ਦੋ ਜਿਹੜੇ ਖੇਤਰ ਹੈ ਅਕਬਰ ਦੇ ਸਮੇਂ ਦੇ ਵਿੱਚ ਬਣਾਏ ਗਏ ਸੀ ਡਾਇਰੈਕਟਲੀ ਵੀ ਪੁੱਛ ਲੈਂਦੇ ਹੁੰਦੇ ਹੈ ਕਿ ਕਿਹੜੇ ਸ਼ਾਸਕ ਨੇ ਜਿਹੜਾ ਪੰਜਾਬ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਿਆ ਉਹ ਤਾਂ ਅਕਬਰ ਹੀ ਸੀਗਾ ਅਕਬਰ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਸਮਾਂ ਸ਼ੁਰੂ ਹੁੰਦਾ ਹੈ ਜੀ ਸੋ ਮਹਾਰਾਜਾ ਰਣਜੀਤ ਸਿੰਘ ਨੇ ਜਿਹੜਾ ਹੈ ਸਾਡੇ ਪੰਜਾਬ ਦਾ ਨਾਮ ਚੇਂਜ ਕਰਕੇ ਰੱਖ ਦਿੱਤਾ ਸੀਗਾ ਜੀ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੇ ਸਾਡੇ ਪੰਜਾਬ ਦਾ ਨਾਮ ਰੱਖ ਦਿੱਤਾ ਸੀ ਲਾਹੌਰ ਰਾਜ ਠੀਕ ਹੈ ਜੀ ਥੈਨ ਇਸ ਤੋਂ ਬਾਅਦ ਲਹੌਰ ਰਾਜ ਇਸ ਤੋਂ ਬਾਅਦ ਸਾਡੇ ਪੰਜਾਬ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ 1849 ਦੇ ਵਿੱਚ ਅੰਗਰੇਜ਼ ਆਉਂਦੇ ਆ ਜੀ ਮੀਨ ਪੰਜਾਬ ਦੇ ਉੱਪਰ ਆਪਣਾ ਕਬਜ਼ਾ ਕਰਦੇ ਹੈ ਤਾਂ ਅੰਗਰੇਜ਼ਾਂ ਦੇ ਦੁਆਰਾ ਸਾਡੇ ਪੰਜਾਬ ਦਾ ਨਾਮ ਰੱਖ ਦਿੱਤਾ ਸੀਗਾ ਪੰਜਾਬ ਪ੍ਰਾਂਤ ਇਸ ਤਿੱਕੇ ਦੇ ਨਾਲ ਸਾਡੇ ਪੰਜਾਬ ਦੇ ਇਹ ਕੁਝ ਪ੍ਰਸਿੱਧ ਨਾਮ ਨੇਗੇ ਓਕੇ ਸੋ ਨੈਕਸਟ ਆਪਾਂ ਗੱਲ ਕਰਦੇ ਹਾਂ ਸਾਡੇ ਪੰਜਾਬ ਦੇ ਪੁਰਾਣੇ ਪੰਜਾਬ ਦੀ ਵੰਡ ਨੂੰ ਲੈ ਕੇ ਕਿ ਕਿਸ ਕਿਸ ਤਰੀਕੇ ਦੇ ਨਾਲ ਸਾਡੇ ਪੰਜਾਬ ਦੀ ਵੰਡ ਹੁੰਦੀ ਰਹੀ ਹੈਗੀ ਹੈਗੀ ਤੇ ਖਾਸ ਸਪੈਕਟਰ ਨੇ ਜੀ ਪਲੀਜ਼ ਧਿਆਨ ਦੇ ਨਾਲ ਸੁਣਨਾ ਹੈ ਇਹਨਾਂ ਨੂੰ ਓਕੇ ਸੋ ਪੰਜਾਬ ਦੀ ਵੰਡ ਸੋ ਇਹ ਸਾਡਾ ਪੁਰਾਣਾ ਪੰਜਾਬ ਹੈ ਸੋ ਇਹਨੂੰ ਕਿਵੇਂ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਕਿਸ ਕਿਸ ਤਰੀਕੇ ਨਾਲ ਵੰਡਿਆ ਗਿਆ ਇਹ ਸਾਰਾ ਕੁਝ ਇਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਓਕੇ ਸੋ ਸਾਡੀ ਪੰਜਾਬ ਦੀਆਂ ਕੁੱਲ ਵੰਡਾਂ ਦੀ ਗੱਲ ਕਰਗੇ ਹੁਣ ਤੱਕ ਦੀਆਂ ਚਾਰ ਬੰਡਾ ਸਾਡੇ ਪੰਜਾਬ ਦੀਆਂ ਹੋ ਜਾਂਦੀਆਂ ਹੈਗੀਆਂ ਨੇ ਜੀ ਹਾਂ ਜਦੋਂ ਤੋਂ ਸਾਡਾ ਪੰਜਾਬ ਬਣਿਆ ਤੇ ਹੁਣ ਤੱਕ ਦੀ ਜੀ ਗੱਲ ਕਰੀ ਗਏ ਠੀਕ ਹੈ ਜਿਹਦੇ ਵਿੱਚ ਸਭ ਤੋਂ ਪਹਿਲਾਂ ਜੇ ਆਪਾਂ ਜ਼ਿਕਰ ਕਰੀਏ ਸੋ ਬੰਡ ਤੋਂ ਪਹਿਲਾਂ ਵੀ ਕੁਝ ਕਈ ਸਾਰੀਆਂ ਚੇਂਜਸ ਸਾਡੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੀਆਂ ਨੇ ਗਿਆ ਸੋ ਉਹ ਵੀ ਖਾਸ ਤੌਰ ਦੇ ਉੱਪਰ ਨੋਟ ਕਰ ਲਿਓ ਕਿ 1849 ਦੇ ਵਿੱਚ ਜਿਹੜਾ ਸਾਡਾ ਪੰਜਾਬ ਸੀਗਾ ਉਹਨੂੰ ਅੰਗਰੇਜ਼ੀ ਸਮਰਾਜ ਦੇ ਵਿੱਚ ਸ਼ਾਮਲ ਕਰ ਲਿਆ ਗਿਆ ਸੀਗਾ ਜਾਨੀ ਕਿ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਹੋ ਗਈ ਸੀ ਕਿ ਉਸ ਤੋਂ ਬਾਅਦ ਉਹਦਾ ਆਖਰੀ ਵੰਸ਼ ਮਹਾਰਾਜਾ ਦਲੀਪ ਸਿੰਘ ਸੀਗਾ ਜੀ ਉਸ ਨੂੰ ਹਰਾ ਕੇ ਜਿਹੜਾ ਹੈ ਉਹਨਾਂ ਨੇ ਪੰਜਾਬ ਦੇ ਉੱਪਰ ਆਪਣਾ ਕਬਜ਼ਾ ਕਰ ਲੇਤਾ ਸੀਗਾ ਠੀਕ ਹੈ ਸੋ 1857 ਦੇ ਵਿੱਚ 49 ਤੋਂ ਬਾਅਦ 1857 ਦੇ ਵਿੱਚ ਪੰਜਾਬ ਦੇ ਵਿੱਚ ਕੁਝ ਖੇਤਰ ਇਹਨਾਂ ਨੇ ਨਵੇਂ ਸ਼ਾਮਲ ਕਰ ਦਿੱਤੇ ਉਹ ਖੇਤਰ ਸੀਗੇ ਜੀ ਦਿੱਲੀ ਤੇ ਹਿਸਿਆਰ ਦੇ ਓਕੇ ਦਿੱਲੀ ਅਤੇ ਹਿਸਿਆਰ ਦਿੱਲੀ ਅਤੇ ਹਿਸਿਆਰ ਇਹ ਪੰਜਾਬ ਦੇ ਵਿੱਚ ਸ਼ਾਮਲ ਕੀਤੇ ਗਏ ਸੀਗੇ ਦੋ ਖੇਤਰ ਇੰਜਕੇ ਦੇ ਖੇਤਰ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਸੀਗਾ ਇੱਕ ਵਾਰੀ ਤਾਂ ਵਾਅਦੇ ਦੀ ਸ਼ੁਰੂਆਤ ਕੀਤੀ ਪਰ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਉਸ ਤਰੀਕੇ ਦੇ ਨਾਲ ਇਹਦੇ ਵਿੱਚ ਜਿਹੜਾ ਹੌਲੀ ਹੌਲੀ ਕਟੌਤੀ ਕਰਦੇ ਗਏ ਜਿਹਦੇ ਵਿੱਚੋਂ ਸ਼ੁਰੂਆਤ ਹੁੰਦੀ ਹੈ ਜੀ ਸਭ ਤੋਂ ਪਹਿਲੀ ਵੰਡ ਤੋਂ ਜਿਹੜੀ ਕਿ 1901 ਤੋਂ ਹੁੰਦੀ ਹੈ 1901 ਦੇ ਵਿੱਚ ਭਾਰਤ ਦਾ ਜਿਹੜਾ ਗਵਰਨਰ ਜਨਰਲ ਸੀਗਾ ਔਰ ਲਾਰਡ ਕਰਜਨ ਸੀਗਾ ਐਦਾਂ ਹੀ ਪੁੱਛ ਲੈਂਦੇ ਆ ਕਿ ਕੌਣ ਸੀਗਾ ਜੀ ਪਹਿਲੀ ਵੰਡ ਦੇ ਸਮੇਂ ਤਾਂ ਲਾਰਡ ਕਰਜਨ ਇਸ ਸਮੇਂ ਭਾਰਤ ਦਾ ਗਵਰਨਰ ਜਨਰਲ ਸੀਗਾ ਇਸ ਨੇ 1901 ਦੇ ਵਿੱਚ ਪੰਜਾਬ ਦੇ ਜਿਹੜਾ ਉੱਤਰ ਪੱਛਮੀ ਸੀਮਾ ਪ੍ਰਾਂਤ ਸੀ ਉਹਨੂੰ ਵੱਖ ਕਰ ਦਿੱਤਾ ਠੀਕ ਹੈ ਆਹ ਵਾਲੇ ਖੇਤਰ ਨੂੰ ਜਿਹੜਾ ਹੈ ਵੱਖ ਕਰ ਦਿੱਤਾ ਸੀਗਾ ਜੀ ਪੰਜਾਬ ਦੇ ਨਾਲੋਂ ਉੱਤਰ ਪੱਛਮੀ ਸੀਮਾ ਪ੍ਰਾਂਤ ਇਹਦਾ ਨਾਮ ਵੀ ਇਹੀ ਰੱਖਿਆ ਸੀਗਾ ਓਕੇ ਸੋ ਇਹ ਅਲੱਗ ਕਰ ਦਿੱਤਾ ਸੀਗਾ ਜੀ 1901 ਦੇ ਵਿੱਚ ਔਰ ਇਹ ਉਹ ਖੇਤਰ ਹੁੰਦਾ ਸੀਗਾ ਉਸ ਸਮੇਂ ਦੇ ਵਿੱਚ ਜਿਹੜਾ ਸਿੱਖਾਂ ਦੇ ਅਧੀਨ ਹੁੰਦਾ ਸੀਗਾ ਤੇ ਇਹ ਉਹ ਖੇਤਰ ਸੀ ਜਿਹੜਾ ਅਫਗਾਨਿਸਤਾਨ ਦੇ ਵਿੱਚ ਪੈਂਦਾ ਹੁੰਦਾ ਸੀਗਾ ਇਸ ਨੂੰ ਇਸ ਨੇ ਵੱਖ ਕਰ ਦਿੱਤਾ ਸੀਗਾ 1901 ਦੇ ਵਿੱਚ ਜਦੋਂ ਸਾਡਾ ਪੰਜਾਬ ਬਣਿਆ ਸਿੰਧ ਦੇ ਖੇਤਰ ਨੂੰ ਅਲੱਗ ਕਰ ਦਿੱਤਾ ਤਾਂ ਉਸ ਸਮੇਂ ਪੰਜਾਬ ਦੇ ਸਾਡੇ ਜ਼ਿਲ੍ਹੇ ਬਣਾਏ ਗਏ ਸੀਗੇ ਜੀ 29 ਜ਼ਿਲ੍ਹੇ ਵੈਰੀ ਵੈਰੀ ਇੰਪੋਰਟੈਂਟ ਉਸ ਸਮੇਂ ਸਾਡੇ ਪੰਜਾਬ ਦੇ ਵਿੱਚ 29 ਜ਼ਿਲ੍ਹੇ ਸੀਗੇ ਇਹ 29 ਜ਼ਿਲ੍ਹੇ 1901 ਤੋਂ ਚੱਲਦੇ ਹੈਗੇ ਤੇ 1947 ਤੱਕ 29 ਹੀ ਰਹਿੰਦੇ ਹੈਗੇ ਕਹਿੰਦੇਗੇ ਠੀਕ ਹੈ ਔਰ ਜੇ ਦੀ ਰਾਜਧਾਨੀ ਨਹੀਂ ਰਹੀ ਸੀਗੀ ਲਾਹੌਰ ਉਸ ਸਮੇਂ ਦੇ ਵਿੱਚ ਦੂਸਰੀ ਵੰਡ ਦੂਸਰੀ ਵੰਡ ਹੁੰਦੀ ਹੈ ਜੀ 1911 ਦੇ ਵਿੱਚ ਇਹ ਹੁੰਦੀ ਹੈ ਲਾਰਡ ਹਾਰਡਿੰਗ ਦੇ ਸਮੇਂ ਦੇ ਵਿੱਚ ਇਹ ਵੰਡ ਹੁੰਦੀ ਹੈ ਲਾਰਡ ਹਾਰਡਿੰਗ ਦੇ ਸਮੇਂ ਦੇ ਵਿੱਚ ਇਸ ਵੰਡ ਦੇ ਦੌਰਾਨ ਪੰਜਾਬ ਦੇ ਨਾਲੋਂ ਦਿੱਲੀ ਨੂੰ ਵੱਖ ਕਰ ਦਿੱਤਾ ਦਿੱਲੀ ਸ਼ਾਮਲ 1857 ਦੇ ਵਿੱਚ ਕੀਤਾ ਗਿਆ ਸੀਗਾ ਬਟ ਇਸ ਨੂੰ 1911 ਦੇ ਵਿੱਚ ਵੱਖ ਕਰ ਦਿੱਤਾ ਗਿਆ ਜੀ ਦਿੱਲੀ ਨੂੰ ਓਕੇ ਅਤੇ ਇਸ ਨੂੰ ਭਾਰਤੀ ਰਾਜਧਾਨੀ ਬਣਾ ਦਿੱਤਾ ਗਿਆ ਸੀਗਾ 1911 ਤੋਂ ਫਿਰ 1911 ਤੋਂ ਲੈ ਕੇ 1947 ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਚੇਂਜ ਜਿਹੜੀ ਹੋ ਨਹੀਂ ਦੇਖਣ ਨੂੰ ਮਿਲੀ ਸੇਮ ਰਹਿੰਦਾ ਸਾਰਾ ਸਟਰਕਚਰ ਫਿਰ 1947 ਦੇ ਵਿੱਚ ਜਾ ਕੇ ਦੁਬਾਰਾ ਤੋਂ ਤੀਸਰੀ ਵੰਡ ਹੁੰਦੀ ਹੈ ਜੀ ਸਾਡੇ ਪੰਜਾਬ ਦੀ ਇਹ ਵੰਡ ਹੁੰਦੀ ਹੈ ਜੀ ਲਾਰਡ ਮਾਉਂਟ ਬੇਟਨ ਦੀ ਯੋਜਨਾ ਦੇ ਆਧਾਰ ਦੇ ਉੱਪਰ ਲਾਰਡ ਮਾਉਂਟ ਬੇਟਨ ਦੀ ਯੋਜਨਾ ਦੇ ਆਧਾਰ ਤੇ ਬੇਟਨ ਦੀ ਯੋਜਨਾ ਉਹਦੇ ਆਧਾਰ ਤੇ ਸਾਡਾ ਪੰਜਾਬ ਦੋ ਖੇਤਰਾਂ ਦੇ ਵਿੱਚ ਵੰਡਿਆ ਗਿਆ ਜੀ ਅੱਧਾ ਇੱਕ ਖੇਤਰ ਸਾਡਾ ਜਿਹੜਾ ਹੈ ਉਹ ਪਾਕਿਸਤਾਨ ਤੇ ਚਲਾ ਗਿਆ ਪੰਜਾਬ ਦਾ ਅੱਧਾ ਖੇਤਰ ਸਾਡੇ ਭਾਰਤ ਵਾਲੇ ਪੰਜਾਬ ਦੇ ਭਾਰਤ ਵਾਲੇ ਹਿੱਸੇ ਦੇ ਵਿੱਚ ਆ ਗਿਆ ਸੀਗਾ ਓਕੇ 1947 ਦੇ ਦੌਰਾਨ ਸਾਡੇ ਪੰਜਾਬ ਨੂੰ ਖਾਸ ਤੌਰ ਦੇ ਉੱਪਰ ਵੰਡਿਆ ਗਿਆ ਸੀ ਜਿਦੇ ਵਿੱਚ ਇੱਕ ਨੂੰ ਪੂਰਬੀ ਪੰਜਾਬ ਦਾ ਨਾਮ ਦੇ ਦਿੱਤਾ ਪੂਰਬੀ ਪੰਜਾਬ ਜਿਹੜਾ ਕਿ ਸਾਡੇ ਭਾਰਤ ਦੇ ਵਿੱਚ ਸ਼ਾਮਲ ਹੈ ਦੂਸਰਾ ਪੰਜਾਬ ਬਣਾ ਦਿੱਤਾ ਸੀਗਾ ਜੀ ਪੱਛਮੀ ਪੰਜਾਬ ਜਿਹੜਾ ਕਿ ਪਾਕਿਸਤਾਨ ਦੇ ਪੰਜਾਬ ਦੇ ਵਿੱਚ ਹੈ ਓਕੇ ਇਨਨੂੰ ਸਪੈਸ਼ਲੀ ਇਦਾਂ ਵੀ ਕਹਿ ਦਿੰਦੇ ਆ ਜਿਹੜਾ ਪੂਰਬੀ ਪੰਜਾਬ ਹੈ ਇਹਨੂੰ ਚੜਦਾ ਪੰਜਾਬ ਕਹਿੰਦੇ ਹੈਗੇ ਆ ਇਸ ਨੂੰ ਚੜਦਾ ਪੰਜਾਬ ਕਹਿੰਦੇ ਹੈਗੇ ਆ ਕਿ ਅਤੇ ਜਿਹੜਾ ਪੱਛਮੀ ਪੰਜਾਬ ਹੈ ਇਸ ਨੂੰ ਕਹਿੰਦੇ ਹੈਗੇ ਆ ਜੀ ਛਿਪਦਾ ਪੰਜਾਬ ਛਿਪਦਾ ਪੰਜਾਬ ਓਕੇ ਆ ਇੱਥੇ ਹੁਣ ਤੁਸੀਂ ਸਪੈਸ਼ਲੀ ਯਾਦ ਰੱਖਣਾ ਹੈ ਕਿ ਜਦੋਂ 1947 ਦੇ ਵਿੱਚ ਪੰਜਾਬ ਦੀ ਵੰਡ ਹੋ ਗਈ ਸੀ ਤਾਂ ਇਹਦੇ ਵਿੱਚ ਜਿਹੜੇ 29 ਜ਼ਿਲ੍ਹੇ ਚੱਲੇ ਆ ਰਹੇ ਸੀਗੇ ਜਿਹੜੇ ਕਿ 29 ਜ਼ਿਲ੍ਹੇ ਚੱਲੇ ਆ ਰਹੇ ਸੀ ਉਹਨਾਂ ਦੀ ਵੀ ਵੰਡ ਹੋ ਗਈ ਸੀ ਇਨ੍ਹਾਂ 29 ਜ਼ਿਲ੍ਹਿਆਂ ਦੇ ਵਿੱਚੋਂ ਇਨ੍ਹਾਂ 29 ਜ਼ਿਲ੍ਹਿਆਂ ਦੇ ਵਿੱਚੋਂ 13 ਜ਼ਿਲ੍ਹੇ ਸੀਗੇ ਜਿਹੜੇ ਉਹ ਸਾਡੇ ਪੰਜਾਬ ਭਾਵ ਭਾਰਤ ਵਾਲੇ ਪੰਜਾਬ ਦੇ ਹਿੱਸੇ ਦੇ ਵਿੱਚ ਆ ਗਏ ਸੀਗੇ ਬਹੁਤ ਘੱਟ ਹਿੱਸਾ ਓਕੇ ਦੂਸਰੇ ਪਿੱਛੇ ਰਹਿ ਗਏ ਸੀਗੇ ਜੀ 1616 ਜਿਹੜੇ ਇਹ ਪੰਜਾਬ ਦੇ ਹਿੱਸੇ ਸੀਗੇ ਜੀ ਜਿਹੜਾ ਪਾਕਿਸਤਾਨ ਦੇ ਵਿੱਚ ਸੀਗਾ ਠੀਕ ਹੈ ਸੋ ਇਸ ਤਰੀਕੇ ਦੇ ਨਾਲ ਇਹ ਵੰਡ ਹੋ ਗਈ ਸੀਗੀ ਹੁਣ 1947 ਦੇ ਦੌਰਾਨ ਸਾਡੇ ਪੰਜਾਬ ਦੇ ਵਿੱਚ ਜਿਹੜੇ ਜ਼ਿਲ੍ਹੇ ਰਹਿ ਚੁੱਕੇ ਹੈਗੇ ਆ ਉਹ 13 ਰਹਿ ਚੁੱਕੇ ਸੀਗੇ ਪਾਰਤ ਵਾਲੇ ਪੰਜਾਬ ਦੇ ਵਿੱਚ ਠੀਕ ਹੈ ਨਾਲ ਹੀ ਇਹਨਾਂ ਨੇ ਕੁਝ ਸਮੇਂ ਬਾਅਦ ਜਾਨੀ ਕਿ 17 ਅਗਸਤ 1947 ਨੂੰ ਇਸ ਦਿਨ ਜਿਹੜੀ ਹੈ ਰੈਡ ਕਲਿਫ ਰੇਖਾ ਨਿਰਧਾਰਤ ਕਰ ਦਿੱਤੀ ਸੀਗੀ ਰੈਡ ਕਲਿਫ ਰੇਖਾ ਇਹ ਰੈਡ ਕਲਿਫ ਰੇਖਾ ਜਿਹੜੀ ਹੈ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਬਾਉਂਡਰੀ ਬਣਾਉਂਦੀ ਹੈਗੀ ਅੱਗੇ ਸੋ ਉਹਦੇ ਅਧੀਨ ਹੈਗਾਗਾ ਜਿਹਦੀ ਲੰਬਾਈ 3323 ਕਿਲੋਮੀਟਰ ਦੇ ਕਰੀਬ ਹੈਗੀ ਆ ਤੇ ਇਹ ਪਾਕਿਸਤਾਨ ਤੇ ਪੰਜਾਬ ਦੇ ਵਿਚਕਾਰ ਖਾਸ ਤੌਰ ਦੇ ਉੱਪਰ ਜਿਹੜੀ ਬਣਾਈ ਗਈ ਸੀ ਇਸ ਨੂੰ ਬਣਾਉਣ ਦੇ ਲਈ ਕਮਿਸ਼ਨ ਬਣਾਇਆ ਗਿਆ ਸੀਗਾ 1947 ਦੇ ਵਿੱਚ ਜਿਸ ਨੂੰ ਕਿ ਬਾਉਂਡਰੀ ਕਮਿਸ਼ਨ ਕਿਹਾ ਗਿਆ ਸੀਗਾ ਜਿਸ ਨੂੰ ਕਿ ਬਾਉਂਡਰੀ ਕਮਿਸ਼ਨ ਕਿਹਾ ਗਿਆ ਸੀਗਾ ਉਹਦੇ ਆਧਾਰ ਦੇ ਉੱਪਰ ਜਿਹੜਾ ਹੈ ਇਹ ਬਾਉਂਡਰੀ ਬਣਾ ਕੇ ਭਾਰਤ ਤੇ ਪਾਕਿਸਤਾਨ ਨੂੰ ਵੱਖ ਕਰ ਦਿੱਤਾ ਗਿਆ ਸੀ ਠੀਕ ਹੈ ਜੀ ਇਹ ਹੋ ਚੁੱਕੀਆਂ ਆਪਣੀਆਂ ਤਿੰਨ ਬੰਡਾਂ ਜਿਹੜੀਆਂ ਕਿ ਆਜ਼ਾਦੀ ਤੋਂ ਪਹਿਲਾਂ ਪਹਿਲਾਂ ਨੇਗੀਆਂ ਆਜ਼ਾਦੀ ਤੱਕ ਹੋ ਚੁੱਕੀਆਂ ਹੈਗੀਆਂ ਤਿੰਨ ਵੰਡਾਂ ਠੀਕ ਹੈ ਨੈਕਸਟ ਦੇ ਵਿੱਚ ਆਉਂਦੀ ਹੈ ਜੀ ਇਸ ਤੋਂ ਬਾਅਦ ਅਗਲੀ ਵੰਡ ਜਿਹੜੀ ਖਾਸ ਤੌਰ ਦੇ ਉੱਪਰ ਜੁੜਦੀ ਹੈ ਜੀ ਸਾਡੇ ਮਾਡਰਨ ਪੰਜਾਬ ਦੇ ਨਾਲ ਠੀਕ ਹੈ ਇਹ ਸ਼ੁਰੂਆਤ ਹੁੰਦੀ ਹੈਗੀ ਜੀ ਇਸ ਸਿਸਟਮ ਦੀ 1947 ਤੋਂ ਬਾਅਦ ਓਕੇ 1947 ਤੋਂ ਬਾਅਦ ਸਾਡਾ ਪੰਜਾਬ ਜਿਹੜਾ ਹੈ ਪੂਰਬੀ ਪੰਜਾਬ ਕਹਾ ਰਿਹਾ ਸੀਗਾ ਤੇ ਉਸ ਸਮੇਂ ਦੇ ਵਿੱਚ ਕੀ ਹੋਇਆ ਕਿ ਜਦੋਂ 1947 ਦੇ ਵਿੱਚ ਸਾਡਾ ਪੰਜਾਬ ਆਜ਼ਾਦ ਹੁੰਦਾ ਹੈ ਭਾਰਤ ਆਜ਼ਾਦ ਹੁੰਦਾ ਤਾਂ ਉਹਦੇ ਵਿੱਚੋਂ ਇੱਕ ਵੱਖਰਾ ਪੰਜਾਬ ਜਿਹੜਾ ਹਨਾ ਕ੍ਰੀਏਟ ਹੁੰਦਾ ਹੈ ਉਸ ਸਮੇਂ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਜਿਹੜੇ ਹੈ ਰਿਆਸਤਾਂ ਹੁੰਦੀਆਂ ਸੀਗੀਆਂ ਜਿਹੜੀਆਂ ਕਿ ਕਿਸੇ ਨਾ ਕਿਸੇ ਰਾਜਿਆਂ ਦੇ ਅਧੀਨ ਹੁੰਦੀਆਂ ਸੀਗੀਆਂ ਇਹਨਾਂ ਰਿਆਸਤਾਂ ਦੇ ਆਧਾਰ ਉੱਪਰ ਹੀ ਜਦੋਂ 13 ਜ਼ਿਲ੍ਹੇ ਬਣ ਗਏ ਸੀ ਤਾਂ 13 ਜ਼ਿਲ੍ਹਿਆਂ ਦੇ ਵਿੱਚੋਂ ਕੁਝ ਖੇਤਰ ਜਿਹੜੇ ਹੈਗੇ ਨੰਗੇ ਉਹ ਰਾਜਿਆਂ ਦੇ ਅਧੀਨ ਹੀ ਰਹੇ ਸੀਗੇ ਉਹਨਾਂ ਰਾਜਿਆਂ ਦੇ ਅਧੀਨ ਜਿਹੜਾ ਖੇਤਰ ਹੁੰਦਾ ਸੀਗਾ ਉਹਨੂੰ ਕਿਹਾ ਗਿਆ ਸੀਗਾ ਪੈਪਸੋ ਕੁਸ਼ਨ ਕਿਹਾ ਗਿਆ ਸੀਗਾ ਪੈਪਸੋ ਠੀਕ ਹੈ ਜ ਜੀ ਦੀ ਫੁੱਲ ਫਾਰਮ ਹੈ ਜੀ ਪਟਿਆਲਾ ਪਟਿਆਲਾ ਈਸਟ ਪਟਿਆਲਾ ਐਂਡ ਈਸਟ ਪੰਜਾਬ ਸਟੇਟ ਯੂਨੀਅਨ ਸਟੇਟ ਯੂਨੀਅਨ ਓਕੇ ਸੋ ਇਹ ਬਣਾਇਆ ਗਿਆ ਜੀ ਇਹ ਰਿਆਸਤਾਂ ਦੇ ਅਧੀਨ ਹੁੰਦਾ ਸੀਗਾ ਜੀ ਦੀ ਸਥਾਪਨਾ ਹੋਈ ਸੀਗੀ 15 ਜੁਲਾਈ 1947 15 ਜੁਲਾਈ 1948 ਤੱਕ ਜਿਹੜਾ ਇਹ ਇਹ ਬਣਿਆ ਸੀਗਾ ਤੇ 1956 ਤੱਕ ਚੱਲਿਆ ਸੀਗਾ ਠੀਕ ਹੈ ਯਾਦ ਰੱਖਿਓ ਸਨ ਸਪੈਸ਼ਲੀ ਇਹ ਤੁਸੀਂ ਆ ਮੈਪ ਦੇ ਵੀ ਦੇਖ ਸਕਦੇ ਹੋ ਆ ਪੈਪਸੂ ਖੇਤਰ ਹੈ ਜੀ ਪੰਜਾਬ ਦੇ ਨਾਲ ਹੀ ਵੱਖਰਾ ਖੇਤਰ ਬਣਿਆ ਹੋਇਆ ਸੀਗਾ ਓਕੇ 1948 ਦੇ ਵਿੱਚ ਇਹ ਬਣ ਗਿਆ ਸੀਗਾ 15 ਜੁਲਾਈ ਨੂੰ ਠੀਕ ਹੈ ਉੱਪਰ ਵੀ ਲਿਖਦੇ ਤਾਂ ਇੱਧਰ ਵੀ ਲਿਖਦਾ 1900 48 ਦੇ ਵਿੱਚ ਬਣਿਆ ਸੀਗਾ ਜਿਦੇ ਵਿੱਚ 8 ਰਿਆਸਤਾਂ ਸੀਗੀਆਂ ਜਿਸ ਦੇ ਵਿੱਚ 8 ਰਿਆਸਤਾਂ ਸੀਗੀਆਂ ਇਹ 8 ਰਿਆਸਤਾਂ ਕਿਹੜੀਆਂ ਸੀਗੀਆਂ ਜਿਹੜੀਆਂ ਕਿ ਕਿਸੇ ਨਾ ਕਿਸੇ ਰਾਜੇ ਦੇ ਅਧੀਨ ਹੁੰਦੀਆਂ ਸੀਗੀਆਂ ਇਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਸੀਗੀ ਜੀ ਪਟਿਆਲਾ ਜੋ ਕਿ ਦਾ ਹੈੱਡ ਕੁਆਟਰ ਸੀਗਾ ਪਟਿਆਲਾ ਪਟਿਆਲੇ ਦੇ ਨਾਲ ਲੱਗਦਾ ਖੇਤਰ ਹੀ ਨਾਬਾ ਨਾਬਾ ਤੋਂ ਇਲਾਵਾ ਕਪੂਰਥਲਾ 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 ਤੋਂ ਇਲਾਵਾ ਜੀਂਦ ਫਰੀਦਕੋਟ ਮਲੇਰ ਕੋਟਲਾ ਮਲੇਰ ਕੋਟਲਾ ਨਾਲਾਗੜ ਨਾਲਾਗੜ ਅਤੇ ਕਲਸੀਆ ਸੋ ਇਹ ਅੱਠ ਰਿਆਸਤਾਂ ਸੀਗੀਆਂ ਜਿਹੜੀਆਂ ਕਿ ਪੈਪਸੂ ਬਣਾ ਲੈ ਸੀ ਨੇ ਆਪਣਾ ਖੇਤਰ ਬਣਾ ਲਿਆ ਸੀ ਰਾਜਾਂ ਦੇ ਅਧੀਨ ਰਿਹਾ ਸੀਗਾ ਫਿਰ 1956 ਦੇ ਵਿੱਚ ਜਾ ਕੇ ਜਿਹੜਾ ਹੈ ਸਟੇਟ ਰੀਆਰਗੇਨਾਈਜੇਸ਼ਨ ਐਕਟ ਬੰਦ ਹੈ ਉਸ ਐਕਟ ਦੇ ਅਧੀਨ ਜਿਹੜਾ ਹੈ ਇਹ ਪੈਪਸੂ ਸਮਰਾਜ ਜਿਹੜਾ ਹੈ ਇਸ ਨੂੰ ਪੰਜਾਬ ਦੇ ਵਿੱਚ ਸ਼ਾਮਲ ਕਰ ਲਿਆ ਗਿਆ ਸੀ ਆ ਮੈਪ ਦੇ ਵਿੱਚ ਵੀ ਹੈ ਸਾਲ 1956 ਦੇ ਵਿੱਚ ਠੀਕ ਹੈ ਉਸ ਐਕਟ ਦਾ ਨਾਮ ਸੀਗਾ ਜੀ ਸਟੇਟ ਰੀਆਰਗੇਨਾਈਜੇਸ਼ਨ ਐਕਟ ਆਰਗੇਨਾਈਜੇਸ਼ਨ ਐਕਟ 1956 ਇਸ ਐਕਟ ਦਾ ਜਿਹੜਾ ਚੇਅਰਮੈਨ ਸੀਗਾ ਉਹਦਾ ਨਾਮ ਸੀਗਾ ਜੀ ਫਜ਼ਲ ਅਲੀ ਇਸ ਕਰਕੇ ਇਸ ਨੂੰ ਫਜ਼ਲ ਅਲੀ ਕਮਿਸ਼ਨ ਦੇ ਨਾਮ ਨਾਲ ਵੀ ਜਿਹੜਾ ਹੈ ਜਣਾ ਜਾਂਦਾ ਤਾਂ ਇਹ ਪੈਪਸੂ ਜਮਰਾਜ ਸੀਗਾ ਜਿਹੜਾ ਅਲੱਗ ਤੋਂ ਸੀਗਾ ਹੁਣ 1956 ਦੇ ਵਿੱਚ ਪੰਜਾਬ ਸਮਰਾਜ ਦੇ ਵਿੱਚ ਸ਼ਾਮਿਲ ਹੋ ਚੁੱਕਿਆ ਸੀ ਯਾਨੀ ਕਿ ਪੰਜਾਬ ਦੇ ਵਿੱਚ ਸ਼ਾਮਿਲ ਹੋ ਚੁੱਕਿਆ ਸੀਗਾ ਓਕੇ 1956 ਤੱਕ ਚੱਲਦਾ ਹੈ ਇਸ ਤੋਂ ਬਾਅਦ ਫਿਰ ਚੇਂਜਸ ਹੁੰਦੀਆਂ ਹੈਗੀਆਂ ਨੇ ਕਿ 1956 ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਮੂਵਮੈਂਟ ਚੱਲਦੀ ਹੈ ਜਿਸ ਦਾ ਨਾਮ ਸੀਗਾ ਜੀ ਪੰਜਾਬੀ ਸੂਬਾ ਮੂਵਮੈਂਟ ਪੰਜਾਬੀ ਸੂਬਾ ਅੰਦੋਲਨ ਜਾਂ ਮੂਵਮੈਂਟ ਓਕੇ 1956 ਤੋਂ ਬਾਅਦ ਇਹਦਾ ਮੁੱਖ ਕੰਮ ਕੀ ਸੀਗਾ ਕਿ ਭਾਸ਼ਾ ਦੇ ਆਧਾਰ ਦੇ ਉੱਪਰ ਜਿਹੜਾ ਹੈ ਪੰਜਾਬ ਦੀ ਵੰਡ ਕਰਾਉਣਾ ਪਰ ਇੱਥੇ ਹੀ ਕੁਝ ਲੀਡਰ ਸੀਗੇ ਜਿਹੜੇ ਪੰਜਾਬ ਨੂੰ ਵੱਖ ਨਹੀਂ ਹੋਣਾ ਦੇਣਾ ਚਾਹੁੰਦੇ ਸੀਗੇ ਭਾਸ਼ਾ ਦੇ ਆਧਾਰ ਦੇ ਉੱਪਰ ਇੱਕ ਹੀ ਰੱਖਣਾ ਚਾਹੁੰਦੇ ਸੀ ਕਿਉਂਕਿ ਇਸ ਦੇ ਨਾਲ ਪੰਜਾਬ ਦਾ ਸਾਈਜ਼ ਜਿਹੜਾ ਉਹ ਛੋਟਾ ਹੋ ਰਿਹਾ ਸੀਗਾ ਦੋ ਪ੍ਰਮੁੱਖ ਲੀਡਰ ਰਹੇ ਸੀਗੇ ਜਿਸ ਦੇ ਵਿੱਚੋਂ ਜਿਹਦੇ ਵਿੱਚ ਇੱਕ ਸੀਗੇ ਜੀ ਮਾਸਟਰ ਤਾਰਾ ਸਿੰਘ ਮਾਸਟਰ ਤਾਰਾ ਸਿੰਘ ਠੀਕ ਹੈ ਅਤੇ ਦੂਸਰੇ ਸੀਗੇ ਜੀ ਭਤੇ ਸਿੰਘ ਤੇ ਸੇ ਇਹ ਦੋ ਵਿਅਕਤੀ ਸੀਗੇ ਜਿਹੜੇ ਇਹ ਚਾਹੁੰਦੇ ਸੀਗੇ ਕਿ ਪੰਜਾਬ ਦੀ ਵੰਡ ਭਾਸ਼ਾ ਦੇ ਆਧਾਰ ਦੇ ਉੱਪਰ ਨਾ ਹੋਵੇ ਕਿਉਂਕਿ ਆਲਰੇਡੀ ਸਾਡਾ ਪੰਜਾਬ ਜਿਹੜਾ ਹੈ ਉਹ ਬਹੁਤ ਜ਼ਿਆਦਾ ਛੋਟਾ ਹੋ ਚੁੱਕਿਆ ਹੈ ਗਗਾ ਪਰ ਕੁਝ ਜਿਹੜੇ ਹਿੰਸਕ ਲੋਕ ਸੀਗੇ ਉਹਨਾਂ ਨੇ ਆਪਣੀਆਂ ਹਿੰਸਕ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਜਿਸ ਤੇ ਕਾਰਨ ਕਰਕੇ ਪੰਜਾਬ ਦੇ ਵਿੱਚ ਇੱਕ ਕਮਿਸ਼ਨ ਬਣਦਾ ਹੈਗਾ ਜੀ ਓਕੇ ਸੋ ਇਹ ਕਮਿਸ਼ਨ ਦਾ ਨਾਮ ਸੀਗਾ ਜੀ ਸ਼ਾ ਕਮਿਸ਼ਨ ਸ਼ਾ ਕਮਿਸ਼ਨ ਇੱਥਾਂ ਬਣਿਆ ਸੀ ਕਿਉਂਕਿ ਹਿੰਸਕ ਕਾਰਵਾਈਆਂ ਸ਼ੁਰੂ ਹੋ ਗਈਆਂ ਸੀਗੀਆਂ ਓਕੇ 1966 ਦੇ ਵਿੱਚ ਇੱਕ ਕਮਿਸ਼ਨ ਬਣਿਆ ਸੀਗਾ ਜਿਸ ਦਾ ਚੇਅਰਮੈਨ ਸੀਗਾ ਜੀ ਜੇ ਸੀ ਸ਼ਾ ਜੇ ਸੀ ਸ਼ਾ ਇਹ ਸੀਗਾ ਜੀ ਸੁਪਰੀਮ ਕੋਰਟ ਦਾ ਚੀਫ ਜਸਟਿਸ ਉਹ ਇਸ ਨੂੰ ਜਿਹੜਾ ਹੈ ਇਸ ਕਮਿਸ਼ਨ ਦਾ ਚੇਅਰਮੈਨ ਬਣਾਇਆ ਗਿਆ ਸੀਗਾ ਇਸ ਕਮਿਸ਼ਨ ਦੇ ਆਧਾਰ ਦੇ ਉੱਪਰ ਹੀ ਸਾਡਾ ਪੰਜਾਬ ਜਿਹੜਾ ਹੈ ਉਹ ਬਣਾਇਆ ਗਿਆ ਜੀ ਨਵਾਂ ਠੀਕ ਹੈ ਜਿਹੜਾ ਕਿ 1 ਨਵੰਬਰ 1966 ਨੂੰ ਬਣਿਆ ਕਿਹੜੇ ਕਮਿਸ਼ਨ ਦੇ ਆਧਾਰ ਦੇ ਉੱਪਰ ਹੈ ਜੀ ਸ਼ਾ ਕਮਿਸ਼ਨ ਦੇ ਆਧਾਰ ਦੇ ਉੱਪਰ ਹੈ ਓਕੇ ਇਸਨ ਜਿਹੜਾ ਹੈ ਸਾਡਾ ਪੰਜਾਬ ਬਣਾ ਦਿੱਤਾ ਗਿਆ ਸੀਗਾ ਜਿਹਦੇ ਨਾਲੋਂ ਤਿੰਨ ਖੇਤਰ ਵੱਖ ਕਰ ਦਿੱਤੇ ਗਏ ਸੌਰੀ ਦੋ ਓਕੇ ਤਿੰਨ ਖੇਤਰਾਂ ਦੇ ਵਿੱਚ ਵੰਡਿਆ ਗਿਆ ਆ ਪੰਜਾਬ ਬਣਾ ਦਿੱਤਾ ਜਿੱਥੇ ਪੰਜਾਬੀ ਬੋਲੀ ਜਾਂਦੀ ਸੀਗੀ ਜੀ ਓਕੇ ਆ ਹਿਮਾਚਲ ਪ੍ਰਦੇਸ਼ ਇਸ ਦੇ ਵਿੱਚੋਂ ਕੱਢ ਦਿੱਤਾ ਜਿੱਥੇ ਪਹਾੜੀ ਲੈਂਗੁਏਜ ਬੋਲੀ ਜਾਂਦੀ ਸੀਗੀ ਓਕੇ ਆ ਤੀਸਰਾ ਹਰਿਆਣੇ ਦਾ ਖੇਤਰ ਕੱਢ ਦਿੱਤਾ ਜੀ ਜਿੱਥੇ ਹਿੰਦੀ ਬੋਲੀ ਜਾਂਦੀ ਸੀਗੀ ਤੇ ਤਿੰਨ ਖੇਤਰ ਜਿਹੜੇ ਹੈ ਪੰਜਾਬ ਦੇ ਵੰਡਤੇ ਜੀ ਪਹਾੜੀ ਪੰਜਾਬੀ ਤੇ ਹਿੰਦੀ ਭਾਸ਼ਾ ਦੇ ਆਧਾਰ ਦੇ ਉੱਪਰ ਦਿੱਲੀ 1911 ਤੋਂ ਹੀ ਵੱਖ ਕਰ ਦਿੱਤਾ ਸੀਗਾ ਇਸ ਕਰਕੇ ਉਹਦੇ ਵਿੱਚ ਸ਼ਾਮਲ ਆਉਂਦਾ ਹੀ ਨਹੀਂ ਸੀਗਾ ਤੇ ਇਸ ਤਰੀਕੇ ਨਾਲ ਸਾਨੂੰ ਇਹ ਸਾਡਾ ਨਵਾਂ ਪੰਜਾਬ 1 ਨਵੰਬਰ 1966 ਨੂੰ ਹੋਣ ਦੇ ਵਿੱਚ ਆਉਂਦਾ ਹੋਇਆ ਦਿਖਾਈ ਦਿੰਦਾ ਜੋ ਕਿ ਅੱਜ ਦਾ ਸਾਡਾ ਪੰਜਾਬ ਹੈ ਓਕੇ 1966 ਦੇ ਵਿੱਚ ਜਾਨੀ ਕਿ 1 ਨਵੰਬਰ 1966 ਇਸ ਦਿਨ ਜਿਹੜਾ ਸਾਡਾ ਪੰਜਾਬ ਬਣਦਾ ਹੈ ਜੀ ਇਸ ਦੀ ਲੈਟੀਟਿਊਡ ਤੇ ਲੌਂਗੀਟਿਊਡ ਸਥਿਤੀ ਬਣਦੀ ਹੈਗੀ ਹੈ ਜੀ ਜੋ ਕਿ ਨਵੇਂ ਤਰੀਕੇ ਦੇ ਨਾਲ ਹੁੰਦੀ ਹੈ ਕਿਉਂਕਿ ਕਾਫੀ ਸਾਰਾ ਖੇਤਰ ਜਿਹੜਾ ਹੈ ਇਸ ਦੇ ਵਿੱਚੋਂ ਕੱਟ ਦਿੱਤਾ ਗਿਆ ਸੀਗਾ ਓਕੇ 1 ਨਵੰਬਰ 1966 ਨੂੰ ਜਦੋਂ ਸਾਡਾ ਪੰਜਾਬ ਬਣਾਇਆ ਜਾਂਦਾ ਹੈ ਤਾਂ ਇਹਦੇ ਵਿੱਚ ਲੈਟੀਟਿਊਡ ਨੋਟ ਕਰਦੇ ਆਂ ਪਹਿਲਾਂ ਤਾਂ ਆਪਾਂ ਕੀ ਲੈਟੀਟਿਊਡ ਕਿੰਨੀ ਰਹੀ ਹੈਗੀ ਆ ਲੈਟੀਟਿਊਡ ਇਹਦੇ ਵਿੱਚ ਮੈਂ ਮੈਪ ਦੇ ਵਿੱਚ ਪੂਰਾ ਇਨਕਲੂਡ ਵੀ ਕਰ ਦਿੱਤਾ ਹੈ ਬਾਕੀ ਤੁਸੀਂ ਵੀ ਦੇਖ ਲੈਣਾ ਓਕੇ ਹਾਂਜੀ ਸੋ ਲੈਟੀਟਿਊਡ ਦਾ ਭਾਵ ਹੈ ਜੀ ਜਿਹੜੀਆਂ ਕੁਝ ਰਖਾਵਾਂ ਇਸ ਤਰੀਕੇ ਦੇ ਨਾਲ ਜਾ ਰਹੀਆਂ ਨੇ ਆਹ ਵਾਲੀਆਂ ਓਕੇ ਸੋ ਪੰਜਾਬ ਜਿਹੜਾ ਹੈ ਲੈਟੀਟਿਊਡ ਦੇ ਵਿੱਚ ਸ਼ੁਰੂ ਦੀ ਗੱਲ ਕਰੀਏ ਤਾਂ ਸ਼ੁਰੂ ਹੁੰਦਾ ਹੈ 29 ਡਿਗਰੀ 30 ਮਿੰਟ ਓਕੇ ਆ ਖੇਤਰ ਹੈ ਜੀ ਇੱਥੋਂ 29 ਸ਼ੁਰੂ ਹੁੰਦਾ ਹੈਗਾ ਕਿ ਪੰਜਾਬ ਦਾ ਖੇਤਰ 29 ਤੋਂ ਸ਼ੁਰੂ ਹੁੰਦਾ ਹੈ ਅਤੇ 32 ਡਿਗਰੀ 32 ਡਿਗਰੀ 32 ਮਿੰਟ ਨਾਰਥ 32 ਮਿੰਟ ਨਾਰਥ ਸੋ 32 ਨੰਬਰ ਚੱਲ ਰਿਹਾ ਤਾਂ ਇੱਥੇ 32 ਡਿਗਰੀ 32 ਮਿੰਟ ਇੱਥੇ ਹੋ ਜਾਣਗੇ ਤੇ ਇੱਥੇ ਜਿਹੜੀ ਇਹਦੀ ਬਾਉਂਡਰੀ ਆ ਉਹ ਸਮਾਪਤ ਹੋ ਜਾਂਦੀ ਹੈਗੀ ਆ ਓਕੇ ਲੌਂਗੀਟਿਊਡ ਦੀ ਗੱਲ ਕਰੀਏ ਲੌਂਗੀਟਿਊਡ ਜਿਹੜੀਆਂ ਕਿ ਕੁਝ ਇਸ ਤਰ੍ਹਾਂ ਲਿਖਾਵਾ ਜਾ ਰਹੀਆਂ ਨੇ ਓਕੇ ਆਹ ਬੋਲਾਂਗਾ ਖੜਮੀ ਲੋੜ ਤੇੜੀਆਂ ਹੈ ਕਿ ਨਹੀਂ ਕਿਆਂ ਲੌਂਗੀਟਿਊਡ ਦੀ ਸ਼ੁਰੂਆਤ ਹੁੰਦੀ ਹੈ ਜੀ 73 ਡਿਗਰੀ 56 ਮਿੰਟ 73 ਡਿਗਰੀ 56 ਮਿੰਟ ਆ 74 ਡਿਗਰੀ ਜਾਰੀ ਹੈ ਤੇ ਪੰਜਾਬ ਸਾਡਾ ਥੋੜਾ ਜਿਹਾ ਪਿੱਛੇ ਐ ਇਸ ਕਰਕੇ ਜਿਹੜਾ ਹੈ ਆਪਾਂ 73 ਤੋਂ ਕਾਊਂਟ ਕਰਾਂਗੇ 73 ਡਿਗਰੀ 56 ਮਿੰਟ ਇਸ ਸਥਾਨ ਤੋਂ ਨੋਟ ਕਰਾਂਗੇ ਔਰ ਇਸ ਤੋਂ ਬਾਅਦ ਚੱਲਦਾ ਹੈ ਜੀ ਅੱਗੇ 76 ਡਿਗਰੀ 50 ਮਿੰਟ ਤੱਕ 76 ਡਿਗਰੀ 50 ਮਿੰਟ ਈਸਟ ਓਕੇ ਇਹ ਆ ਜਾਂਦਾ ਜੀ ਸਾਡਾ ਇਸ ਖੇਤਰ ਤੱਕ ਓਕੇ ਆ 77 ਹੈ ਬਟ ਆਪਾਂ 77 ਤੱਕ ਜਾ ਰਹੇ ਹਾਂ ਤਾਂ 77 ਤੋਂ 50 ਤੱਕ ਵੰਡਿਆ ਜਾਂਦਾ ਹੈ ਇਸ ਨੂੰ ਤਾਂ ਇਸ ਤਰੀਕੇ ਦੇ ਨਾਲ ਸਾਡੇ ਪੰਜਾਬ ਦੀ ਇਹ ਲੋਕੇਸ਼ਨ ਬਣ ਜਾਂਦੀ ਹੈ ਜੀ ਨਾਰਥ ਦਾ ਭਾਵ ਹੈ ਸਾਡਾ ਪੰਜਾਬ ਜਿਹੜਾ ਹੈ ਉੱਤਰੀ ਗੋਲਾ ਅਰਧ ਦੇ ਵਿੱਚ ਪੈਂਦਾ ਹੈਗਾਗਾ ਅਤੇ ਲੈਂਗਿਟਿਊਡ ਦੇ ਨਾਲ ਈ ਲਗਾਉਣ ਦਾ ਭਾਵ ਹੈ ਕਿ ਸਾਡੀ ਧਰਤੀ ਦੀ ਡਾਇਰੈਕਸ਼ਨ ਈਸਟ ਦੇ ਵਿੱਚ ਸਾਡਾ ਪੰਜਾਬ ਪੈਂਦਾ ਹੈ ਸੋ ਇਸ ਦੇ ਨਾਲ ਇਹ ਐਨ ਈ ਜਿਹੜਾ ਹੈ ਇਸ ਤਰੀਕੇ ਦੇ ਨਾਲ ਸੈੱਟ ਕੀਤਾ ਜਾਂਦਾ ਹੁੰਦਾ ਹੈ ਓਕੇ ਸੋ ਇਹ ਮੈਂ ਤੁਹਾਨੂੰ ਐਸੇ ਵੀ ਬਣਾ ਕੇ ਦਿਖਾ ਦਣਾ ਹੈ ਜੇਕਰ ਅਪਾ ਪੂਰੀ ਧਰਤੀ ਦੀ ਗੱਲ ਕਰੀਏ ਤਾਂ ਧਰਤੀ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਹੈ ਇੱਕ ਨੂੰ ਕਿਹਾ ਜਾਂਦਾ ਹੈ ਨਾਰਥ ਇਹਦੇ ਵਿੱਚ ਪੈਂਦਾ ਹੈ ਸਾਡਾ ਪੰਜਾਬ ਨੀਚੇ ਵਾਲਾ ਖੇਤਰ ਜਿਹੜਾ ਰਹੂਗਾ ਉਹਨੂੰ ਸਾਊਥ ਕਿਹਾ ਜਾਂਦਾ ਹੈ ਇਸ ਤਰੀਕੇ ਨਾਲ ਧਰਤੀ ਦੇ ਵਿਚਾਲੋਂ ਇਸ ਤਰੀਕੇ ਨਾਲ ਇੱਕ ਹੋਰ ਰੇਖਾ ਨਿਕਲਦੀ ਹੈ ਇਹਨੂੰ ਕਿਹਾ ਜਾਊਗਾ ਵੈਸਟ ਇਸ ਵਾਲੇ ਖੇਤਰ ਨੂੰ ਕਿਹਾ ਜਾਊਗਾ ਈਸਟ ਨੀਚੇ ਵੀ ਸੇਮ ਹੀ ਰਹੂਗਾ ਓਕੇ ਇਸ ਤਰੀਕੇ ਨਾਲ ਧਰਤੀ ਨੂੰ ਵੰਡਿਆ ਜਾਂਦਾ ਹੈ ਇਹਦੇ ਨਾਲ ਹੀ ਤੁਸੀਂ ਨੋਟ ਰੱਖਣਾ ਹੈ ਕਿ 1 ਨਵੰਬਰ 1966 ਨੂੰ ਜਦੋਂ ਸਾਡਾ ਪੰਜਾਬ ਬਣਿਆ ਸੀਗਾ ਤਾਂ ਉਸ ਸਮੇਂ ਸਾਡੇ ਪੰਜਾਬ ਦੇ ਵਿੱਚ ਜਿਹੜੇ ਜ਼ਿਲ੍ਹੇ ਸੀਗੇ ਉਹਨਾਂ ਦੀ ਸੰਖਿਆ ਕਿੰਨੀ ਸੀਗੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜੀ ਸੋ ਉਸ ਸਮੇਂ ਸਾਡੇ ਪੰਜਾਬ ਦੇ ਵਿੱਚ ਕੁੱਲ 11 ਜ਼ਿਲ੍ਹੇ ਸ਼ਾਮਿਲ ਸੀਗੇ 11ਵਾਂ ਜ਼ਿਲ੍ਹਾ ਜਿਹੜਾ ਸੀਗਾ ਜੀ ਉਹ ਰੂਪਨਗਰ ਸੀਗਾ ਇਸ ਦੇ ਵਿੱਚ ਸਭ ਤੋਂ ਪਹਿਲਾਂ ਗਰਦਾਸਪੁਰ ਸੀਗਾ ਤੇ ਸਭ ਤੋਂ ਅਖੀਰ ਦੇ ਵਿੱਚ 11ਵਾਂ ਜ਼ਿਲ੍ਹਾ ਸੀਗਾ ਜਿਹੜਾ ਉਹ ਰੂਪਨਗਰ ਸੀ ਤੇ ਕੁੱਲ ਜ਼ਿਲ੍ਹੇ 11 ਸੀਗੇ ਉਸ ਸਮੇਂ ਦੇ ਦੌਰਾਨ ਜਦੋਂ ਸਾਡਾ ਪੰਜਾਬ 1 ਨਵੰਬਰ 1966 ਨੂੰ ਬਣਦਾ ਹੈਗਾ ਠੀਕ ਹੈ ਇਹ ਪੰਜਾਬ ਦੀ ਕੁਝ ਬੇਸਿਕ ਜੀ ਜਿਹੜੀ ਜਾਣਕਾਰੀ ਆਪਾਂ ਪਹਿਲਾਂ ਡਿਸਕਸ ਕੀਤੀ ਹੈ ਨੈਕਸਟ ਚੱਲਦੇ ਹਾਂ ਜੀ ਪੰਜਾਬ ਦੇ ਵਿੱਚ ਖੇਤਰ ਨੂੰ ਵੀ ਸਾਡੇ ਪੰਜਾਬ ਦੇ ਨੂੰ ਵੰਡਿਆ ਹੈਗਾਗਾ ਵੱਖਰੇ ਵੱਖਰੇ ਤਰੀਕੇ ਦੇ ਨਾਲ ਠੀਕ ਹੈ ਇਹ ਵੰਡ ਜਿਹੜੀ ਹੈ ਦਰਿਆਵਾਂ ਦੇ ਆਧਾਰ ਦੇ ਉੱਪਰ ਹੈ ਕਿ ਕਿਹੜਾ ਕਿਹੜਾ ਖੇਤਰ ਸਾਡੇ ਪੰਜਾਬ ਦਾ ਹੈ ਸਪੈਸ਼ਲੀ ਸੋ ਇਹ ਦ੍ਰਿਆਮੰਦੀ ਦਾ ਹਰਤੂ ਪ੍ਰਾਜੀ ਆ ਦਰਿਆ ਜਾਂਦਾ ਹੈ ਜਿਹੜਾ ਇਸ ਨੂੰ ਕਿਹਾ ਜਾਂਦਾ ਹੈ ਜੀ ਰਾਵੀ ਦਰਿਆ ਓਕੇ ਆ ਨੀਚੇ ਵਾਲਾ ਜਿਹੜਾ ਦਰਿਆ ਜਾਂਦਾ ਹੈ ਜੀ ਇਸ ਨੂੰ ਕਿਹਾ ਜਾਂਦਾ ਹੈ ਬਿਆਸ ਦਰਿਆ ਆ ਤੀਸਰਾ ਦਰਿਆ ਜਾਂਦਾ ਹੈ ਜੀ ਜਿਹੜਾ ਇਸ ਨੂੰ ਕਹਿ ਦਿੱਤਾ ਜਾਂਦਾ ਹੈ ਸਤਲੁਜ ਦਰਿਆ ਚੌਥਾ ਦਰਿਆ ਜਾਂਦਾ ਹੈ ਜੀ ਕੱਗਰ ਦਰਿਆ ਦ੍ਰਿਆਮੰਦੀ ਮੈਂ অলਰੈਡੀ ਵੀਡੀਓ ਬਣਾਈ ਹੋਇਆ ਸੋ ਤੁਸੀਂ ਉੱਥੇ ਲੱਗ ਤੋਂ ਵੀ ਦੇਖ ਸਕਦੇ ਹੋ ਰਾਵੀ ਦਰਿਆ ਜਿਹੜਾ ਹੈਗਾਗਾ ਇਹ ਰੋਤਾਂਗ ਦਰੇ ਤੋਂ ਨਿਕਲਦਾ ਹੈਗਾਗਾ ਰੋਤਾਂਗ ਦਰੇ ਤੋਂ ਨਿਕਲਦਾ ਹੈਗਾਗਾ ਬਿਆਸ ਦਰਿਆ ਵੀ ਰੋਤਾਂਗ ਦਰੇ ਤੋਂ ਹੀ ਨਿਕਲਦਾ ਬਟ ਰੋਤਾਂਗ ਦਰਿਆ ਦੇ ਬਿਆਸ ਕੁੰਡ ਨਾਮੀ ਸਥਾਨ ਤੋਂ ਨਿਕਲਦਾ ਹੈ ਬਿਆਸ ਕੁੰਡ ਨਾਮੀ ਸਥਾਨ ਸਤਲੁਜ ਦਰਿਆ ਜਿਹੜਾ ਹੈਗਾਗਾ ਇਹ ਨਿਕਲਦਾ ਹੈ ਜੀ ਮਾਨਸ ਰੋਵਰ ਝੀਲ ਤੋਂ ਰਾਖਸ਼ ਤਾਲ ਦੇ ਕੋਲੋਂ ਮਾਨਸ ਰੋਵਰ ਝੀਲ ਓਕੇ ਮਾਨਸ ਰੋਵਰ ਝੀਲ ਦੇ ਕੋਲੋਂ ਨਿਕਲਦਾ ਹੈ ਕੱਗਰ ਦਰਿਆ ਜਿਹੜਾ ਹੈ ਸਰਮੌਰ ਦੀਆਂ ਪਹਾੜੀਆਂ ਹਿਮਾਚਲ ਤੋਂ ਨਿਕਲਦਾ ਹੈ ਬਟ ਇੱਕ ਮੌਸਮੀ ਦਰਿਆ ਹੈ ਸਰਮੌਰ ਦੀਆਂ ਪਹਾੜੀਆਂ ਸੋ ਉੱਥੋਂ ਨਿਕਲਦਾ ਹੈ ਜੀ ਇਹ ਚਾਰ ਦਰਿਆ ਨੇ ਜਿਹੜੇ ਪੰਜਾਬ ਦੇ ਵਿੱਚ ਵਰਤਮਾਨ ਸਮੇਂ ਰਹਿ ਚੁੱਕੇ ਹੈਗੇ ਨੇਗੇ ਓਕੇ ਸਪੈਸ਼ਲੀ ਤਿੰਨ ਨੇਗੇ ਜੋ ਕੱਗਰ ਦਰਿਆ ਹੋ ਇੱਕ ਮੌਸਮੀ ਹੈ ਉਸ ਨੂੰ ਆਪਾਂ ਕਾਊਂਟ ਨਹੀਂ ਕਰਦੇ ਇਸ ਕਰਕੇ ਪੰਜਾਬ ਦੇ ਕੁੱਲ ਕੁੱਲ ਤਿੰਨ ਜਿਹੜੇ ਦਰਿਆ ਸ਼ਾਮਿਲ ਨੇਗੇ ਇਨ੍ਹਾਂ ਤਿੰਨਾਂ ਦਰਿਆਵਾਂ ਦੇ ਆਧਾਰ ਦੇ ਉੱਪਰ ਸਾਡੇ ਪੰਜਾਬ ਨੂੰ ਦਬਾਬਿਆਂ ਦੇ ਵਿੱਚ ਵੰਡੇਦਾ ਪੁਰਾਣੇ ਪੰਜਾਬ ਦੇ ਵਿੱਚ ਆਪਾਂ ਗੱਲ ਕਰਗੇ ਤਾਂ ਪੰਜ ਦਬਾਬੇ ਹੁੰਦੇ ਸੀਗੇ ਉਹ ਵੀ ਲਿਖ ਲਿਓ ਠੀਕ ਹੈ ਪੁਰਾਣਾ ਪੰਜਾਬ ਉਸ ਸਮੇਂ ਸਾਡੇ ਪੰਜਾਬ ਦੇ ਵਿੱਚ ਪੰਜ ਦੁਆਬੇ ਸੀਗੇ ਠੀਕ ਹੈ ਜੀ ਦੁਆਬਾ ਫਾਰਸੀ ਭਾਸ਼ਾ ਦਾ ਸ਼ਬਦ ਹੈ ਭਾਵ ਦੋ ਦਰਿਆਵਾਂ ਦੇ ਵਿਚਕਾਰਲੀ ਧਰਤੀ ਦੁਆਬਿਆਂ ਦੇ ਵਿੱਚ ਵੰਡਣ ਦਾ ਜਿਹੜਾ ਸਿਸਟਮ ਸ਼ੁਰੂ ਕੀਤਾ ਸੀ ਇਹ ਮੁਗਲ ਬਾਦਸ਼ਾਹ ਅਕਬਰ ਦੇ ਦੁਆਰਾ ਕੀਤਾ ਸ਼ੁਰੂ ਕੀਤਾ ਗਿਆ ਸੀਗਾ ਵਰਤਮਾਨ ਸਮੇਂ ਸਾਡੇ ਪੰਜਾਬ ਦੇ ਵਿੱਚ ਜਿਹੜੇ ਦੁਆਬੇ ਨੇ ਜੀ ਵਰਤਮਾਨ ਪੰਜਾਬ ਇਸ ਦੇ ਵਿੱਚ ਕੁੱਲ ਤਿੰਨ ਦੁਆਬੇ ਨੇਗੇ ਤਨ ਦਵਾਬਾ ਪਹਿਹੀ ਡਿਸਕਸ ਕਰਾਂਗੇ ਕਿਉਂਕਿ ਆਪਾਂ ਲੇਟੈਸਟ ਪੰਜਾਬ ਦੀ ਗੱਲ ਕਰਦੇ ਇਹਦੇ ਵਿੱਚ ਪੁਰਾਣੀ ਪੰਜਾਬ ਦਾ ਆਪਾਂ ਜ਼ਿਕਰ ਨਹੀਂ ਕਰਾਂਗੇ ਓਕੇ ਹਾਂਜੀ ਜਿਹਦੇ ਵਿੱਚੋਂ ਸਭ ਤੋਂ ਪਹਿਲਾ ਦਵਾਬਾ ਬੰਦਾ ਹੈ ਜੀ ਮਾਝਾ ਦਵਾਬਾ ਠੀਕ ਹੈ ਮਾਝਾ ਜਿਹੜਾ ਹੈ ਇਹ ਦੋ ਦਰਮਾਂ ਦੇ ਵਿਚਕਾਰ ਪੈਂਦਾ ਹੈ ਇੱਕ ਤਾਂ ਰਾਵੀ ਤੇ ਬਿਆਸ ਰਾਵੀ ਅਤੇ ਬਿਆਸ ਇਸ ਦੇ ਖੇਤਰ ਦੇ ਵਿਚਕਾਰ ਪੈਂਦਾ ਹੈ ਕੁੱਲ ਇਹਦੇ ਵਿੱਚ ਚਾਰ ਜ਼ਿਲ੍ਹੇ ਆ ਜਾਂਦੇ ਹੈਗੇ ਜਿਦੇ ਵਿੱਚ ਪਠਾਨਕੋਟ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਮੈਪ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਅੰਮ੍ਰਿਤਸਰ ਅਤੇ ਤਰੰਤਾਰ ਅਤੇ ਤਰੰਤਾਰ ਇਹ ਚਾਰਜ ਲੈਂਦਾ ਹੈ ਦੂਸਰਾ ਖੇਤਰ ਆਉਂਦਾ ਜੀ ਸਾਡੇ ਕੋਲੇ ਦਵਾਬਾ ਦਾ ਦਵਾਬਾ ਜਿਹੜਾ ਹੈ ਇਹ ਵਿਆਸ ਤੇ ਵਿਆਸ ਤੇ ਸਤਲੁਜ ਦੇ ਵਿੱਚਕਾਰ ਆ ਜਾਂਦਾ ਹੈ ਬਿਆਸ ਤੇ ਸਤਲੁਜ ਦੇ ਇਹਦੇ ਵਿੱਚ ਵੀ ਚਾਰ ਜ਼ਿਲ੍ਹੇ ਆ ਜਾਂਦੇ ਹੈ ਜ ਜਿਹਦੇ ਵਿੱਚ ਹੁਸ਼ਿਆਰਪੁਰ ਜਿਸ ਦੇ ਵਿੱਚ ਹੁਸ਼ਿਆਰਪੁਰ ਕਪੂਰਥਲਾ ਕਪੂਰਥਲਾ ਜਲੰਧਰ ਅਤੇ ਨਮਾ ਸ਼ਹਿਰ ਅਤੇ ਨਮਾ ਸ਼ਹਿਰ ਇਹ ਚਾਰ ਜਲੇ ਹੋ ਜਾਂਦੇ ਆ ਤੀਸਰਾ ਦਬਾਬਾ ਆਉਂਦਾ ਜੀ ਮਾਲਵਾ ਦਬਾਬਾ ਜਿਹੜਾ ਕਿ ਪੰਜਾਬ ਦਾ ਸਭ ਤੋਂ ਵੱਡਾ ਦਬਾਬਾ ਹੈ ਜੀ ਇਹ ਪੈਂਦਾ ਹੈ ਜੀ ਸਤਲੁਜ ਦਰਿਆ ਸਤਲੁਜ ਦਰਿਆ ਤੇ ਖੱਗਰ ਦਰਿਆ ਦੇ ਵਿਚਕਾਰਲਾ ਖੇਤਰ ਠੀਕ ਹੈ ਇਹਦੇ ਵਿੱਚ ਕੁੱਲ 15 ਜ਼ਿਲ੍ਹੇ ਪੈ ਜਾਂਦੇ ਆ ਵਰਤਮਾਨ ਸਮੇਂ ਪਹਿਲਾਂ 14 ਹੁੰਦੇ ਸੀ ਬਟ ਵਰਤਮਾਨ ਸਮੇਂ ਮਰੀਲ ਕੋਟ ਨਾਮ ਆ ਐਡ ਹੋ ਗਿਆ ਜਿਸ ਤੇ ਕਾਰਨ ਕਰਕੇ 15 ਜ਼ਿਲ੍ਹੇ ਪੈ ਜਾਂਦੇ ਹੈ ਜਿਦੇ ਵਿੱਚ ਜਿਵੇਂ ਕਿ ਫਿਰੋਜ਼ਪੁਰ ਹੋ ਗਿਆ ਹੈ ਫਾਜ਼ਿਲਕਾ ਹੋ ਗਿਆ ਹੈ ਮੁਕਸਰ ਹੋ ਗਿਆ ਹੈ ਫਰੀਦਕੋਟ ਮੋਗਾ ਲੁਧਿਆਣਾ ਫਤੀਗੜ ਸਾਹਿਬ ਜਤਲਾਬਾ ਅਜੀਤਗੜ ਜਾਨੀ ਕਿ ਮਹਾਲੀ ਆ ਜਾਂਦਾ ਹੈ ਰੋਪੜ ਆ ਜਾਂਦਾ ਇਸ ਦੇ ਵਿੱਚ ਬਰਨਾਲਾ ਬਠਿੰਡਾ ਮਾਨਸਾ ਸੰਗਰੂਰ ਮਲੇਰ ਕੋਟਲਾ ਜੋ ਕਿ ਇਸ ਮੈਪ ਦੇ ਵਿੱਚ ਐਡ ਨਹੀਂ ਹੈ ਅਤੇ ਪਟਿਆਲਾ ਇਹ ਸਾਰੇ ਖੇਤਰ ਮਾਲਵਾ ਦੇ ਵਿੱਚ ਪੈ ਜਾਂਦੇ ਹੈ ਤੇ ਕੁੱਲ ਇਹ 15 ਨੇ ਜੋ ਕਿ ਸਭ ਤੋਂ ਵੱਡਾ ਖੇਤਰ ਹੋ ਜਾਂਦਾ ਹੈ ਪੰਜਾਬ ਓਕੇ ਨੈਕਸਟ ਹੈ ਜੀ ਪੰਜਾਬ ਨੂੰ ਅੱਗੇ ਜ਼ਿਲ੍ਹਿਆਂ ਤੋਂ ਇਲਾਵਾ ਡਿਵੀਜ਼ਨਾਂ ਦੇ ਵਿੱਚ ਹੀ ਵੰਡਿਆ ਜਾਂਦਾ ਹੈ ਠੀਕ ਹੈ ਸੋ ਪੰਜਾਬ ਦੇ ਵਿੱਚ ਕੁੱਲ 5 ਡਿਵੀਜ਼ਨਾਂ ਪੈ ਜਾਂਦੀਆਂ ਨੇ ਹੈਗੀਆਂ 5 ਡਿਵੀਜ਼ਨਾਂ ਹੈ ਜੀ ਪੰਜਾਬ ਦੀਆਂ ਕੁੱਲ ਠੀਕ ਹੈ 5 ਡਿਵੀਜ਼ਨਾਂ ਕਿਹੜੀਆਂ-ਕਿਹੜੀਆਂ ਨੇ ਇਹਦੇ ਵਿੱਚ ਪੈਂਦਾ ਹੈ ਜੀ ਜਲੰਧਰ ਸਭ ਤੋਂ ਪਹਿਲੀ ਡਿਵੀਜ਼ਨ ਆ ਜਾਂਦੀ ਹੈਗੀ ਹੈਗੀ ਜਲੰਧਰ ਠੀਕ ਹੈ ਜਲੰਧਰ ਦੇ ਅਧੀਨ ਕਿਹੜੇ-ਕਿਹੜੇ ਆਉਂਦੇ ਹੈਗੇ ਆ ਧਿਆਨ ਨਾਲ ਨੋਟ ਕਰੇ ਉਸ ਨੂੰ ਜਲੰਧਰ ਦੇ ਵਿੱਚ ਆਉਂਦੇ ਹੈਗੇ ਆ ਜੀ ਇੱਕ ਤਾਂ ਖੁਦ ਜਲੰਧਰ ਸ਼ਾਮਿਲ ਹੋ ਜਾਂਦਾ ਹੈ ओके ਜਲੰਧਰ ਕਪੂਰਥਲਾ ਇਸ ਦੇ ਵਿੱਚ ਸ਼ਾਮਿਲ ਹੈ ਹੁਸ਼ਿਆਰਪੁਰ ਜਿਹੜਾ ਹੈ ਉਹ ਇਸ ਦੇ ਵਿੱਚ ਸ਼ਾਮਿਲ ਹੈ ਜੀ ਜਲੰਧਰ ਬਲ ਦੇ ਵਿੱਚ ਗਰਦਾਸਪੁਰ ਪਠਾਨਕੋਟ ਪਠਾਨਕੋਟ ਅਤੇ ਅੰਮ੍ਰਿਤਸਰ ਐਂਡ ਤਰਨਤਾਰਨ ਐਂਡ ਤਰਨਤਾਰਨ ਆ ਸਾਰਾ ਖੇਤਰ ਜਿਹੜਾ ਹੈ ਇਹ ਜਲੰਧਰ ਡਿਵੀਜ਼ਨ ਦੇ ਵਿੱਚ ਪੈ ਜਾਂਦਾ ਹੈ ਠੀਕ ਹੈ ਦੂਸਰਾ ਖੇਤਰ ਹੁੰਦਾ ਹੈ ਜੀ ਪਟਿਆਲਾ ਡਿਵੀਜ਼ਨ ਦਾ ਪਟਿਆਲਾ ਦੂਸਰੀ ਵਾਲੀ ਪਟਿਆਲਾ ਡਿਵੀਜ਼ਨ ਪਟਿਆਲਾ ਡਿਵੀਜ਼ਨ ਦੇ ਵਿੱਚ ਪੈਂਦਾ ਹੈਗਾ ਜੀ ਸੰਗਰੂਰ ਸੰਗਰੂਰ ਓਕੇ ਵਰਤਮਾਨ ਸਮੇਂ ਲੇਰਕੋਟਲਾ ਵੀ ਇਹਦੇ ਵਿੱਚ ਇਨਕਲੂਡ ਹੋਊਗਾ ਸੰਗਰੂਰ ਹੋ ਜਾਂਦਾ ਹੈ ਜੀ ਲੁਧਿਆਣਾ ਓਕੇ ਐਂਡ ਇਸ ਤੋਂ ਲਾ ਬਾ ਫਤਿਹਗੜ੍ਹ ਸਾਹਿਬ ਸਤੇਗੜ ਸਾਹਿਬ ਬਰਨਾਲਾ ਵੀ ਇਨਕਲੂਡ ਹੈ ਇਹਦੇ ਵਿੱਚ ਓਕੇ ਬਰਨਾਲਾ ਵੀ ਇਨਕਲੂਡ ਆ ਜਾਂਦਾ ਹੈ ਜੀ ਇਹ ਸਾਰੇ ਖੇਤਰ ਜਿਹੜੇ ਹੈਗੇ ਨੇ ਇਹ ਪੈਂਦੇ ਹੈਗੇ ਜੀ ਬੜਿਆਲਾ ਡਿਵੀਜ਼ਨ ਦੇ ਵਿੱਚ ਆ ਸਾਰੇ ਖੇਤਰ ਓਕੇ ਅ ਬਰਨਾਲਾ ਵੀ ਇਨਕਲੂਡ ਹੈ ਦੇ ਵਿੱਚ ਓਕੇ ਚਲੋ ਨੈਕਸਟ ਆ ਜਾਂਦੀ ਹੈ ਜੀ ਫਰੀਦਕੋਟ ਤੀਸਰੀ ਡਿਵੀਜ਼ਨ ਫਰੀਦਕੋਟ ਡਿਵੀਜ਼ਨ ਫਰੀਦਕੋਟ ਡਿਵੀਜ਼ਨ ਦੇ ਵਿੱਚ ਫਰੀਦਕੋਟ ਓਕੇ ਬਠਿੰਡਾ ਅਤੇ ਮਾਨਸਾ ਦਾ ਸਾਰਾ ਖੇਤਰ ਨੂੰ ਇੱਧਰ ਲਿਖਦੇ ਆਂ ਓਕੇ ਇਹ ਹੈ ਜੀ ਫਰੀਦਕੋਟ ਡਿਵੀਜ਼ਨ ਇਹ ਚ ਤਿੰਨ ਜ਼ਿਲ੍ਹੇ ਪੈਗੇ ਹੈਗੇ ਨਿਕੀ ਤੀਸਰੀ ਡਿਵੀਜ਼ਨ ਦੇ ਵਿੱਚ ਚੌਥੀ ਡਿਵੀਜ਼ਨ ਆ ਜਾਂਦੀ ਹੈ ਜੀ ਰੂਪਨਗਰ ਡਿਵੀਜ਼ਨ ਰੂਪਨਗਰ ਡਿਵੀਜ਼ਨ ਚੌਥੀ ਇਹ ਚ ਪੈਂਦਾ ਹੈਗੇ ਜੀ एसबीएस नगर शहीद भगत सिंह नगर रूपनगर ते मोहाली जिन्नु के एसएएस नगर ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਹ ਖੇਤਰ ਹੈ ਜੀ ਰੂਪਨਗਰ ਦੇ ਵਿੱਚ ओके लास्ट ਆ ਜਾਂਦੀ ਹੈ ਜੀ ਸਾਡੇ ਕੋਲੇ ਪੰਜਵੀਂ ਫਿਰੋਜ਼ਪੁਰ ਡਿਵੀਜ਼ਨ ਫਿਰੋਜ਼ਪੁਰ ਡਿਵੀਜ਼ਨ ਫਿਰੋਜ਼ਪੁਰ ਡਿਵੀਜ਼ਨ ਦੇ ਵਿੱਚ ਸ਼ਾਮਿਲ ਹੈ ਜੀ ਫਿਰੋਜ਼ਪੁਰ ਮੁਕਤਸਰ ਫਾਜ਼ਿਲકા ओके ਫਿਰੋਜ਼ਪੁਰ ਅਤੇ ਮੋਗਾ ਅਤੇ ਮੋਗਾ ਆ ਸਾਰਾ ਖੇਤਰ ਜਿਹੜਾ ਹੈ ਇਹ ਫਿਰੋਜ਼ਪੁਰ ਦੇ ਵਿੱਚ ਪੈ ਜਾਂਦਾ ਹੈ ਕਗਾ ਓਕੇ ਤੇ ਮੈਂ ਆਪਣੇ ਨਾਲ ਬਣਾ ਦਿੱਤਾ ਹੈ ਉਮੀਦ ਹੈ ਤੁਹਾਨੂੰ اچھی طرح ਸਮਝ ਲੱਗ ਗਿਆ ਹੋਊਗਾ ਕਿਉਂਕਿ ਨਾਲ-ਨਾਲ ਤੁਸੀਂ ਦੇਖਦੇ ਰਹਿਣਾ ਇਸ ਨੂੰ ਫਿਰ ਤੁਹਾਨੂੰ ਅੱਛਾ ਈਜ਼ੀ ਤਰੀਕੇ ਨਾਲ ਯਾਦ ਰਹਿ ਜਾਊਗਾ ਠੀਕ ਹੈ ਤੇ ਸਾਰੀਆਂ ਪੰਜ ਡਿਵੀਜ਼ਨਾਂ ਹੋ ਜਾਂਦੀਆਂ ਇਸ ਤਰੀਕੇ ਦੇ ਨਾਲ ਸਾਡਾ ਜਿਹੜਾ ਇਹ ਪੰਜਾਬ ਵੰਡਿਆ ਹੋਇਆ ਸੀ ਇਹਦੇ ਵਿੱਚ ਓਕੇ ਨੈਕਸਟ ਆਉਂਦਾ ਹੈ ਜੀ ਸਾਡੇ ਪੰਜਾਬ ਨੂੰ ਡਿਸਟ੍ਰਿਕਟ ਵਾਈਜ਼ ਦੀ ਆਪਾਂ ਸ਼ੁਰੂਆਤ ਕਰਗੇ ਤਾਂ ਡਿਸਟ੍ਰਿਕਟ ਵਾਈਜ਼ ਦੇ ਵਿੱਚ ਵੀ ਇੱਕ ਚੀਜ਼ ਤੁਸੀਂ ਪਹਿਲਾਂ ਯਾਦ ਰੱਖਣੀ ਹੈਗੀ ਹੈਗੀ ਇੱਕ ਡਾਇਰੈਕਸ਼ਨ ਦੇ ਮਾਮਲੇ ਦੇ ਵਿੱਚ ਸਾਨੂੰ ਪੁੱਛ ਲੈਂਦੇ ਹੈਗੇ ਆ ਤੇ ਪੰਜਾਬ ਦੇ ਨਾਲ ਕਿੰਨੀਆਂ ਸਟੇਟਾਂ ਲੱਗਦੀਆਂ ਹੈਗੀਆਂ ਸੋ ਸਟੇਟਾਂ ਜਿਹੜੀਆਂ ਸਾਡੇ ਪੰਜਾਬ ਦੇ ਨਾਲ ਲੱਗਦੀਆਂ ਨੇਗੀਆਂ ਉਹ ਤਿੰਨ ਨੇਗੀਆਂ ਓਕੇ ਪੰਜਾਬ ਨੂੰ ਟੱਚ ਕਰਦੀਆਂ ਨੇਗੀਆਂ ਅਤੇ ਯੂਨੀਅਨ ਟੈਰੀਟਰੀ ਦੀ ਗੱਲ ਕਰਕੇ ਤਾਂ ਦੋ ਯੂਨੀਅਨ ਟੈਰੀਟਰੀ ਆ ਜਾਂਦੀਆਂ ਨੇ ਇਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰਗੇ ਪੰਜਾਬ ਦੇ ਨਾਲ ਟੱਚ ਕਰਨ ਵਾਲੀ ਜਿਹੜੀ ਲਾਈਨ ਹੈ ਉਹ ਹੈ ਜੀ ਉੱਪਰ ਜੰਮੂ ਐਂਡ ਕਸ਼ਮੀਰ ਜੰਮੂ ਐਂਡ ਕਸ਼ਮੀਰ ਇਹ ਯੂਨੀਅਨ ਟੈਰੀਟਰੀ ਹੈ ਜੀ ਜੋ ਕਿ ਪੰਜਾਬ ਦੇ ਬਿਲਕੁਲ ਉੱਤਰ ਡਾਇਰੈਕਸ਼ਨ ਦੇ ਵਿੱਚ ਪੈਂਦੀ ਹੈਗੀ ਆ ਠੀਕ ਹੈ ਜੀ ਇਸ ਤੋਂ ਲਾਪਰ ਦੱਖਣ ਦੇ ਵਿੱਚ ਪੰਜਾਬ ਦੇ ਦੱਖਣ ਦੇ ਵਿੱਚ ਪੰਜਾਬ ਦੇ ਵਿੱਚ ਪੈਂਦਾ ਹੈ ਹਰਿਆਣਾ ਹਰਿਆਣਾ ਪੰਜਾਬ ਦੀ ਦੱਖਣੀ ਡਾਇਰੈਕਸ਼ਨ ਦੇ ਵਿੱਚ ਪੈਂਦਾ ਹੈਗਾ ਜੀ ਜਿਹੜਾ ਕਿ ਪੰਜਾਬ ਦੇ 6 ਜ਼ਿਲ੍ਹਿਆਂ ਨੂੰ ਟੱਚ ਕਰਦਾ ਜੰਮੂ ਕਸ਼ਮੀਰ ਇੱਕ ਨੂੰ ਕਰਦਾ ਹੈ ਪਠਾਨਕੋਟ ਨੂੰ ਕਰਦਾ ਹੈ ਉੱਥੇ ਹਰਿਆਣਾ ਜਿਹੜਾ ਹੈ ਉਹ 6 ਜ਼ਿਲ੍ਹਿਆਂ ਨੂੰ ਟੱਚ ਕਰਦਾ ਹੈ ਜਿਦੇ ਵਿੱਚ ਮੁਕਤ ਸਰਵ ਵੀ ਸ਼ਾਮਲ ਹੈ ਬਠਿੰਡਾ ਵੀ ਸ਼ਾਮਲ ਹੈ ਮਾਨਸਾ ਵੀ ਸ਼ਾਮਲ ਹੈ ਸੰਗਰੂਰ ਵੀ ਸ਼ਾਮਲ ਹੈ ਤੇ ਪਟਿਆਲਾ ਵੀ ਸ਼ਾਮਲ ਹੈ ਤੇ ਕੁਝ ਹਿੱਸਾ ਮਹਾਲੀ ਦਾ ਵੀ ਇਹ ਸਾਰਾ ਖੇਤਰ ਜਿਹੜਾ ਹੈ ਹਰਿਆਣੇ ਦਾ ਹੈ ਓਕੇ ਬਿਲਕੁਲ ਉੱਤਰ ਦੱਖਣ ਪੂਰਬ ਪੱਛਮ ਦੇ ਵਿੱਚ ਠੀਕ ਹੈ ਦੱਖਣ ਪੱਛਮ ਦੇ ਵਿੱਚ ਪੈਂਦਾ ਹੈ ਜੀ ਸਾਡੇ ਕੋਲੇ Rajasthan Rajasthan ਇਹ ਪੈਂਦਾ ਹੈ ਡਾਇਰੈਕਸ਼ਨ ਦੇ ਮਾਮਲੇ 'ਚ ਪੰਜਾਬ ਦੇ ਦੱਖਣ ਪੱਛਮ ਦੇ ਵਿੱਚ ਇਹ ਪੰਜਾਬ ਦੇ ਇੱਕੋ ਇੱਕ ਜ਼ਿਲ੍ਹੇ ਨੂੰ ਟੱਚ ਕਰਦਾ ਹੈ ਜੀ ਖਾਸ ਤੌਰ ਤੇ ਫਾਜ਼ਿਲਕਾ ਨੂੰ ਪਰ ਕੁਝ ਕੇ ਹਿੱਸਾ ਜਿਹੜਾ ਹੈ ਉਹ ਮੁਕਤਸਰ ਦਾ ਵੀ ਹੋ ਜਾਂਦਾ ਹੈ ਤਾਂ ਦੋ ਜ਼ਿਲ੍ਹੇ ਪੰਜਾਬ ਦੇ ਇਸ ਨੂੰ ਟੱਚ ਕਰਦੇ ਹੈਗੇ ਨੇ ਠੀਕ ਹੈ ਜੀ ਦੂਸਰੀ ਸਾਈਡ ਤੇ ਆਪਾਂ ਇੱਕ ਹੋਰ ਡਾਇਰੈਕਸ਼ਨ ਰਹੀ ਹੈ ਸਾਡੀ ਜੀ ਉੱਤਰ ਪੂਰਬ ਵਾਲੀ ਉੱਤਰ ਪੂਰਬ ਉੱਤਰ ਪੂਰਬ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਪੈਂਦਾ ਹੈ ਹਿਮਾਚਲ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਤੇ ਨਾਲ ਸਾਡੇ 4 ਜ਼ਿਲ੍ਹੇ ਲੱਗਦੇ ਆ ਜਿਹਦੇ ਵਿੱਚੋਂ ਪਠਾਨਕੋਟ ਆ ਜਾਂਦਾ ਹੈ ਪਠਾਨਕੋਟ ਤੋਂ ਇਲਾਵਾ ਹੁਸ਼ਿਆਰਪੁਰ ਰੂਪਨਗਰ ਅਤੇ ਮੋਹਾਲੀ ਇਹ ਚਾਰ ਜ਼ਿਲ੍ਹੇ ਜਿਹੜੇ ਆ ਪੰਜਾਬ ਦੇ ਉੱਤਰ ਪੂਰਬ ਵਾਲੇ ਖੇਤਰ ਦੇ ਵਿੱਚ ਲੱਗਦੇ ਨੇਗੇ ਓਕੇ ਔਰ ਇੱਕ ਸਾਡਾ ਇਸੇ ਖੇਤਰ ਦੇ ਵਿੱਚ ਚੰਡੀਗੜ੍ਹ ਵੀ ਪੈ ਜਾਂਦਾ ਹੈ ਜੀ ਠੀਕ ਹੈ ਸੋ ਜਿਕਰ ਪੂਰਬ ਦੀ ਡਾਇਰੈਕਸ਼ਨ ਦੀ ਗੱਲ ਕਰੀਏ ਸੋ ਉਹ ਵੀ ਇੱਕ ਚੰਡੀਗੜ੍ਹ ਜਿਹੜਾ ਹੈ ਯੂਨੀਅਨ ਟੈਰੀਟਰੀ ਹੈ ਸੋ ਇਸ ਕਰਕੇ ਆਪਾਂ ਦੋ ਕਾਉਂਟ ਕੀਤੀਆਂ ਨੇ ਯੂਨੀਅਨ ਟੈਰੀਟਰੀਆਂ ਇੱਥੇ ਠੀਕ ਹੈ ਉਮੀਦ ਕਰਦਾ ਹਾਂ ਤੁਹਾਨੂੰ ਇਹ ਪਤ ਲੱਗ ਚੁੱਕਿਆ ਹੋ ਚੰਗੀ ਤਰ੍ਹਾਂ ਓਕੇ ਸੋ ਇਹਨੂੰ ਮੈਂ ਸੇਵ ਨਹੀਂ ਕਰੂੰਗਾ ਬਾਕੀ ਸਾਰੀਆਂ ਚੀਜ਼ਾਂ ਤੁਹਾਡੇ ਕੋਲੇ ਪੀਡੀਐਫ ਦੇ ਵਿੱਚ ਸੇਮ ਆ ਜਾਣਗੀਆਂ ਓਕੇ ਕਿਉਂਕਿ ਆਪਾਂ ਡਿਸਟ੍ਰਿਕਟ ਵਾਈਜ਼ ਪੜ੍ਹਨਾ ਹੈ ਇਸ ਕਰਕੇ ਇਸ ਨੂੰ ਅਪਰ ਰੱਖਾਂਗੇ ਠੀਕ ਹੈ ਹਾਂਜੀ ਤਾਂ ਸ਼ੁਰੂਆਤ ਕਰਦੇ ਹਾਂ ਜੀ ਸਾਡੇ ਪੰਜਾਬ ਦੀ ਡਿਸਟ੍ਰਿਕਟ ਵਾਈਜ਼ ਰਿਕਾਰਡ ਕਿ ਕਿੱਥੇ ਕੀ ਹੈ ਕਿੱਥੇ ਕਿਸ ਤਰੀਕੇ ਦਾ ਹੈ ਉਹ ਸਾਰਾ ਕੁਝ ਜਿਹਦੇ ਵਿੱਚ ਕਵਰ ਕਰਾਂਗੇ ਆਪਾਂ ਤਾਂ ਪੰਜਾਬ ਦੀ ਇਸ ਮੈਪ ਤੋਂ ਸ਼ੁਰੂਆਤ ਕਰਾਂਗੇ ਜੀ ਆਪਾਂ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਸਾਡੇ ਪੰਜਾਬ ਦੀ ਦਿੱਸਕ ਜੀ ਕਹਿ ਸਕਦੇ ਆ ਜਾਂ ਸਭ ਤੋਂ ਮੇਨ ਇੱਕ ਡਿਸਟ੍ਰਿਕਟ ਹੈਗੀ ਹੈ ਜੀ ਓਕੇ ਸੋ ਅੰਮ੍ਰਿਤਸਰ ਜਿਹੜਾ ਹੈ ਸਾਡੇ ਪੰਜਾਬ ਦਾ ਮੇਨ ਸ਼ਹਿਰ ਆ ਜਾਂਦਾ ਹੈ ਜੀ ਸਭ ਤੋਂ ਵੱਡਾ ਸ਼ਹਿਰ ਆ ਜਾਂਦਾ ਹੈਗਾ ਅੰਮ੍ਰਿਤਸਰ ਸ਼ਹਿਰ ਦੀ ਜਿਹੜੀ ਸਥਾਪਨਾ ਕੀਤੀ ਗਈ ਸੀਗੀ ਸਥਾਪਨਾ ਕੀਤੀ ਗਈ ਸੀਗੀ ਜੀ ਤਾਂ ਉਹ ਸਥਾਪਨਾ ਸਾਡੇ ਚੌਥੇ ਗੁਰੂ ਗੁਰੂ ਰਾਮਦਾਸ ਜੀ ਨੇ ਕੀਤੀ ਸੀ ਜੀ ਸੋ ਇਹਨਾਂ ਦੇ ਦੁਆਰਾ ਇਹ ਸ਼ਹਿਰ ਵਸਾਇਆ ਗਿਆ ਸੀਗਾ ਓਕੇ ਲਿੰਗ ਅਨੁਪਾਤ ਦੀ ਗੱਲ ਕਰੀਏ ਤਾਂ ਸਾਡੇ ਪੰਜਾਬ ਦੇ ਵਿੱਚ ਲਿੰਗ ਅਨੁਪਾਤ ਦੇ ਮਾਮਲੇ ਦੇ ਵਿੱਚ ਲੁਧਿਆਣਾ ਅੰਮ੍ਰਿਤਸਰ ਜਿਹੜਾ ਸੌਰੀ 884 ਲੇਡੀਜ਼ ਮਿਲਦੀਆਂ ਹੈਗੀਆਂ ਨੇ ਪ੍ਰਤੀ ਹਜ਼ਾਰ ਮਰਦਾਂ ਦੇ ਪਿੱਛੇ ਵਸੋਦੀ ਕੰਤਾ ਦੀ ਗੱਲ ਕਰੀਏ ਤਾਂ ਇਸ ਖੇਤਰ ਦੇ ਵਿੱਚ ਵਸੋਦੀ ਕੰਤਾ ਜਿਹੜੀ ਪੰਜਾਬ ਦੇ ਵਿੱਚ ਦੂਸਰੇ ਸਥਾਨ ਤੇ ਆਉਂਦੀ ਹੈ ਪਹਿਲੇ ਸਥਾਨ ਤੇ ਲੁਧਿਆਣਾ ਜਾਂਦਾ ਹੈਗਾ ਓਕੇ ਇਹ ਹੈ ਜੀ 932 ਪਰਸਨ ਸਕਰ ਕਿਲੋਮੀਟਰ ਪੰਜਾਬ ਦੇ ਵਿੱਚ ਇਸ ਦਾ ਦੂਸਰਾ ਰੈਂਕ ਹੈਗਾਗਾ ਪਹਿਲਾ ਲੁਧਿਆਣਾ ਦਾ ਹੈ ਤੀਸਰਾ ਜਲੰਧਰ ਦਾ ਹੈ ਠੀਕ ਹੈ ਇਸ ਤੋਂ ਇਲਾਵਾ ਸਾਖਰਤਾ ਦਰ ਦੀ ਵੀ ਗੱਲ ਕਰੀਏ ਤਾਂ ਸਾਖਰਤਾ ਦਰ ਜਿਹੜੀ ਹੈ ਪੰਜਾਬ ਦੇ ਲੁਧਿਆਣਾ ਅੰਮ੍ਰਿਤਸਰ ਸ਼ਹਿਰ ਦੇ 73.2% ਹੈ ਓਕੇ ਅੰਮ੍ਰਿਤਸਰ ਕਿਹੜੀਆਂ-ਕਿਹੜੀਆਂ ਚੀਜ਼ਾਂ ਦੇ ਲਈ ਮਸ਼ਹੂਰ ਹੈ ਸੋਇਆ ਡਿਸਟ੍ਰਿਕਟ ਤੁਸੀਂ ਦੇਖ ਸਕਦੇ ਹੋ ਔਰ ਇਹ ਅੰਮ੍ਰਿਤਸਰ ਸ਼ਹਿਰ ਜਿਹੜਾ ਹੈਗਾਗਾ ਇਹ ਪਾਕਿਸਤਾਨ ਨੂੰ ਵੀ ਟੱਚ ਕਰਦਾ ਹੈਗਾਗਾ ਤੇ ਪੰਜਾਬ ਦੇ ਗਰਦਾਸਪੁਰ, ਕਪੂਰਥਲਾ ਤੇ ਤਰਨਤਾਰਨ ਤਿੰਨ ਜ਼ਿਲ੍ਹਿਆਂ ਨੂੰ ਇਹ ਕੱਟਦਾ ਹੈ ਇੱਕ ਦੂਜੇ ਨਾਲ ਮੇਚ ਕਰਦਾ ਹੈ ਅੰਮ੍ਰਿਤਸਰ ਜਿਹੜਾ ਹੈ ਇਹ ਮਸ਼ਹੂਰ ਹੈ ਜੀ ਹਰਮੰਦਰ ਸਾਹਿਬ ਦੇ ਮੰਦਿਰ ਦੇ ਲਈ ਜਿਹਨੂੰ ਗੋਲਡਨ ਟੈਂਪਲ ਦੇ ਨਾਮ ਨਾਲ ਜਾਣਦੇ ਆ ਹਰਮੰਦਰ ਸਾਹਿਬ ਜਿਹੜਾ ਹੈ ਉਹ ਅੰਮ੍ਰਿਤਸਰ ਦੇ ਵਿੱਚ ਪੈ ਜਾਂਦਾ ਹੈ ਇਸ ਤੋਂ ਇਲਾਵਾ ਜਿਲ੍ਹਿਆਂ ਵਾਲਾ ਬਾਗ ਜਿਹੜਾ ਕਿ ਕਾਫੀ ਵੱਡੀ ਘਟਨਾ ਵਾਪਰੀ ਹੈ ਸਾਡੇ ਭਾਰਤੀ ਇਤਿਹਾਸ ਦੀ ਓਕੇ 13 ਅਪ੍ਰੈਲ 1919 ਜਿਲੰਬਲਾ ਬਾਗ ਸੋ ਇਹ ਵੀ ਅੰਮ੍ਰਿਤਸਰ ਦੇ ਵਿੱਚ ਹੀ ਸਥਿਤ ਹੈ ਅਕਾਲ ਤਖਤ ਜਿਹੜਾ ਹੈ ਜਿਹਦੀ ਸਥਾਪਨਾ ਗੁਰੂ ਹਰਗੋਬਿੰਦ ਜੀ ਨੇ ਕੀਤੀ ਸੀ ਸੋ ਅਕਾਲ ਤਖਤ ਸਾਹਿਬ ਜਿਹੜਾ ਹੈ ਉਹ ਅੰਮ੍ਰਿਤਸਰ ਦੇ ਵਿੱਚ ਹੀ ਹੈ ਜੋ ਕਿ ਸਭ ਤੋਂ ਪਹਿਲਾ ਅਕਾਲ ਤਖਤ ਹੈ ਜੀ ਸਾਡੇ ਪੰਜਾਬ ਦਾ ਓਕੇ ਇਸ ਤੋਂ ਇਲਾਵਾ ਰਾਮ ਬਾਗ ਦੇ ਲਈ ਜਿਹੜਾ ਹੈ ਇਹ ਮਸ਼ਹੂਰ ਹੈ ਸਾਡਾ ਅੰਮ੍ਰਿਤਸਰ ਸ਼ਹਿਰ ਕਾਲੀ ਦੇਵੀ ਮੰਦਿਰ ਦੇ ਲਈ ਮਸ਼ਹੂਰ ਹੈ ਜੀ ਸਾਡਾ ਅੰਮ੍ਰਿਤਸਰ ਕਾਲੀ ਦੇਵੀ ਮੰਦਿਰ ਇਸ ਨੂੰ ਗੋਲਡਨ ਸਿਟੀ ਵੀ ਕਿਹਾ ਜਾਂਦਾ ਹੈ ओके ਕਿਉਂਕਿ ਗੋਲਡਨ ਟੈਂਪਲ ਹੈ ਤਾਂ ਉਹਦੇ ਆਧਾਰ ਦੇ ਉੱਪਰ ਕਹਿ ਦਿੰਦੇ ਹੈਗੇ ਇਸ ਨੂੰ ਓਕੇ ਇਸ ਸਥਾਨ ਵਿਖੇ ਗੋਵਿੰਦਗੜ੍ਹ ਨਾਮ ਦਾ ਜਿਹੜਾ ਕਿਲਾ ਹੈ ਉਹ ਮੌਜੂਦ ਹੈ ਜੀ ਗੋਵਿੰਦਗੜ੍ਹ ਕਿਲਾ ਅੰਮ੍ਰਿਤਸਰ ਦੇ ਵਿੱਚ ਹੈ ਠੀਕ ਹੈ ਮਹਾਰਾਜਾ ਰਣਜੀਤ ਸਿੰਘ ਮਿਊਜ਼ੀਅਮ ਜਿਹੜਾ ਹੈ ਉਹ ਇਸ ਸਥਾਨ ਵਿਖੇ ਮੌਜੂਦ ਹੈ ਜੀ ਮਹਾਰਾਜਾ ਰਣਜੀਤ ਸਿੰਘ ਮਿਊਜ਼ੀਅਮ ਮਹਾਰਾਜਾ ਰਣਜੀਤ ਸਿੰਘ ਮਿਊਜ਼ੀਅਮ ਸੋ ਇਹ ਵੀ ਅੰਮ੍ਰਿਤਸਰ ਦੇ ਵਿੱਚ ਹੀ ਮੌਜੂਦ ਹੈ ਜੀ ਬਾਗਾ ਬਾਰਡਰ ਬਾਗਾ ਬਾਰਡਰ ਸੋ ਇਹ ਵੀ ਜਿਹੜਾ ਹੈ ਇਸੇ ਸਥਾਨ ਦੇ ਵਿੱਚ ਹੈ ਜੀ ਜਿੱਥੇ ਕਿ ਭਾਰਤ ਅਤੇ ਪਾਕਿਸਤਾਨ ਦੀ ਜਿਹੜੀ ਬਾਉਂਡਰੀ ਜਾਂ ਸਰਹੱਦ ਬਣੀ ਹੋਈ ਹੈਗੀ ਹੈਗੀ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਗੁਰਦੁਆਰਾ ਸ਼ਹੀਦ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਸੋ ਇਹ ਵੀ ਅੰਮ੍ਰਿਤਸਰ ਦੇ ਵਿੱਚ ਹੀ ਪੈਂਦਾ ਹੈ ਜੀ ਗੰਗ ਸਾਹਿਬ ਓਕੇ ਜੰਗ ਏ ਆਜ਼ਾਦੀ ਜੰਗ ਏ ਆਜ਼ਾਦੀ ਮੈਮੋਰੀਅਲ ਠੀਕ ਹੈ ਮੈਮੋਰੀਅਲ ਸੋ ਇਹ ਵੀ ਜਿਹੜਾ ਹੈ ਅੰਮ੍ਰਿਤਸਰ ਦੇ ਵਿੱਚ ਹੀ ਪੈਂਦਾ ਬਟ ਇਹ ਕਪੂਰਥਲਾ ਦੇ ਨਜ਼ਦੀਕ ਪੈਂਦਾ ਹੈ ਗੱਗਾ ਇੱਕ ਹੈ ਜੀ ਇੱਥੇ ਜੀ ਐਨ ਡੀ ਯਾਨੀ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਸੋ ਇਹ ਵੀ ਅੰਮ੍ਰਿਤਸਰ ਦੇ ਵਿੱਚ ਹੈ ਜੀ 1969 ਦੇ ਵਿੱਚ ਉਸ ਨੂੰ ਬਣਾਇਆ ਗਿਆ ਸੀਗਾ ਇਸ ਸਥਾਨ ਵਿਖੇ ਪੰਜਾਬ ਦਾ ਸਭ ਤੋਂ ਪੁਰਾਣਾ ਕਾਲਜ ਆ ਜਾਂਦਾ ਹੈ ਜੀ ਜਿਸ ਦਾ ਨਾਮ ਹੈ ਖਾਲਸਾ ਕਾਲਜ ਖਾਲਸਾ ਕਾਲਜ ਓਕੇ 1892 ਦੇ ਵਿੱਚ ਇਸੇ ਬਣਿਆ ਸੀ ਕਾਲਜ ਇਹ ਪੰਜਾਬ ਦਾ ਸਭ ਤੋਂ ਪੁਰਾਣਾ ਕਾਲਜਾਂ ਦੇ ਵਿੱਚੋਂ ਇੱਕ ਕਾਲਜ ਹੈਗਾਗਾ ਓਕੇ ਹਾਂਜੀ ਅੰਮ੍ਰਿਤਸਰ ਜਿਹੜਾ ਹੈ ਹੋਰ ਵੀ ਕਈ ਸਾਰੇ ਖੇਤਰਾਂ ਦੇ ਲਈ ਜਿਵੇਂ ਕਿ ਸਿੱਖੀ ਦਾ ਜਿਹੜਾ ਪੰਗੂੜਾ ਕਿਹਾ ਜਾਂਦਾ ਹੈ ਸਿੱਖਾਂ ਦਾ ਮੱਕਾ ਜਿਹੜਾ ਹੈਗਾ ਉਹ ਅੰਮ੍ਰਿਤਸਰ ਨੂੰ ਕਿਹਾ ਜਾਂਦਾ ਹੈਗਾ ਸਿੱਖਾਂ ਦਾ ਮੱਕਾ ਇਹ ਅੰਮ੍ਰਿਤਸਰ ਸ਼ਹਿਰ ਨੂੰ ਹੀ ਕਿਹਾ ਜਾਂਦਾ ਹੈ ਓਕੇ ਕਿਉਂਕਿ ਇੱਥੇ ਜਿਹੜਾ ਹੈ ਹਰਿਮੰਦਰ ਸਾਹਿਬ ਆ ਜਾਂਦਾ ਹੈ ਸਿੱਖਾਂ ਦਾ ਸਭ ਤੋਂ ਵੱਡਾ ਗੁਰਦੁਆਰਾ ਹੈ ਜੋ ਗੋਲਡਨ ਟੈਂਪਲ ਸੋਦੇ ਕਾਰਨ ਕਰਕੇ ਇਹਨਾਂ ਨੂੰ ਸਿੱਖਾਂ ਦੇ ਮੱਕੇ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਅੰਮ੍ਰਿਤਸਰ ਸ਼ਹਿਰ ਨੂੰ ਨੈਕਸਟ ਹੈ ਜੀ अगला रूपनगर सो so, रूपनगर है जी साढ़े पंजाब का अगला डिस्ट्रिक आ जाती है जो कि आ वाले स्थान चंदी है जी ओके रूपनगर रूपनगर है जिसकी सरहद लगती है जी हिमाचल प्रदेश के नाल, नीली साइड से हिमाचल प्रदेश आता हिमाचल प्रदेश में जोड़ा है ये टच करता है ओके ਰੂਪਨਗਰ ਜਿਹੜਾ ਹੈ ਇਸ ਨੂੰ ਰੋਪੜ ਵੀ ਕਹਿ ਦਿੰਦੇ ਹੈਗੇ ਅਤੇ ਇਸ ਸ਼ਹਿਰ ਦਾ ਜਿਹੜਾ ਸੰਸਤਾਪਕ ਸੀਗਾ ਸੰਸਤਾਪਕ ਸੀਗਾ ਉਹ ਸੀਗਾ ਜੀ ਰਾਜਾ ਰੋਕਗੜ ਰਾਜਾ ਰੋਕਗੜ 1965 ਨੂੰ ਤਾਂ ਸਾਡਾ ਪੰਜਾਬ ਬਣਿਆ ਸੀਗਾ ਤਾਂ ਉਹਦੇ ਵਿੱਚ ਪੰਜਾਬ ਦਾ 11ਵਾਂ ਜ਼ਿਲ੍ਹਾ ਜਿਹੜਾ ਬਣਦਾ ਸੀ ਉਹ ਰੂਪਨਗਰ ਹੀ ਬਣਿਆ ਸੀਗਾ ਜਿਹੜਾ ਕਿ 1 ਨਵੰਬਰ 1965 ਨੂੰ ਬਣਿਆ ਸੀਗਾ ਉਹਦੇ ਵਿੱਚ 11ਵਾਂ ਜ਼ਿਲ੍ਹਾ ਜਾਨੀ ਕਿ ਲਾਸਟ ਜ਼ਿਲ੍ਹਾ ਜਿਹੜਾ ਸੀਗਾ ਉਹ ਰੂਪਨਗਰ ਹੀ ਸੀਗਾ ਰੂਪਨਗਰ ਵੀ ਕਾਫੀ سارے ਖੇਤਰਾਂ ਦੇ ਲਈ ਮਸ਼ਹੂਰ ਹੈ ਕਿਉਂਕਿ ਖਾਸ ਤੌਰ ਦੇ ਉੱਪਰ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ ਨਾਲ ਖਾਸ ਤੌਰ ਦੇ ਉੱਪਰ ਜੁੜਿਆ ਹੈ ਕਿਉਂਕਿ ਇਸ ਸਥਾਨ ਵਿਖੇ ਹੀ ਜਿਹੜਾ ਹੈ ਸ੍ਰੀ ਚਮਕੌਰ ਸਾਹਿਬ ਪੈਂਦਾ ਹੈਗਾ ਜਿੱਥੇ ਕਿ ਕਾਫੀ ਯਾਨੀ ਕਿ ਲੜਾਈ ਹੋਈ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਮੁਗਲਾਂ ਦੇ ਨਾਲ ਸੋ ਚਮਕੌਰ ਸਾਹਿਬ ਜਿਹੜਾ ਹੈ ਇਸੇ ਪੈਂਦਾ ਹੈ ਇਸ ਤੋਂ ਇਲਾਵਾ ਆਨੰਦਪੁਰ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਵੀ ਜਿਹੜਾ ਹੈਗਾ ਉਹ ਰੂਪਨਗਰ ਦੇ ਵਿੱਚ ਹੀ ਪੈਂਦਾ ਹੈਗਾ ਜਿੱਥੇ ਕਿ ਪਹਿਲੀ ਦੂਜੀ ਲੜਾਈ ਲੜੀ ਹੋਈ ਸੀ ਜਿਸ ਦੇ ਵਿੱਚ 40 ਸਿੱਖ ਜਿਹੜੇ ਉਹ ਸਾਥ ਛੱਡ ਗਏ ਸੀਗੇ ਉਹ ਇਸੇ ਸਥਾਨ ਦੇ ਵਿੱਚ ਹੀ ਸੀਗੀ ਨਰਮੋਧਾ ਸਥਾਨ ਵੀ ਜਿਹੜਾ ਹੈ ਉਹ ਪੰਜਾਬ ਦੇ ਰੂਪਨਗਰ ਸ਼ਹਿਰ ਦੇ ਵਿੱਚ ਹੀ ਪੈਂਦਾ ਹੈ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ ਨਾਲ ਸੰਬੰਧਿਤ ਹੈ ਇਸ ਤੋਂ ਇਲਾਵਾ ਕੀਰਤਪੁਰ ਸ਼ਹਿਰ ਕੀਰਤਪੁਰ ਸ਼ਹਿਰ ਜਿਹੜਾ ਹੈ ਉਹ ਵੀ ਇਸੇ ਖੇਤਰ 'ਚ ਹੀ ਪੈਂਦਾ ਹੈਗਾਗਾ ਤੇ ਪੰਜਾਬ ਦੇ ਵਿੱਚ ਸਿੰਧੂ ਘਾਟੀ ਦਾ ਯਾਨੀ ਕਿ ਸਿੰਧ ਘਾਟੀ ਦਾ ਇੱਕ ਪ੍ਰਮੁੱਖ ਸ਼ਹਿਰ ਰੋਪੜ ਉਹ ਵੀ ਇਸੇ ਖੇਤਰ ਦੇ ਵਿੱਚ ਹੀ ਪੈਂਦਾ ਹੈਗਾਗਾ ਉੱਥੇ ਇੱਕ ਕੇਂਦਰ ਹੈਗਾਗਾ ਇਹ ਆ ਸਾਡਾ ਚਮਕੌਰ ਸਾਹਿਬ ਇਸ ਤੋਂ ਇਲਾਵਾ ਇਸ ਦੇ ਵਿੱਚ ਅਨੰਦਪੁਰ ਸਾਹਿਬ ਨਿਰਮੋ ਕੀਰਤਪੁਰ ਤੇ ਸਿੰਧੂ ਘਾਟੀ ਦਾ ਪ੍ਰਮੁੱਖ ਕੇਂਦਰ ਰੋਪੜ ਮੌਜੂਦ ਹੈ ਜੀ ਓਕੇ ਇਹ ਤੇ ਦਾ ਸੰਸਤਾਪਕ ਹੈ ਜੀ ਰਾਜਾ ਰੁਕੜ ਜਿਹੜਾ ਕਿ ਇਸ ਨੂੰ ਸ਼ਹਿਰ ਨੂੰ ਬਸਾਉਣ ਵਾਲਾ ਸੀਗਾ ਨੈਕਸਟ ਆਉਂਦਾ ਹੈ ਜੀ ਅਗਲਾ ਸ਼ਹਿਰ ਆਪਣੇ ਕੋਲੇ ਕਪੂਰਥਲਾ ਓਕੇ ਕਪੂਰਥਲਾ ਇੱਕੋ ਇੱਕ ਇਹੋ ਜਿਹਾ ਡਿਸਟ੍ਰਿਕਟ ਹੈ ਜਿਹੜੀ ਦੋ ਹਿੱਸਿਆਂ ਦੇ ਵਿੱਚ ਵੰਡੀ ਹੋਈ ਹੈ ਇੱਕ ਤਾਪਿਆ ਹੈ ਜੇ ਹੁਸ਼ਿਆਰਪੁਰ ਜਲੰਧਰ ਤੇ ਨਵਾਂ ਸ਼ਹਿਰ ਦੇ ਵਿਚਕਾਰ ਇੱਕ ਇਹ ਪੈਂਦਾ ਹੈ ਜੀ ਤਰਨਤਨ ਅੰਮ੍ਰਿਤਸਰ ਤੇ ਗੁਰਦਾਸਪੁਰ ਅਤੇ ਜਲੰਧਰ ਫਿਰੋਜ਼ਪੁਰ ਤੇ ਹੁਸ਼ਿਆਰਪੁਰ ਦੇ ਵਿਚਕਾਰ ਦੋ ਖੇਤਰਾਂ ਦੇ ਵਿੱਚ ਪੈਂਦਾ ਹੈਗਾ ਓਕੇ ਇੱਕੋ ਇੱਕ ਡਿਸਟ੍ਰਿਕਟ ਹੈ ਸਾਡੀ ਇਹ ਕਪੂਰਥਲਾ ਕਪੂਰਥਲਾ ਜਿਹੜਾ ਹੈ ਇਸ ਦੇ ਜਿਹੜਾ ਸੰਸਤਾਪਕ ਹੈ ਜੀ ਸਟੈਬਲਿਸ਼ਮੈਂਟ ਕੀਤੀ ਇਸ ਸ਼ਹਿਰ ਦੀ ਉਹ ਸੀਗਾ ਜੀ ਰਾਣਾ ਕਪੂਰ ਰਾਣਾ ਕਪੂਰ ਨੇ ਜਿਹੜਾ ਹੈ ਇਸ ਡਿਸਟ੍ਰਿਕਟ ਦੀ ਸਥਾਪਨਾ ਕੀਤੀ ਸੀਗੀ ਸ਼ਹਿਰ ਨੂੰ ਬਸਾਇਆ ਸੀਗਾ ਅਤੇ ਇਹ ਦੋ ਭਾਗਾਂ ਦੇ ਵਿੱਚ ਇਸ ਕਾਰਨ ਕਰਕੇ ਹੈ ਜੀ ਕਿਉਂਕਿ ਇਹ ਪੁਰਾਣੇ ਸਮੇਂ ਦੇ ਵਿੱਚ ਇੱਕ ਪ੍ਰਿੰਸਲੀ ਸਟੇਟ ਹੁੰਦੀ ਸੀਗੀ ਠੀਕ ਹੈ ਪ੍ਰਿੰਸਲੀ ਸਟੇਟ ਹੁੰਦੀ ਸੀ ਕਿ ਜਿਹਦੇ ਕਾਰਨ ਕਰਕੇ ਇਹ ਦੋ ਹਿੱਸਿਆਂ ਦੇ ਵਿੱਚ ਰਹਿ ਗਿਆ ਸੀਗਾ ਪ੍ਰਿੰਸਲੀ ਸਟੇਟ ਹੋਣ ਦੇ ਕਾਰਨ ਕਰਕੇ ਕਪੂਰਥਲਾ ਓਕੇ ਕਪੂਰਥਲਾ ਕਈ ਸਾਰੇ ਖੇਤਰਾਂ ਦੇ ਲਈ ਮਸ਼ਹੂਰ ਹੈ ਜੀ ਜਿਵੇਂ ਕਿ ਬਾਗਾਂ ਦਾ ਸ਼ਹਿਰ ਜਿਹੜਾ ਹੈ ਉਹ ਕਪੂਰਥਲੇ ਨੂੰ ਕਹਿ ਦਿੱਤਾ ਜਾਂਦਾ ਹੈ ਕਿਉਂਕਿ ਬਾਗ ਕਾਫੀ ਮਾਤਰਾ ਦੇ ਵਿੱਚ ਦੇਖਣ ਨੂੰ ਮਿਲਦੇ ਹੈਗੇ ਹੈਗੇ ਇਸ ਤੋਂ ਲਾਵਾ ਇਸ ਨੂੰ ਮਹਿਲਾਂ ਦਾ ਜਿਹੜਾ ਸ਼ਹਿਰ ਹੈ ਉਹ ਵੀ ਕਹਿ ਦਿੰਦੇ ਹੈਗੇ ਹੈਗੇ ਮਹਿਲਾਂ ਦਾ ਸ਼ਹਿਰ ਓਕੇ ਸਾਇੰਸ ਸਿਟੀ ਜਿਹੜੀ ਹੈ ਪੰਜਾਬ ਦੀ ਉਹ ਇਸੇ ਖੇਤਰ ਚ ਆ ਜਾਂਦੀ ਹੈ ਜੀ ਯਾਨੀ ਕਿ ਸਾਇੰਸ ਸਿਟੀ ਆਫ ਪੰਜਾਬ ਸਾਇੰਸ ਸਿਟੀ ਆਫ ਪੰਜਾਬ ਇਹ ਕਪੂਰਥਲੇ ਦੇ ਵਿੱਚ ਹੀ ਸਥਿਤ ਹੈ ਇੱਥੇ ਹੀ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵੀ ਮੌਜੂਦ ਹੈਗੀ ਹੈ ਜੀ ਪੁਸ਼ਪਾ ਗੁਜਰਾਲ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਇਹ ਵੀ ਕਪੂਰਥਲੇ ਦੇ ਵਿੱਚ ਮੌਜੂਦ ਹੈ ਜੀ ਇਸ ਤੋਂ ਇਲਾਵਾ ਇਸੇ ਸਥਾਨ ਵਿਖੇ ਪੰਚਮੰਦਰ ਵੀ ਮੌਜੂਦ ਹੈ ਓਕੇ ਪੰਚਮੰਦਰ ਤੋਂ ਇਲਾਵਾ ਐਸ ਦੇ ਵਿੱਚ ਰੇਲ ਕੋਚ ਫੈਕਟਰੀ ਜਿੱਥੇ ਕਿ ਰੇਲ ਦੇ ਡੱਬੇ ਬਣਾਏ ਜਾਂਦੇ ਆ ਸੋ ਉਸ ਦੇ ਲਈ ਵੀ ਮਸ਼ਹੂਰ ਹੈ ਜੀ ਰੇਲ ਕੋਚ ਫੈਕਟਰੀ ਇਹਦੇ ਲਈ ਵੀ ਮਸ਼ਹੂਰ ਹੈ ਜੀ ਸਾਡਾ ਕਪੂਰਥਲਾ ਖੇਤਰ ਠੀਕ ਹੈ ਇਸ ਤੋਂ ਇਲਾਵਾ ਬਿਜਲੀ ਦੀਆਂ ਤਾਰਾਂ ਜਿਹੜੀਆਂ ਨਿਕੀਆਂ ਉਹ ਪੰਜਾਬ ਦੇ ਵਿੱਚ ਕਪੂਰਥਲੇ ਦੇ ਵਿੱਚ ਹੀ ਬਣਦੀਆਂ ਨੇ ਬਿਜਲੀ ਦੀਆਂ ਤਾਰਾਂ ਇਹਦੇ ਲਈ ਵੀ ਜਿਹੜਾ ਕਪੂਰਥਲਾ ਹੈ ਮਸ਼ਹੂਰ ਹੈਗਾ ਸਭ ਤੋਂ ਵੱਧ ਚਾਵਲ ਮਿਲਸ ਜਿਹੜੀਆਂ ਨੇਗੀਆਂ ਸਭ ਤੋਂ ਵੱਧ ਚਾਵਲ ਮਿਲਜ਼ ਜਿਹੜੀਆਂ ਨੇ ਪੰਜਾਬ ਦੇ ਵਿੱਚ ਉਹ ਵੀ ਕਪੂਰਥਲੇ ਦੇ ਵਿੱਚ ਹੀ ਲੱਗੀਆਂ ਹੋਈਆਂ ਨੇ ਸਭ ਤੋਂ ਵੱਧ ਨੇ ਕਿਆਂ ਓਕੇ ਜੱਸਾ ਸਿੰਘ ਆਲੂਵਾਲੀਆ ਉਹਦਾ ਇਹ ਜੱਦੀ ਜ਼ਿਲ੍ਹਾ ਹੈ ਜੱਸਾ ਸਿੰਘ ਆਲੂਵਾਲੀਆ ਜੱਸਾ ਸਿੰਘ ਆਲੂਵਾਲੀਆ ਉਸ ਦਾ ਜੀ ਇਹ ਜੱਦੀ ਜ਼ਿਲ੍ਹਾ ਹੈ ਕਪੂਰਥਲਾ ਓਕੇ ਇੱਥੇ ਹੀ ਆਈ ਕੇ ਗੁਜਰਾਲ ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਹੈ ਪੰਜਾਬ ਟੈਕਨੀਕਲ ਯੂਨੀਵਰਸਿਟੀ ਟੈਕਨੀਕਲ ਯੂਨੀਵਰਸਿਟੀ ਇਹ ਵੀ ਕਪੂਰਥਲ ਦੇ ਵਿੱਚ ਹੀ ਮੌਜੂਦ ਹੈ ਲਾਇਲਪੁਰ ਖਾਲਸਾ ਕਾਲਜ ਲਾਇਲਪੁਰ ਖਾਲਸਾ ਕਾਲਜ ਇਹ ਵੀ ਕਪੂਰਥਲੇ ਦੇ ਵਿੱਚ ਹੀ ਮੌਜੂਦ ਹੈ ਜੀ ਓਕੇ ਇੱਕ ਗੁਰਦੁਆਰਾ ਆਉਂਦਾ ਹੁੰਦਾ ਹੈ ਜੀ ਇਸ ਦੇ ਵਿੱਚੋਂ ਖਾਸ ਤੌਰ ਦੇ ਉੱਪਰ ਇੰਪੋਰਟੈਂਟ ਹੈ ਗੁਰਦੁਆਰਾ ਬੇਰ ਸਾਹਿਬ ਗੁਰਦੁਆਰਾ ਬੇਰ ਸਾਹਿਬ ਇਹ ਸਥਿਤ ਹੈ ਜੀ ਸੁਲਤਾਨਪੁਰ ਲੋਧੀ ਦੇ ਵਿੱਚ ਜੋ ਕਿ ਕਪੂਰਥਲੇ ਦੇ ਵਿੱਚ ਹੀ ਹੈ ਸੁਲਤਾਨਪੁਰ ਲੋਧੀ ਇਸ ਸਥਾਨ ਵਿਖੇ ਸਥਿਤ ਹੈ ਓਕੇ ਅਤੇ ਗੁਰਦੁਆਰਾ ਬੇਬੇ ਨਾਨਕੀ ਗੁਰਦੁਆਰਾ ਬੇਬੇ ਨਾਨਕੀ ਸੋ ਇਹ ਗੁਰਦੁਆਰਾ ਵੀ ਜਿਹੜਾ ਹੈ ਕਪੂਰਥਲੇ ਦੇ ਵਿੱਚ ਹੀ ਸਥਿਤ ਹੈ ਸੁਲਤਾਨਪੁਰ ਲੋਧੀ ਦੇ ਵਿੱਚ ਸਥਿਤ ਗੁਰਦੁਆਰਾ ਵਿਵਨਾਨਕੀਚੀ ਠੀਕ ਹੈ ਜੀ ਨੈਕਸਟ ਹੈ ਜੀ ਅਗਲੀ ਡਿਸਟ੍ਰਿਕਟ ਸਾਡੀ ਲੁਧਿਆਣਾ ਸੋ ਲੁਧਿਆਣਾ ਸੈਂਟਰ ਜਿਹੜਾ ਪੈਂਦਾ ਹੈ ਆਹ ਵਾਲਾ ਖੇਤਰ OK ਜੀ ਲੁਧਿਆਣਾ ਲੁਧਿਆਣਾ ਸ਼ਹਿਰ ਜਿਹੜਾ ਹੈ ਇਹਦਾ ਸੰਸਤਾਪਕ ਹੈ ਜੀ ਲੋਧੀ ਵੰਸ਼ ਦਾ ਸ਼ਾਸਕ ਸੀਗਾ ਜਿਸਨੇ ਕਿ 14ਵੀਂ ਸਦੀ ਦੇ ਵਿੱਚ ਇਸ ਸ਼ਹਿਰ ਨੂੰ ਵਸਾਇਆ ਸੀਗਾ ਜਿਸ ਦਾ ਨਾਮ ਸੀਗਾ ਸ਼ਿਕੰਦਰ ਲੋਧੀ ਸ਼ਿਕੰਦਰ ਲੋਧੀ ਸ਼ਿਕੰਦਰ ਲੋਧੀ ਦੇ ਦੁਆਰਾ ਇਸ ਲੁਧਿਆਣਾ ਸ਼ਹਿਰ ਨੂੰ ਸਾਲ 14ਵੀਂ ਸਦੀ ਦੇ ਵਿੱਚ 1480 ਦੇ ਦਰਮਿਆਨ ਵਸਾਇਆ ਗਿਆ ਸੀਗਾ ਪੰਜਾਬ ਦਾ ਸਭ ਤੋਂ ਵੱਡਾ ਜ਼ਿਲ੍ਹਾ ਹੈ ਸਭ ਤੋਂ ਵੱਧ ਘਣਤਾ ਮਿਲਦੀ ਹੈਗੀ ਇਸ ਖੇਤਰ ਦੇ ਵਿੱਚ ਤੇ ਪੰਜਾਬ ਦਾ ਸਭ ਤੋਂ ਚੌੜੀ ਜੇਕਰ ਆਪਾਂ ਡਿਸਟ੍ਰਿਕਟ ਦੀ ਗੱਲ ਕਰੀਏ ਤਾਂ ਇਹ ਵੀ ਲੁਧਿਆਣਾ ਹੀ ਪੈਂਦਾ ਹੈ ਓਕੇ ਮੈਂ ਇੱਧਰ ਕੁਝ ਪੁਆਇੰਟਸ ਲੱਗ ਤੋਂ ਲਿਖ ਦਿੰਨਾ ਹੈ ਪੰਜਾਬ ਦੇ ਲਿੰਗ ਅਨੁਪਾਤ ਦੀ ਗੱਲ ਕਰਕੇ ਲੁਧਿਆਣੇ ਦੇ ਵਿੱਚ ਲਿੰਗ ਅਨੁਪਾਤ ਦੀ ਗੱਲ ਕਰਕੇ ਤਾਂ ਇਹ ਹੈ ਜੀ 869 ਪ੍ਰਤੀ ਹਜ਼ਾਰ ਮਰਦਾਂ ਦੇ ਪਿੱਛੇ 200 ਦੀ ਘਣਤਾ 200 ਦੀ ਘਣਤਾ 200 ਦੀ ਘਣਤਾ ਹੈਗੀ ਜੀ 975 ਵਿਅਕਤੀ ਪਰ ਕਿਲੋਮੀਟਰ ਤੇ ਇਸ ਦੇ ਵਿੱਚ ਸਾਡਾ ਲੁਧਿਆਣਾ ਪਹਿਲੇ ਸਥਾਨ ਦੇ ਉੱਪਰ ਆਉਂਦਾ ਹੈ ਪੰਜਾਬ ਦੇ ਵਿੱਚ ਓਕੇ ਸਾਖਰਤਾ ਦਰ ਪੰਜਾਬ ਦੀ ਸਾਖਰਤਾ ਦਰ ਦੀ ਗੱਲ ਕਰਗੇ ਤਾਂ 82.50% ਲੋਕ ਜਿਹੜੇ ਆ ਪੜੇ ਲਿਖੇ ਹੈਗੇ ਨੇ ਸਾਡਾ ਲੁਧਿਆਣਾ ਡਿਸਟ੍ਰਿਕਟ ਜਿਹੜਾ ਹੈਗਾਗਾ ਇਹ 100 ਸਮਾਰਟ ਸਿਟੀਆਂ ਦੇ ਵਿੱਚੋਂ ਇੱਕ ਸਿਟੀ ਹੈ ਜੀ ਭਾਰਤ ਦੀਆਂ ਦੇ ਵਿੱਚੋਂ ਤੇ 48ਵੇਂ ਰੈਂਕ ਦੇ ਉੱਪਰ ਆਉਂਦਾ ਹੈ ਭਾਰਤ ਦੇ ਵਿੱਚ ਸਮਾਰਟ ਸਿਟੀਆਂ ਦੇ ਵਿੱਚੋਂ ਪੰਜਾਬ ਦੇ ਵਿੱਚ 스마트 ਸਿਟੀਆਂ ਦੇ ਵਿੱਚ ਲੁਧਿਆਣਾ ਜਿਹੜਾ ਆਉਂਦਾ ਹੈ ਦੂਸਰਾ ਅੰਮ੍ਰਿਤਸਰ ਆਉਂਦਾ ਹੈਗਾ ਤੇ ਤੀਸਰਾ ਜਲੰਧਰ ਇਹ ਤਿੰਨ ਡਿਸਟ੍ਰਿਕਟਾਂ ਜਿਹੜੀਆਂ 스마트 ਸਿਟੀ ਦੇ ਵਿੱਚ ਆਉਂਦੀਆਂ ਨੇਗੀਆਂ ਸਾਡੇ ਪੰਜਾਬ ਦੀਆਂ ਲੁਧਿਆਣਾ ਇਹਨਾਂ ਦੇ ਵਿੱਚੋਂ ਸਭ ਤੋਂ ਟੌਪ ਦੇ ਉੱਪਰ ਆਉਂਦਾ ਹੈਗਾ ਭਾਰਤ ਦੇ ਵਿੱਚੋਂ ਠੀਕ ਹੈ ਕਿਉਂਕਿ ਤੀਸਰਾ ਸਥਾਨ 48ਵਾਂ ਰੈਂਕ ਬਣਦਾ ਹੈ ਪੰਜਾਬ ਦੇ ਵਿੱਚ ਅੰਮ੍ਰਿਤਸਰ ਜਲੰਧਰ ਇਸ ਤੋਂ نیچے ਆ ਜਾਂਦੇ ਹੈਗੇ ਆ ਲੁਧਿਆਣਾ ਪੰਜਾਬ ਦੇ ਬਹੁਤ ਸਾਰੇ ਕੁਐਸਚਨ ਕ੍ਰੀਏਟ ਕਰਦਾ ਹੈ ਜਿਦੇ ਵਿੱਚੋਂ ਸਭ ਤੋਂ ਪ੍ਰਮੁੱਖ ਹੁੰਦਾ ਹੈ ਜੀ ਕਿ ਪੰਜਾਬ ਦਾ ਮੈਂਚੈਸਟਰ ਜਿਹੜਾ ਹੈ ਉਹ ਕਿਸ ਨੂੰ ਕਹਦੇ ਹੈਗੇ ਆ ਪੰਜਾਬ ਦਾ ਮੈਂਚੈਸਟਰ ਪੰਜਾਬ ਦਾ ਮੈਂਚੈਸਟਰ ਕਿਹਾ ਜਾਂਦਾ ਹੈ ਲੁਧਿਆਣੇ ਨੂੰ ਮੈਂਚੈਸਟਰ ਦਾ ਭਾਵ ਹੈ ਕੱਪੜਾ ਉਦਯੋਗ ਦੇ ਲਈ ਜਿਹੜਾ ਫੇਮਸ ਆ ਸਾਡੇ ਪੰਜਾਬ ਦੇ ਵਿੱਚ ਉਹ ਕਿਹੜਾ ਖੇਤਰ ਹੈਗਾ ਸੋ ਪੰਜਾਬ ਦੇ ਵਿੱਚ ਕੱਪੜਾ ਉਦਯੋਗ ਦੇ ਲਈ ਲੁਧਿਆਣਾ ਜਿਹੜਾ ਉਹ ਸਭ ਤੋਂ ਵੱਧ ਫੇਮਸ ਹੈਗਾਗਾ ਪੰਜਾਬ ਦੀ ਆਰਥਿਕ ਰਾਜਧਾਨੀ ਕਹਿੰਦਾ ਹੈ ਪੰਜਾਬ ਦੀ ਆਰਥਿਕ ਰਾਜਧਾਨੀ ਪੰਜਾਬ ਦੀ ਆਰਥਿਕ ਰਾਜਧਾਨੀ ਕਹਾਂਦਾ ਹੈ ਜੀ ਲੁਧਿਆਣਾ ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਹੈ ਜੀ ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਹੈ ਲੁਧਿਆਣਾ ਓਕੇ ਪੰਜਾਬ ਦਾ ਸਭ ਤੋਂ ਚੌੜਾ ਜਿਹੜਾ ਹੈ ਜ਼ਿਲ੍ਹਾ ਹੈ ਚੌੜਾਈ ਦੇ ਮਾਮਲੇ ਦੇ ਵਿੱਚ ਇਹ ਵੀ ਲੁਧਿਆਣਾ ਹੈਗਾਗਾ ਓਕੇ ਹਾਉਸਰੀ ਜਿਹੜਾ ਉਦਯੋਗ ਹੈ ਜੀ ਉਸ ਦਿੱਲੀ ਫੇਮਸ ਹੈ ਜੀ ਲੁਧਿਆਣਾ ਫਾਜ਼ਰੀ ਉਦਯੋਗ ਦੇ ਲਈ ਪੂਰੇ ਪੰਜਾਬ ਦੇ ਵਿੱਚ ਓਕੇ ਸਾਈਕਲਾਂ ਦੇ ਉਦਯੋਗ ਦੇ ਲਈ ਟੌਪ ਦੇ ਉੱਪਰ ਹੈ ਜੀ ਏਸ਼ੀਆ ਦੀਆਂ ਸਭ ਤੋਂ ਵੱਡੀ ਕੰਪਨੀ ਜਿਹੜੀ ਹੈਗੀ ਹੈਗੀ ਠੀਕ ਹੈ ਉਹ ਸਾਡੇ ਲੁਧਿਆਣੇ ਦੇ ਵਿੱਚ ਹੈ ਜੀ ਹੀਰੋ ਸਾਈਕਲ ਦੀ ਹੈ ਸੋ ਇਸ ਦਾ ਗਿਨੀਜ਼ ਬੁੱਕ ਰਿਕਾਰਡ ਦੇ ਵਿੱਚ ਵੀ ਨਾਮ ਦਰਜ ਹੈ ਸਭ ਤੋਂ ਵੱਧ ਸਾਈਕਲ ਬਣਾਉਣ ਦੇ ਲਈ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਵੀ ਜਿਹੜਾ ਹੈ ਉਹ ਲੁਧਿਆਣਾ ਹੀ ਹੈ ਸਭ ਤੋਂ ਵੱਧ ਪ੍ਰਦੂਸ਼ਿਤ ਜ਼ਿਲ੍ਹਾ ਇਹ ਵੀ ਲੁਧਿਆਣਾ ਹੀ ਹੈਗਾ ਓਕੇ ਪੰਜਾਬ ਦੀ ਵਪਾਰਕ ਰਾਜਧਾਨੀ ਵੀ ਜਿਹੜਾ ਹੈ ਲੁਧਿਆਣਾ ਹੀ ਹੈ ਪੰਜਾਬ ਦੀ ਵਪਾਰਕ ਰਾਜਧਾਨੀ ਇਹ ਵੀ ਲੁਧਿਆਣਾ ਹੀ ਹੈ ਜੀ ਠੀਕ ਹੈ ਜੀ ਨੈਕਸਟ ਇਸ ਤੋਂ ਇਲਾਵਾ ਪੰਜਾਬ ਦੇ ਰਾਸ਼ਟਰੀ ਸਟਾਕ ਐਕਸਚੇਂਜ ਸਟਾਕ ਐਕਸਚੇਂਜ ਕੇਂਦਰ ਜਿਹੜਾ ਹੈ ਉਹ ਵੀ ਲੁਧਿਆਣਾ ਦੇ ਵਿੱਚ ਹੈ ਜੀ ਪੰਜਾਬ ਦਾ ओके ਸਭ ਤੋਂ ਵੱਧ ਵਹੀਕਲ ਜਿਹੜੇ ਹੈਗੇ ਨੇਗੇ ਉਹ ਪੰਜਾਬ ਦੇ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ ਹੀ ਪੈਂਦੇ ਹੈਗੇ ਆ ਸਭ ਤੋਂ ਵੱਧ ਵਹੀਕਲ ਹੋ ਜਾਂਦੇ ਹੈਗੇ ਆ ਸਲਾਈ ਮਸ਼ੀਨਾਂ ਦੇ ਕਾਰਖਾਨੇ ਸਭ ਤੋਂ ਵੱਧ ਇਸੇ ਖੇਤਰ ਦੇ ਵਿੱਚ ਨੇ ਜੀ ਸਲਾਈ ਮਸ਼ੀਨਾਂ ਦੇ ਲਈ ਮਸ਼ਹੂਰ ਹੈ ਲੁਧਿਆਣਾ ਓਕੇ ਮਾਤਾ ਕਾ ਮੰਦਿਰ ਨਾਮ ਦਾ ਇੱਥੇ ਜਿਹੜਾ ਹੈ ਇਤਰਾ ਜਾਂਦਾ ਹੈ ਜੀ ਮਾਤਾ ਕਾ ਘਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਓਕੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਇਹ ਵੀ ਇੱਥੇ ਹੈ ਗਿਆ ਜਿਹੜੀ ਕਿ ਸਾਲ 1962 ਦੇ ਵਿੱਚ ਸਟੈਬਲਿਸ਼ਮੈਂਟ ਕੀਤੀ ਗਈ ਹੈ ਕਈ ਜਗ੍ਹਾ ਦੇ ਉੱਪਰ ਤੋਂ ਹਨੂੰ ਤ੍ਰੇਟ ਮਿਲਦਾ ਹੈ ਕਈ ਜਗ੍ਹਾ ਦੇ ਵਿੱਚ ਬਾਟ ਮਿਲਦਾ ਹੈ ਠੀਕ ਹੈ ਸੋ ਦੋਨੋਂ ਤੁਸੀਂ ਨੋਟ ਕਰ ਲੈਣੇ ਹੈਗੇ ਓਕੇ ਐਂਡ ਇਸ ਤੋਂ ਇਲਾਵਾ ਇੱਕ ਹੋਰ ਯੂਨੀਵਰਸਿਟੀ ਹੈ ਜੀ ਜਿਸ ਦਾ ਨਾਮ ਹੈ ਜੀ ਗੁਰੂ ਅੰਗਦ ਦੇ ਵੈਟਰਨਰੀ ਐਨੀਮਲ ਸਾਇੰਸ ਯੂਨੀਵਰਸਿਟੀ ਗੁਰੂ ਅੰਗਦ ਦੇ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਯੂਨੀਵਰਸਿਟੀ ਸੋ ਇਹ ਵੀ ਇੱਥੇ ਆ ਜਾਂਦੀ ਹੈ ਠੀਕ ਹੈ ਦੋ ਸਟੇਡੀਅਮ ਨੇਗੇ ਇੱਕ ਸਟੇਡੀਅਮ ਆ ਸੌਰੀ ਇੰਪੋਰਟੈਂਟ ਹੈ ਜਿਹੜਾ ਕਿ ਗੁਰੂ ਨਾਨਕ ਦੇਵ ਸਟੇਡੀਅਮ ਅੱਲਾ ਗੁਰੂ ਨਾਨਕ ਸਟੇਡੀਅਮ ਓਕੇ ਗੁਰੂ ਨਾਨਕ ਸਟੇਡੀਅਮ ਇਹ ਫੁੱਟਬਾਲ ਦਾ ਸਟੇਡੀਅਮ ਹੈ ਜੀ ਜੋ ਕਿ ਲੁਧਿਆਣੇ ਦੇ ਵਿੱਚ ਪੈ ਜਾਂਦਾ ਹੈਗਾਗਾ ओके okay, एक ਗੁਰਦੁਆਰਾ ਹੈ ਜੀ ਖਾਸ ਤੌਰ ਦੇ ਉੱਪਰ ਮਿਲਦਾ ਹੈ ਜਿਹੜਾ ਗੁਰਦੁਆਰਾ ਮੰਜੀ ਸਾਹਿਬ ਗੁਰਦੁਆਰਾ ਮੰਜੀ ਸਾਹਿਬ ਇਸ ਤੋਂ ਇਲਾਵਾ ਗੁਰਦੁਆਰਾ ਦੁੱਖ ਨਿਵਾਰਨ ਵੀ ਜਿਹੜਾ ਹੈ ਉਹ ਵੀ ਇਸੇ ਖੇਤਰ ਦੇ ਵਿੱਚ ਹੈ ਲੁਧਿਆਣਾ ਦੇ ਵਿੱਚ ਆ ਖਾਸ ਤੌਰ ਦੇ ਉੱਪਰ ਓਕੇ ਨੈਕਸਟ ਆ ਲੈਂਦੇ ਹਾਂ ਜੀ ਅਗਲੀ ਡਿਸਟ੍ਰਿਕਟ ਦੇ ਉੱਪਰ ਜੀ ਅਗਲੀ ਡਿਸਟ੍ਰਿਕਟ ਆਪਣੇ ਕੋਲੇ ਜਲੰਧਰ ਅਗਲੇ ਡਿਸਟ੍ਰਿਕਟ ਆ ਜੀ ਆਪਣੇ ਕੋਲੇ ਜਲੰਧਰ ਓਕੇ ਜਲੰਧਰ ਜਿਹੜਾ ਹੈ ਇਹ ਹੁਸ਼ਿਆਰਪੁਰ ਕਪੂਰਥਲਾ ਚਿੱਦਪਗ ਸਿੰਘ ਨਗਰ ਲੁਧਿਆਣਾ ਮੋਗਾ ਫਿਰੋਜ਼ਪੁਰ ਤਰਨਤਾਰਨ ਅੰਮ੍ਰਿਤਸਰ ਅਤੇ ਗੁਰਦਾਸਪੁਰ ਇਹਦੇ ਨਾਲ ਕਿਹਾ ਹੈ ਪੰਜਾਬ ਦੇ ਬਿਲਕੁਲ ਸੈਂਟਰ ਜੇ ਚ ਪੈ ਜਾਂਦਾ ਹੈਗਾ ਓਕੇ ਲੁਧਿਆਣਾ ਵੀ ਖਾਸ ਤੌਰ ਦੇ ਉੱਪਰ ਜਿਹੜਾ ਹੈ ਜ਼ਿਕਰਯੋਗ ਹੈ ਤਾਂ ਲੁਧਿਆਣੇ ਦੇ ਲਿੰਕਨਪਾਤ ਦੀ ਗੱਲ ਕਰਦੇ ਹਾਂ ਜੀ ਸੌਰੀ ਜਲੰਧਰ ਦੀ ਲਿੰਕਨਪਾਤ ਜਲੰਧਰ ਦੀ ਇਹ ਹੈਗੇ ਜੀ 913 ਪਰਸਨ ਓਕੇ ਜਨ ਕਿ ਲੇਡੀਆਂ ਜਿਹੜੀਆਂ ਨਹੀਂ ਗਿਆ ਉਹ 913 ਨਹੀਂ ਗਿਆ ਅਤੇ ਮਰਦ 1000 ਹੈਗੇ ਨੇਗੇ ਵਸੋਦੀ ਕੰਤਾ ਵਸੋਦੀ ਕੰਤਾ ਇਹ ਹੈਗੇ ਜੀ 831 ਤੀਸਰੇ ਸਥਾਨ ਤੇ ਆਂਦਾ ਜੀ ਪੰਜਾਬ ਦੇ ਵਿੱਚ ਇਸ ਮਾਮਲੇ ਦੇ ਵਿੱਚ ਸਾਖਰਤਾ ਦਰ ਸਾਖਰਤਾ ਦਰ ਇਹ ਹੈ ਜੀ ਪੰਜਾਬ ਦੇ ਵਿੱਚ ਅੰਮ੍ਰਿਤ ਜਲੰਧਰ ਸ਼ਹਿਰ ਦੇ ਵਿੱਚ 82.40% ਪਾਪੂਲੇਸ਼ਨ ਪਾਪੂਲੇਸ਼ਨ ਦੇ ਮਾਮਲੇ ਦੇ ਵਿੱਚ ਸਾਡਾ ਇਹ ਜ਼ਿਲ੍ਹਾ ਜਿਹੜਾ ਹੈ ਤੀਸਰੇ ਸਥਾਨ ਦੇ ਉੱਪਰ ਪੈ ਜਾਂਦਾ ਹੈ ਜੀ ਪਹਿਲੇ ਦੇ ਉੱਪਰ ਲੁਧਿਆਣਾ ਆ ਜਾਂਦਾ ਹੈ ਦੂਜੇ ਦੇ ਉੱਪਰ ਅੰਮ੍ਰਿਤਸਰ ਆ ਜਾਂਦਾ ਹੈ ਤੇ ਤੀਜੇ ਦੇ ਉੱਪਰ ਜਲੰਧਰ ਆ ਜਾਂਦਾ ਇਹ ਤਿੰਨ ਯਾਦ ਰੱਖਣੇ ਹੈਗੇ ਅੱਗੇ ਇਸ ਤਰ੍ਹਾਂ ਇਸ ਖੇਤਰ ਦੇ ਵਿੱਚੋਂ ਦੀ ਜੀਟੀ ਰੋਡ ਵੀ ਜਿਹੜਾ ਹੈ ਉਹ ਕ੍ਰਾਸ ਕਰਦਾ ਹੈ ਜੀ ਗ੍ਰੈਂਡ ਟਰੱਕ ਰੋਡ ਉਹ ਵੀ ਇੱਥੋਂ ਦੀ ਹੀ ਕ੍ਰੋਸ ਕਰਦਾ ਹੈ ਠੀਕ ਹੈ ਜਲੰਧਰ ਕਿਸ ਲਈ ਮਸ਼ਹੂਰ ਹੈ ਜੀ ਸਭ ਤੋਂ ਇੰਪੋਰਟੈਂਟ ਹੈ ਜੀ ਇਹ ਖੇਡਾਂ ਦੇ ਸਮਾਨ ਦੇ ਲਈ ਮਸ਼ਹੂਰ ਹੈ ਖੇਡਾਂ ਦਾ ਸਮਾਨ ਸਭ ਤੋਂ ਵੱਧ ਇਸ ਸਥਾਨ ਦੇ ਵਿੱਚ ਹੀ ਬੰਦਾ ਹੈਗਾਗਾ ਇਸੇ ਕਾਰਨ ਕਰਕੇ ਇਸ ਨੂੰ ਸਪੋਰਟਸ ਸਿਟੀ ਆਫ ਪੰਜਾਬ ਸਪੋਰਟਸ ਸਿਟੀ ਆਫ ਪੰਜਾਬ ਜਿਹੜਾ ਹੈ ਉਹ ਜਲੰਧਰ ਨੂੰ ਕਹਿੰਦੇ ਹੈਗੇ ਆ ਕੀ ਹੈ ਕ੍ਰਿਕਟ ਦੀ ਬਾਲ ਫੁੱਟਬਾਲ ਹੌਕੀ ਵਿਕਟਸ ਸਾਰੀਆਂ ਨੀਆਂ ਸਾਰੀਆਂ ਜਿਹੜੇ ਕਹਿ ਸਕਦੇ ਆ ਖੇਡਾਂ ਨੇਗੀਆਂ ਉਹਦੇ ਲਈ ਇਹ ਏਸ਼ੀਆ ਦੇ ਵਿੱਚ ਪ੍ਰਸਿੱਧ ਹੈ ਜੀ ਜਲੰਧਰ ਜਲੰਧਰ ਦੇ ਵਿੱਚ ਰਬੜ ਉਦਯੋਗ ਵੀ ਖਾਸ ਤੌਰ ਦੇ ਉੱਪਰ ਜ਼ਿਕਰਯੋਗ ਹੈ ਜੀ ਰਬੜ ਉਦਯੋਗ ਓਕੇ ਰੇਡੀਓ ਸਟੇਸ਼ਨ ਜਿਹੜਾ ਹੈ ਉਹਦੇ ਲਈ ਸਭ ਤੋਂ ਪ੍ਰਸਿੱਧ ਹੈ ਜੀ ਕਿਉਂਕਿ ਇੱਥੇ ਪੁਰਾਣੇ ਸਮੇਂ ਤੋਂ ਲੈ ਕੇ ਜਿਹੜਾ ਰੇਡੀਓ ਸਟੇਸ਼ਨ ਹੈ ਉਹ ਚੱਲਦਾ ਰਿਹਾ ਹੈ ਜਿਹਦੇ ਵਿੱਚ ਰੇਡੀਓ ਮੰਤਰਾ ਰੇਡੀਓ ਮੰਤਰਾ ਰੇਡੀਓ ਮਿਰਚੀ ਰੇਡੀਓ ਮਿਰਚੀ ਆਲ ਇੰਡੀਆ ਰੇਡੀਓ ਆਲ ਇੰਡੀਆ ਰੇਡੀਓ ਇਹ ਤਿੰਨੋਂ ਸਟੇਸ਼ਨ ਜਿਹੜੇ ਹੈਗੇ ਨੇਗੇ ਜੀ ਜਲੰਧਰ ਦੇ ਵਿੱਚ ਸਥਿਤ ਹੈਗੇ ਨੇਗੇ ਓਕੇ ਸਭ ਤੋਂ ਵੱਧ ਅਖਬਾਰਾਂ ਦਾ ਸੰਪਾਦਨ ਜਿਹੜਾ ਹੈਗਾ ਪੁੱਲ ਜਲੰਧਰ ਦੇ ਵਿੱਚ ਕੀਤਾ ਜਾਂਦਾ ਹੈਗਾ ਅਖਬਾਰਾਂ ਦਾ ਸੰਪਾਦਨ ਪੰਜਾਬ ਦੇ ਵਿੱਚ ਪ੍ਰਿੰਟਿੰਗ ਪ੍ਰੈਸਾਂ ਜਿਹੜੀਆਂ ਨੇ ਉਹ ਸਭ ਤੋਂ ਵੱਧ ਜਲੰਧਰ ਦੇ ਵਿੱਚ ਨੇ ਕਿਉਂਕਿ ਸਾਰਿਆਂ ਤੋਂ ਵੱਧ ਜਿਹੜੀਆਂ ਨੇ ਗਿਆ ਪੁਸਤਕਾਂ ਅਖਬਾਰ ਇਹ ਸਾਰੇ ਜਲੰਧਰ ਦੇ ਵਿੱਚ ਛਪਦੇ ਹੈਗੇ ਨੇਗੇ ਇੱਥੇ ਇੱਕ ਮੰਦਰ ਹੈ ਜੀ ਦੇਵੀ ਤਲਾਬ ਮੰਦਰ ਕਾਫੀ ਚਰਚਿਤ ਹੈ ਦੇਵੀ ਤਲਾਬ ਮੰਦਰ ਓਕੇ ਸੋ ਇਹ ਇਸੇ ਥਾਂ ਦੇ ਵਿੱਚ ਹੈ ਜੀ ਜਲੰਧਰ ਦੇ ਵਿੱਚ ਅਤੇ ਪੰਜਾਬ ਦਾ ਸਭ ਤੋਂ ਪੁਰਾਣੇ ਸ਼ਹਿਰਾਂ ਦੇ ਵਿੱਚੋਂ ਇੱਕ ਹੈ ਜੀ ਪੁਰਾਣੇ ਸ਼ਹਿਰਾਂ ਦੇ ਵਿੱਚੋਂ ਇੱਕ ਹੈ ਜੀ ਆਧੁਨਿਕ ਪੰਜਾਬ ਦੇ ਵਿੱਚ ਇਹ ਇਸੇ ਸਥਾਨ ਵਿਖੇ ਜਲੰਧਰ ਦੇ ਵਿੱਚ ਹੀ ਸਾਡਾ ਦੂਰਦਰਸ਼ਨ ਕੇਂਦਰ ਹੈ ਜੀ ਜਿੱਥੋਂ ਨੈਸ਼ਨਲ ਚੈਨਲ ਸਾਡੇ ਚੱਲਦੇ ਸੀਗੇ ਪੰਜਾਬ ਦੇ ਪਹਿਲਾ ਡीडी ਪੰਜਾਬੀ ਸੋ ਦੂਰਦਰਸ਼ਨ ਕੇਂਦਰ ਇੱਥੇ ਆ ਜਾਂਦਾ ਹੈ ਇੱਥੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵੀ ਹੈ ਜੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਸਟੇਡੀਅਮ ਇਹ ਫੁੱਟਬਾਲ ਦਾ ਸਟੇਡੀਅਮ ਹੈ ਜੀ ਸੋ ਇਹ ਵੀ ਇਸੇ ਸਥਾਨ ਵਿਖੇ ਹੈ ਇੱਕ ਚਰਚ ਵੀ ਹੈ ਜੀ ਸੈਂਟ ਮੈਰੀ सेंट मैरी कैथेड्रल चर्च सेंट मैरी कैथेड्रल चर्च ਜਿਹੜੀ ਹੈ ਇੱਥੇ ਹੈ ਜੀ ਪੰਜਾਬ ਦੀ ਸਭ ਤੋਂ ਵੱਡੀ ਚਰਚ ਆ ਜਾਂਦੀ ਹੈਗੀ ਹੈ ਜੀ ਜਲੰਧਰ ਦੇ ਵਿੱਚ लवली प्रोफेशनल ਯੂਨੀਵਰਸਿਟੀ लवली प्रोफेशनल ਯੂਨੀਵਰਸਿਟੀ ਫਗਵਾੜੇ ਦੇ ਵਿੱਚ ਪੈ ਜਾਂਦੀ ਹੈ ਡਿਸਟ੍ਰਿਕਟ ਜਿਹੜੀ ਹੈ ਜਲੰਧਰ ਹੋ ਜਾਂਦੀ ਹੈ ਓਕੇ ਪੰਜਾਬ ਟੈਕਨੋਲੋਜੀ ਯੂਨੀਵਰਸਿਟੀ ਇਹ ਵੀ ਇਸੇ ਥਾਂ ਦੇ ਵਿੱਚ ਹੀ ਆ ਜਾਂਦੀ ਹੈ ਜੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਇਹ ਵੀ ਜਲੰਧਰ ਦੇ ਵਿੱਚ ਹੈਗੀ ਹੈਗੀ ਓਕੇ ਇਸ ਤੋਂ ਇਲਾਵਾ ਬਹੁਤ ਸਾਰੇ ਲੇਖਕ ਜਿਵੇਂ ਕਿ ਕਰਤਾਰ ਸਿੰਘ ਦੁੱਗਲ ਹੋ ਜਾਂਦਾ ਹੈਗਾ ਗਾ ਗੁਰਦਿਆਲ ਸਿੰਘ ਇਹ ਜਲੰਧਰ ਤੋਂ ਬਿਲੋਂਗ ਕਰਦੇ ਹੈਗੇ ਆ ਪੰਜਾਬੀ ਦੇ ਪ੍ਰਸਿੱਧ ਐਕਟਰ ਜਿਹੜੇ ਆ ਅਮਰੇਸ਼ ਪੁਰੀ ਅਤੇ ਹਰਪ੍ਰਜਨ ਸਿੰਘ ਜੋ ਕਿ ਕ੍ਰਿਕਟਰ ਨੇ ਇਹ ਵੀ ਜਲੰਧਰ ਤੋਂ ਹੈਗੇ ਨੇਗੇ ਨੈਕਸਟ ਹੈ ਜੀ ਅਗਲੀ ਡਿਸਟ੍ਰਿਕਟ ਸੰਗਰੂਰ ਸੰਗਰੂਰ ਆ ਪੈਂਦਾ ਹੈ ਜੀ ਆ ਖੇਤਰ ਦੇ ਵਿੱਚ ਠੀਕ ਹੈ ਸੰਗਰੂਰ ਦੀ ਜਿਹੜੀ ਬਾਉਂਡਰੀ ਲੱਗਦੀ ਹੈ ਉਹ ਲੱਗਦੀ ਹੈ ਜੀ ਹਰਿਆਣੇ ਦੇ ਨਾਲ ਹਰਿਆਣੇ ਨੂੰ ਟੱਚ ਕਰਦੀ ਹੈਗੀ ਹੈਗੀ ਓਕੇ ਸੰਗਰੂਰ ਜਿਹੜਾ ਹੈ ਇਹ 1948 ਦੇ ਵਿੱਚ ਸਾਡੇ ਡਿਸਟ੍ਰਿਕਟ ਦੇ ਰੋਪ ਦੇ ਵਿੱਚ ਜਿਹੜਾ ਹੈ ਚੱਲਦਾ ਆ ਰਿਹਾ ਹੈਗਾਗਾ ਅਤੇ ਇੱਕ ਖਾਸ ਤੌਰ ਦੇ ਵਿੱਚ ਜੇ ਐਗਜ਼ਾਮ ਦੇ ਪੱਖ ਤੋਂ ਆਪਾਂ ਗੱਲ ਕਰੀਏ ਤਾਂ ਇਹ ਬੀੜ ਐਸ਼ਵਨ ਨਾਮੀ ਜਿਹੜਾ ਰੱਖ ਹੈ ਉਹਦੇ ਲਈ ਪ੍ਰਸਿੱਧ ਹੈ ਬੀੜ ਐਸ਼ਵਾਨ ਰੱਖ ਇਹਦੇ ਲਈ ਖਾਸ ਤੌਰ ਦੇ ਉੱਪਰ ਜਿਹੜਾ ਹੈ ਇੰਪੋਰਟੈਂਟ ਹੈਗਾਗਾ ਓਕੇ ਅ ਜੇ ਆਪਾਂ ਗੱਲ ਕਰੀਏ ਸੰਗਰੂਰ ਦੀ ਤਾਂ ਸੰਗਰੂਰ ਮਲੇਰ ਕੋਟਰੇ ਦੇ ਨਾਲ ਲੱਗਦਾ ਹੈ ਪਟਿਆਲੇ ਦੇ ਨਾਲ ਦੀ ਸਭ ਤੋਂ ਲੰਬੀ ਰੇਖਾ ਲੱਗਦੀ ਹੈਗੀ ਹੈਗੀ ਬਰਨਾਲਾ ਤੇ ਮਾਨਸਾ ਇਸ ਨੂੰ ਇਹ ਟੱਚ ਕਰਦਾ ਹੈ ਤੇ ਜੇ ਰਾਜ ਗੱਲ ਕਰੀਏ ਤਾਂ ਹਰਿਆਣੇ ਨੂੰ ਟੱਚ ਕਰਦਾ ਹੈ ਜੀ ਸੰਗਰੂਰ ਓਕੇ ਨੈਕਸਟ ਹੈ ਜੀ ਅਗਲੀ ਅਗਲਾ ਜ਼ਿਲ੍ਹਾ ਆਪਣਾ ਬਰਨਾਲਾ ਇਹ ਪਿਆ ਜੀ ਸਾਡਾ ਬਰਨਾਲਾ ਜ਼ਿਲ੍ਹਾ ਓਕੇ ਸੋ ਬਰਨਾਲਾ ਜਿਹੜਾ ਹੈ ਸਾਡਾ 19 ਨਵੰਬਰ 19 ਨਵੰਬਰ 2006 ਨੂੰ ਸਾਡਾ ਜ਼ਿਲ੍ਹਾ ਬਣਿਆ ਸੀਗਾ ਓਕੇ 19 ਨਵੰਬਰ 2006 ਨੂੰ ਹੀ ਬਣਿਆ ਸੀਗਾ ਅਤੇ ਬਰਨਾਲਾ ਜਿਹੜਾ ਜਿਹੜਾ ਹੈ ਇਸ ਸੰਗਰੂਰ ਤੋਂ ਵੱਖ ਹੋ ਕੇ ਬਣਿਆ ਸੀਗਾ ਸੰਗਰੂਰ ਤੋਂ ਅਲੱਗ ਕਰਕੇ ਜਿਹੜਾ ਹੈ ਇਸ ਨੂੰ ਸਾਡੀ ਡਿਸਟ੍ਰਿਕਟ ਬਣਾਇਆ ਗਿਆ ਸੀਗਾ ਬਰਨਾਲੇ ਦੇ ਵਿੱਚੋਂ ਇੱਕ ਕੁਐਸਚਨ ਖਾਸ ਤੌਰ ਦੇ ਉੱਪਰ ਆਉਂਦਾ ਹੈ ਕਿ ਸਭ ਤੋਂ ਘੱਟ ਆਬਾਦੀ ਪੰਜਾਬ ਦੇ ਵਿੱਚ ਕਿੱਥੇ ਹੈ ਸਭ ਤੋਂ ਘੱਟ ਆਬਾਦੀ ਇਹ ਹੈ ਜੀ ਸੰਗਰੂਰ ਦੇ ਵਿੱਚ ਸੰਗਰੂਰ ਦੇ ਵਿੱਚ ਠੀਕ ਹੈ ਸਭ ਤੋਂ ਵੱਧ ਹੈਗੀ ਹੈ ਜੀ ਲੁਧਿਆਣੇ ਦੇ ਵਿੱਚ ਸਭ ਤੋਂ ਵੱਧ ਇਹ ਲਿਖ ਲਿਓ ਨਾਲ ਠੀਕ ਹੈ ਸਭ ਤੋਂ ਵੱਧ ਆਬਾਦੀ ਇਹ ਹੈਗੀ ਹੈ ਜੀ ਲੁਧਿਆਣੇ ਦੇ ਵਿੱਚ ਸਭ ਤੋਂ ਘੱਟ ਹੈ ਜੀ ਬਰਨਾਲੇ ਦੇ ਵਿੱਚ ਸੋਰੀ ਬਰਨਾਲਾ ਬਰਨਾਲੇ ਦੇ ਵਿੱਚ ਸਭ ਤੋਂ ਘੱਟ ਆਬਾਦੀ ਆ ਜਾਂਦੀ ਹੈਗੀ ਅੱਗੇ ਸੰਗਰੂਰ ਤੋਂ ਵੱਖ ਹੋ ਕੇ ਜ਼ਿਲ੍ਹਾ ਬਣਿਆ ਸੀਗਾ ਸਭ ਤੋਂ ਘੱਟ ਵਾਲਾ ਹੈ ਤੇ ਮੀਤ ਹੇਰ ਵਰਤਮਾਨ ਸਮੇਂ ਸਤ ਦਾ ਜਿਹੜਾ ਹੈ ਐਮ ਐਲ اے ਹੈਗਾ ਕਰਨ ਓਕੇ ਨੈਕਸਟ ਅਗਲੀ ਜ਼ਿਲ੍ਹਾ ਜੀ ਸਹਿਬਜਾਦਾ ਅਜੀਤ ਸਿੰਘ ਨਗਰ ਜਿਸ ਨੂੰ ਕਿ ਆਪਾਂ ਮਹਾਲੀ ਦੇ ਨਾਮ ਨਾਲ ਜਾਣਦੇ ਹਾਂ ਸਵਾਵ ਵਾਲਾ ਖੇਤਰ ਜਿਹੜਾ ਹੈ ਓਕੇ ਇਹਨੂੰ ਕਹਿੰਦੇ ਆ ਜੀ ਐਸ ਐਸ ਨਗਰ ਦੇ ਨਾਮ ਨਾਲ ਜਾਣਦੇ ਆ ਠੀਕ ਹੈ ਜੀ ਇਧਰ ਨਵਾਂ ਨਾਮ ਜਿਹੜਾ ਹੈ ਨਵਾਂ ਨਾਮ ਅਜੀਤਗੜ ਹੈ ਵਰਤਮਾਨ ਸਮੇ ਅਜੀਤਗੜ ਵੀ ਕਹਿ ਸਕਦੇ ਹਾਂ ਤੁਸੀਂ ਠੀਕ ਹੈ ਔਰ ਜ਼ਿਲ੍ਹੇ ਦੇ ਰੂਪ ਦੇ ਵਿੱਚ ਇਹ ਬੰਦਾ ਹੈਗਾ ਜੀ ਤਕਰੀਬਨ ਤਕਰੀਬਨ 14 ਅਪ੍ਰੈਲ 14 ਅਪ੍ਰੈਲ 2006 ਨੂੰ ਇਹ ਸਾਡੇ ਪੰਜਾਬ ਦਾ ਜ਼ਿਲ੍ਹਾ ਬੰਦਾ ਹੈ ਰੂਪਨਗਰ ਤੋਂ ਵੱਖ ਹੋ ਕੇ ਬਣਿਆ ਸੀਗਾ ਰੂਪਨਗਰ ਤੋਂ ਵੱਖ ਹੋ ਕੇ ਜਿਹੜਾ ਹੈ ਇਸੇ ਇਸ ਨੂੰ ਜਿਹੜਾ ਹੈ ਡਿਸਟ੍ਰਿਕਟ ਕੋਸ਼ਿਤ ਕੀਤਾ ਗਿਆ ਸੀਗਾ ਠੀਕ ਹੈ ਸ਼ਖਰਤਾ ਦੇ ਦਰ ਦੀ ਗੱਲ ਕਰੀਏ ਮਹਾਲੀ ਦੇ ਤੇ ਸਾਖਰਤਾ ਦਰ ਤਾਂ ਸਾਖਰਤਾ ਦਰ ਹੈ ਜੀ 84.90% ਮਹਾਲੀ ਰੂਪਨਗਰ ਨੂੰ ਟੱਚ ਕਰਦਾ ਹੈ ਫਤੇਗੜ ਸਾਹਿਬ ਨੂੰ ਟੱਚ ਕਰਦਾ ਹੈ ਤੇ ਪਟਿਆਲ ਨੂੰ ਟੱਚ ਕਰਦਾ ਹੈ ਇਸ ਤੋਂ ਇਲਾਵਾ ਇਹ ਖਾਸ ਤੌਰ ਦੇ ਉੱਪਰ ਜ਼ਿਕਰ ਕਰਦੇ ਆ ਦੇ ਨਾਲ ਇਧਰ ਹਿਮਾਚਲ ਪ੍ਰਦੇਸ਼ ਆ ਜਾਂਦਾ ਹੈ ਜੀ ਕੁਝ ਕ ਹਿੱਸੇ ਦਾ ਹਿਮਾਚਲ ਪ੍ਰਦੇਸ਼ ਨੂੰ ਲੱਗਦਾ ਹੈ ਕੁਝ ਕ ਹਿੱਸਾ ਜਿਹੜਾ ਉਸ ਦਾ ਉਹ ਹਰਿਆਣੇ ਨੂੰ ਲੱਗਦਾ ਹੈ ਤਾਂ ਦੋਨੇ ਰਾਜ ਇਸ ਨੂੰ ਟੱਚ ਕਰਦੇ ਹੈਗੇ ਆ ਕਿ ਠੀਕ ਹੈ ਵਿਸ਼ੇਸ਼ ਕਿਸ ਲਈ ਹੈ ਇਹ ਮਹਾਲੀ ਦੇ ਵਿੱਚ ਮਹਾਲੀ ক্রিকেট ਸਟੇਡੀਅਮ ਜਿਹੜਾ ਹੈ ਸਭ ਤੋਂ ਵੱਧ ਇੰਪੋਰਟੈਂਟ ਹੈ ਮਹਾਲੀ ক্রিকেট ਸਟੇਡੀਅਮ ਜਿਹੜਾ ਹੈ ਇਸ ਸਥਾਨ ਵਿਖਿਆ ਜਾਂਦਾ ਹੈ ਓਕੇ ਇਸੇ ਸਥਾਨ ਵਿਖੇ ਪੀ ਐਸ ای ਬੀ ਦਾ ਬੋਰਡ ਜਿਹੜਾ ਹੈ ਉਸਤਿਤ ਹੈ ਜੀ ਮਹਾਲੀ ਦੇ ਵਿੱਚ ਹੀ ਇੱਥੇ ਸਥਿਤ ਹੈ ਜੀ ਬੰਦਾ ਸਿੰਘ ਬਹਾਦਰ ਬਾਬਾ ਬੰਦਾ ਸਿੰਘ ਬਹਾਦਰ ਬੰਦਾ ਸਿੰਘ ਬਹਾਦਰ ਬਸ ਸਟੈਂਡ ਬਸ ਸਟੈਂਡ ਜਿਹੜਾ ਕਿ ਪੰਜਾਬ ਦਾ ਪਹਿਲਾ ਬਸ ਸਟੈਂਡ ਹੈ ਜਿੱਥੇ ਕਿ ਏਸੀ ਸਰਵਿਸ ਹੈ ਪਹਿਲਾ ਬਸ ਸਟੈਂਡ ਹੈ ਓਕੇ ਇਸ ਤੋਂ ਇਲਾਵਾ ਇਸੇ ਖੇਤਰ ਦੇ ਵਿੱਚ ਪੰਜਾਬ ਦਾ ਐਗਰੀਕਲਚਰ ਜਿਹੜਾ ਭਵਨ ਹੈ ਉਹ ਮੌਜੂਦ ਹੈ ਜੀ ਖੇਤੀਬਾੜੀ ਭਵਨ ਜੀ ਨੂੰ ਆਪਾਂ ਕਹਿ ਸਕਦੇ ਹਾਂ ਪੰਜਾਬੀ ਦੇ ਵਿੱਚ ਖੇਤੀਬਾੜੀ ਭਵਨ ਜਾਂ ਐਗਰੀਕਲਚਰ ਭਵਨ ਜਿਹੜਾ ਹੈ ਇਹ ਸਾਡੇ ਮਹਾਲੀ ਸ਼ਹਿਰ ਦੇ ਵਿੱਚ ਲਗਭਗ ਜਿੰਨੇ ਵੀ ਦਫ਼ਤਰ ਹੋਗੇ ਨੇਗੇ ਉਹ ਸਾਰੇ ਦੇ ਸਾਰੇ ਮਹਾਲੀ ਦੇ ਵਿੱਚ ਹੀ ਆ ਨੇ ਲਗਭਗ 70% ਕੁਝ ਕ ਨੇਗੇ ਜਿਹੜੇ ਕਿ ਪਟਿਆਲੇ ਦੇ ਵਿੱਚ ਆ ਜਾਂਦੇ ਹੈਗੇ ਆ ਬਾਕੀ ਸਾਰੇ ਸਾਰੇ ਲਗਭਗ ਜਿਹੜੇ ਹੈਗੇ ਨੇਗੇ ਮਹਾਲੀ ਚੰਡੀਗੜ੍ਹ ਦੇ ਵਿੱਚ ਨੇਗੇ ਠੀਕ ਹੈ ਜੀ ਸੋ ਇਸ ਤੋਂ ਇਲਾਵਾ ਪੰਜਾਬ ক্রিকেট ਐਸੋਸੀਏਸ਼ਨ ਦਾ ਜਿਹੜਾ ਮੁੱਖ ਦਫਤਰ ਹੈ ਸੋ ਉਹ ਵੀ ਇਸੇ ਸਥਾਨ ਵਿਖੇ ਹੀ ਹੈ ਜੀ ਪੰਜਾਬ ক্রিকেট ਐਸੋਸੀਏਸ਼ਨਸ ক্রিকেট ਐਸੋਸੀਏਸ਼ਨ ਸੋ ਇਹ ਵੀ ਜਿਹੜਾ ਹੈ ਮਹਾਲੀ ਦੇ ਵਿੱਚ ਹੀ ਸਥਿਤ ਹੈ ओके फार्मेसी ਦੇ ਲਈ ਸਭ ਤੋਂ ਵੱਧ ਇੰਪੋਰਟੈਂਟ ਹੈ ਕਿਉਂਕਿ ਇਸ ਸਥਾਨ ਵਿਖੇ ਜਿਹੜੇ ਹਨ ਦਵਾਈਆਂ ਵਗੈਰਾ ਉਹ ਬਣਾਈਆਂ ਜਾਂਦੀਆਂ ਨੇ ਇਸ ਲਈ ਫਾਰਮੇਸ਼ਨ ਜਿਹੜਾ ਇੰਸਟੀਚੂਟ ਹੈ ਉਹ ਇਸੇ ਸਥਾਨ ਦੇ ਵਿੱਚ ਹੀ ਆ ਜਾਂਦਾ ਹੈ। ਓਕੇ ਉਹ ਵੀ ਤੁਸੀਂ ਨਾਲ ਲਿਖੀ ਲਵੋ ਨੈਸ਼ਨਲ ਇੰਸਟੀਚੂਟ ਆਫ ਫਾਰਮੇ ਫਾਰਮਾਸੈਂਟਰਲ ਫਾਰਮਾਸੈਂਟਰਲ education education and research and research so eh jehda sthit hai ji mohali de vich ek gurudwara vi hai ji famous okay so gurudwara ambar sahib gurudwara ambar sahib so eh vi mohali de vich histit hai ji gurudwara ambar sahib एयरपोर्ट ਵੀ ਹੈ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਜਿਹੜਾ ਹੈ ਉਹ ਵੀ ਮਹਾਲੀ ਦੇ ਵਿੱਚ ਹੈ ਅਤੇ ਇੱਕ ਇੰਟਰਨੈਸ਼ਨਲ ਹਾਕੀ ਸਟੇਡੀਅਮ ਵੀ ਹੈ ਇੰਟਰਨੈਸ਼ਨਲ ਹਾਕੀ ਸਟੇਡੀਅਮ ਇਹ ਵੀ ਮਹਾਲੀ ਦੇ ਵਿੱਚ ਸਥਿਤ ਹੈ ਜੀ ਓਕੇ ਨੈਕਸਟ ਜੀ ਅਗਲਾ ਜ਼ਿਲ੍ਹਾ ਤਰੰਤਾਰਨ ਸੋ ਤਰੰਤਾਰਨ ਹੋਣਾ ਚਾਹੀਦਾ ਸੀ ਇਧਰ ਚਲੋ ਕੋਈ ਤਰੰਤਾਰਨ ਸੋ ਤਰਨਤਾਰਨ ਜਿਹੜਾ ਹੈ ਬਈ ਸੋ ਇਸ ਦੇ ਜਿਹੜੇ ਸੰਸਤਾਪਕ ਹੈਗੇ ਨੇਗੇ ਸ਼ਹਿਰ ਦੇ ਸਿੱਖ ਗੁਰੂ ਨੇ ਜੀ ਗੁਰੂ ਅਰਜਨ ਦੇਵ ਜੀ ਗੁਰੂ ਅਰਜਨ ਦੇਵ ਜੀ ਜਿਹੜੇ ਹੈਗੇ ਨੇਗੇ ਸੋ ਜਿਨ੍ਹਾਂ ਦੇ ਦੁਆਰਾ ਇਸ ਸ਼ਹਿਰ ਨੂੰ ਵਸਾਇਆ ਗਿਆ ਸੀਗਾ ਅਤੇ ਨਿਕਨੇਮ ਹੈ ਜੀ ਇਸ ਸ਼ਹਿਰ ਦਾ ਨਿਕਨੇਮ ਦਾ ਬਿਗ ਸਿਟੀ ਦਾ ਬਿਗ ਸਿਟੀ ਆਫ ਪੰਜਾਬ ਕਿਹਾ ਗਿਆ ਹੈ ਤਰਨਤਾਰਨ ਨੂੰ ਇਹ ਵਿਸ਼ੇਸ਼ ਤੌਰ ਦੇ ਉੱਪਰ ਜਿਹੜਾ ਹੈ ਜ਼ਿਕਰਯੋਗ ਹੈ ਜੀ ਹਰੀਕੇ ਵਿਟ ਹਰੀਕੇ ਵਿਟਲੈਂਡ ਹਰੀਕੇ ਵਿਟਲੈਂਡ ਇਸ ਸਥਾਨ ਵਿਖੇ ਜਿਹੜਾ ਹੈ ਪੰਛੀਆਂ ਦੇ ਲਈ ਮਸ਼ਹੂਰ ਹੈ ਤੇ ਇਹ ਉਹ ਸਥਾਨ ਹੈ ਜਿੱਥੇ ਸਤਲੁਜ ਤੇ ਬਿਆਸ ਦਰਿਆ ਆਪਸ ਦੇ ਵਿੱਚ ਆ ਕੇ ਮਿਲਦੇ ਹੈਗੇ ਨੇਗੇ ਗੁਰਦੁਆਰਾ ਤਰਨਤਾਰਨ ਸਾਹਿਬ ਜਿਹੜਾ ਹੈ ਉਹ ਵੀ ਇਸੇ ਖੇਤਰ 'ਚ ਆ ਜਾਂਦਾ ਹੈ ਜੀ ਗੁਰਦੁਆਰਾ ਤਰਨਤਾਰਨ ਸਾਹਿਬ ਇਸੇ ਖੇਤਰ 'ਚ ਆਉਂਦਾ ਹੈ ਜੀ ओके okay. गुरद्वारा गोविंदवाल साहब वो भी इस स्थान विखे है जी गुरद्वारा गोविंदवाल साहब वो भी इस स्थान पर आ जाता है जी ओके नेक्स्ट श्री गुरु अर्जन देव गेट श्री गुरु अर्जन देव गेट अर्जन देव गेट सो so, ये भी जड़ा है तरन तारण स्थित है जी गुरद्वारा गुरद्वारा बाबा, बीड़ बाबा बुढ़ा साहब बीड़ बाबा बुढ़ा साहेब सो यह भी जड़ा है तरन तारण स्थित है जी ओके गुरद्वारा खडूर साहब गुरद्वारा खडूर साहब सो यह भी जोड़ा है जी तरन तारण ही स्थित है का -का। ਤਰਨਤਾਰਨ ਤੋਂ ਸੋਨ ਸਿੰਘ ਭਕਣਾ ਸੀਗੇ ਜਿਹੜੇ ਕਿ ਗਦਰ ਲਹਿਰ ਦੇ ਸੰਸਥਾਪਕ ਸੀਗੇ ਮਾਈ ਭਾਗੋ ਜੀ ਸੀਗੇ ਜਿਨ੍ਹਾਂ ਨੇ 40 ਮੁਕਤਿਆਂ ਨੂੰ ਪ੍ਰੇਰਿਤ ਕੀਤਾ ਸੀ ਗੁਰਗੁਬਨ ਸਿੰਘ ਜੀ ਦਾ ਸਾਧਨ ਦੇ ਲਈ ਕ੍ਰਿਸ਼ਨ ਕਾਂਤ ਜਿਹੜੇ ਹੈਗੇ ਨੇ ਉਹ ਤਰਨਤਾਰਨ ਤੋਂ ਸੀਗੇ ਜਿਹੜੇ ਕਿ ਭਾਰਤ ਦੇ ਵਾਈਸ ਪ੍ਰੈਜ਼ੀਡੈਂਟ ਰਹੇ ਸੀਗੇ ਐਮ ਐਸ ਗਿੱਲ ਜਿਹੜੇ ਆ ਉਹ ਤਰਨਤਾਰਨ ਤੋਂ ਸੀਗੇ ਜਿਹੜੇ ਕਿ ਭਾਰਤ ਦੇ ਚੀਫ ਇਲੈਕਸ਼ਨ ਕਮਿਸ਼ਨਰ ਰਹੇ ਸੀਗੇ ਇਸ ਤੋਂ ਇਲਾਵਾ ਦਾਰਾ ਪਹਿਲਵਾਨ ਸੀਗੇ ਜਿਹੜੇ ਉਹ ਵੀ ਤਰਨਤਾਰਨ ਡਿਸਟ੍ਰਿਕਟ ਤੋਂ ਹੀ ਸੀਗੇ ਨੈਕਸਟ ਹੈ ਜੀ ਅਗਲੀ ਡਿਸਟ੍ਰਿਕਟ ਗਰਦਾਸਪੁਰ ਓਕੇ ਗਰਦਾਸਪੁਰ ਸ਼ਹਿਰ ਦਾ ਸੰਸਥਾਪਕ ਹੈ ਜੀ ਗੁਰਿਆ ਜੀ ਗੁਰਿਆ ਜੀ ਦੇ ਦੁਆਰਾ ਜਿਹੜਾ ਹੈ ਗਰਦਾਸਪੁਰ ਸ਼ਹਿਰ ਬਸਾਇਆ ਗਿਆ ਸੀ 16ਵੀਂ ਸਦੀ ਦੇ ਵਿੱਚ ਪੰਜਾਬ ਦੇ ਜੇ ਆਪਾਂ ਗੱਲ ਕਰੀਏ ਸਭ ਤੋਂ ਪਹਿਲੀ ਡਿਸਟ੍ਰਿਕਟ ਜਿਹੜੀ ਹੈ 1966 ਦੇ ਦੌਰਾਨ ਦੇ ਵਿੱਚ ਜ਼ਿਕਰ ਦੇ ਵਿੱਚ ਆਉਂਦੀ ਤਾਂ ਉਹ ਗਰਦਾਸਪੁਰ ਆਉਂਦੀ ਹੈਗੀ ਹੈਗੀ ਓਕੇ ਗਰਦਾਸਪੁਰ ਜਿਹੜਾ ਹੈ ਇਹ ਮਸ਼ਹੂਰ ਹੈ ਜੀ ਕਲਨੌਰ ਖੇਤਰ ਦੇ ਲਈ ਕਲਨੌਰ ਖੇਤਰ ਕਲਨੌਰ ਖੇਤਰ ਜਿਹੜਾ ਹੈਗਾ ਇਹ ਮਸ਼ਹੂਰ ਹੈ ਜੀ ਅਕਬਰ ਦੀ ਤਾਜਪੋਸ਼ੀ ਦੇ ਲਈ ਅਕਬਰ ਦੀ ਤਾਜਪੋਸ਼ੀ ਕੀਤੀ ਗਈ ਸੀਗੀ ਇਸ ਕਰਕੇ ਇਹ ਜ਼ਿਆਦਾ ਇੰਪੋਰਟੈਂਟ ਹੈ ਜੀ ਅਕਬਰ ਦੀ ਤਾਜਪੋਸ਼ੀ ਇਹ ਜਿਹੜਾ ਸ਼ਹਿਰ ਹੈ ਜੀ ਬਿਆਸ ਤੇ ਰਾਵੀ ਦਰਿਆ ਦੇ ਵਿਚਕਾਰ ਹੈ ਬਿਆਸ ਤੇ ਰਾਵੀ ਦਰਿਆ ਇਸ ਦੇ ਵਿਚਕਾਰ ਹੈਗਾਗਾ ਇਸੇ ਖੇਤਰ ਦੇ ਵਿੱਚ ਡੇਰਾ ਬਾਬਾ ਨਾਨਕ ਨਾਮੀ ਸਥਾਨ ਪੈਂਦਾ ਹੈ ਡੇਰਾ ਬਾਬਾ ਨਾਨਕ ਓਕੇ ਔਰ ਇਸ ਖੇਤਰ ਤੋਂ ਵਰਤਮਾਨ ਸਮੇਂ ਐਮਪੀ ਹੈਗਾ ਗਾਜੀ ਸਨੀ ਦਿਓਲ ਇਸ ਤੋਂ ਇਲਾਵਾ ਗੁਰਪ੍ਰੀਤ ਕੋ ਗੀਕ ਕਮੀਡੀਅਨ ਜਿਹੜੇ ਆ ਉਹ ਵੀ ਗਰਦਾਸਪੁਰ ਤੋਂ ਹੀ ਹੈਗੇ ਨੇ ਅਵਤਾਰ ਸਿੰਘ ਜੋ ਕਿ ਜੂਡੋ ਖਿਡਾਰੀ ਨੇ 올림픽ਸ ਦੇ ਵਿੱਚ ਪਾਰਟਿਸਿਪੇਟ ਕੀਤਾ ਸੀ ਉਹ ਵੀ ਗਰਦਾਸਪੁਰ ਤੋਂ ਨੇ ਗਰਦਾਸਪੁਰ ਦੀ ਇੱਕ ਸਰਹੱਦ ਜਿਹੜੀ ਆ ਉਹ ਪਾਕਿਸਤਾਨ ਦੇ ਨਾਲ ਲੱਗਦੀ ਹੈਗੀ ਆ ਇਸ ਤੋਂ ਇਲਾਵਾ ਪਠਾਨਕੋਟ ਅੰਮ੍ਰਿਤਸਰ ਹੁਸ਼ਿਆਰਪੁਰ ਤੇ ਕਪੂਰਥਲਾ ਨੂੰ ਵੀ ਟੱਚ ਕਰਦੀ ਹੈਗੀ ਆ ਅਗਲਾ ਹੈ ਜੀ ਆਪਣੇ ਕੋਲੇ ਡਿਸਟ੍ਰਿਕਟ ਹੁਸ਼ਿਆਰਪੁਰ ਥੋੜੀ ਡਾਇਰੈਕਸ਼ਨ ਚੇਂਜ ਹੋ ਗਈ ਨੰਦੀ ਓਕੇ ਚਲੋ ਕੋਈ ਗੱਲ ਨਹੀਂ ਹੁਸ਼ਿਆਰਪੁਰ ਆਵਲਾ ਕਿਤਰ ਹੁਸ਼ਿਆਰਪੁਰ ਜਿਹੜਾ ਹੈ ਜੀ ਇਸ ਤੇ ਲਿੰਗ ਅਨੁਪਾਤ ਹੈ ਜੀ ਲਿਖ ਦਿਮ ਤੁਹਾਨੂੰ ਹੁਸ਼ਿਆਰਪੁਰ ਹੁਸ਼ਿਆਰਪੁਰ ਦੀ ਲਿੰਗ ਅਨੁਪਾਤ ਹੈ 962 ਪ੍ਰਤੀ ਹਜ਼ਾਰ ਮਰਦਾਂ ਦੇ ਪਿੱਛੇ ਇਹਦੇ ਵਿੱਚ ਪੰਜਾਬ ਦੇ ਵਿੱਚ ਸਭ ਤੋਂ ਪਹਿਲੇ ਸਥਾਨ ਦੇ ਉੱਪਰ ਆਉਂਦਾ ਹੈਗਾ ਜੀ ਓਕੇ ਦੂਸਰਾ ਹੈ ਜੀ ਸਾਖਰਤਾ ਦਰ ਹੁਸ਼ਿਆਰਪੁਰ ਦੇ ਵਿੱਚ ਸਾਖਰਤਾ ਦਰ ਹੈ ਜੀ 85.40% ਇਹਦੇ ਵਿੱਚ ਵੀ ਪੰਜਾਬ ਦੇ ਵਿੱਚ ਸਭ ਤੋਂ ਪਹਿਲੇ ਸਥਾਨ ਤੇ ਆਉਂਦਾ ਹੈ ਹੁਸ਼ਿਆਰਪੁਰ ਹੁਸ਼ਿਆਰਪੁਰ ਦੇ ਵਿੱਚ ਜੰਗਲਾਂ ਦੀ ਗੱਲ ਕਰੀ ਗਈ ਕਹਿੰ ਹੈ 33% ਇਹਦੇ ਮਾਮਲੇ ਦੇ ਵਿੱਚ ਵੀ ਇਹ ਪੰਜਾਬ ਦੇ ਵਿੱਚ ਸਭ ਤੋਂ ਪਹਿਲੇ ਸਥਾਨ ਦੇ ਉੱਪਰ ਆਉਂਦਾ ਹੈਗਾ ਓਕੇ ਜਿਲੰਦਰ ਹੁਸ਼ਿਆਰਪੁਰ ਨੂੰ ਜਿਹੜਾ ਹੈਗਾ ਲੈਂਡ ਆਫ ਸੈਂਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਦੂਸਰਾ ਨਾਮ ਆਸਤਾ ਲੈਂਡ ਆਫ ਸੈਂਸ ਇਨਾਂ ਦੇ ਲਈ ਮਸ਼ਹੂਰ ਹੈ ਜੀ ਇਹ ਓਕੇ ਹੁਸ਼ਿਆਰਪੁਰ ਹੁਸ਼ਿਆਰਪੁਰ ਦਾ ਨਾਮ ਜਿਹੜਾ ਹੈ ਹੁਸ਼ਿਆਰ ਖਾਨ ਆਫ ਬਾਜ਼ਬਾ ਦੇ ਨਾਮ ਦੇ ਉੱਪਰ ਰੱਖਿਆ ਗਿਆ ਸੀਗਾ ਪਰ ਹੁਸ਼ਿਆਰਪੁਰ ਖਾਸ ਤੌਰ ਦੇ ਉੱਪਰ ਜ਼ਿਕਰਯੋਗ ਹੈ ਜੀ ਗੁਰੂ ਰਵਿਦਾਸ ਗੁਰੂ ਰਵਿਦਾਸ ਆਯੁਰਵੇਦ ਯੂਨੀਵਰਸਿਟੀ ਆਯੁਰਵੇਦ ਯੂਨੀਵਰਸਿਟੀ ਇਹਦੇ ਲਈ ਫੇਮਸ ਹੈ ਜੀ ਹੁਸ਼ਿਆਰਪੁਰ ਇਸ ਨੂੰ ਫੁੱਟਵਾਲ ਦੀ ਨਰਸਰੀ ਵੀ ਕਿਹਾ ਜਾਂਦਾ ਹੈ ਫੁੱਟਵਾਲ ਦੀ ਨਰਸਰੀ ਵੀ ਕਿਹਾ ਜਾਂਦਾ ਹੈ ਹੁਸ਼ਿਆਰਪੁਰ ਨੂੰ ਓਕੇ ਸੰਗੀਤ ਦੇ ਜਿੰਨੇ ਵੀ ਸਾਜ਼ ਨੇ ਸੰਗੀਤ ਸਾਜ਼ਾਂ ਦੇ ਲਈ ਪੰਜਾਬ ਦੇ ਵਿੱਚ ਪ੍ਰਸਿੱਧ ਹੈ ਜੀ ਹੁਸ਼ਿਆਰਪੁਰ ਜਿਹੜੇ ਬਣਾਏ ਜਾਂਦੇ ਨੇ ਉਹਨਾਂ ਦੇ ਆਧਾਰ ਤੇ ਉੱਪਰ ਗੱਲ ਕਰ ਰਿਹਾ ਠੀਕ ਹੈ ਇਸ ਸ਼ਹਿਰ ਤੋਂ ਖਾਲਸਾ ਰਾਜ ਪਾਰਟੀ ਦਾ ਸੰਸਥਾਪਕ ਜਗਜੀਤ ਸਿੰਘ ਚਾਹਾਨ ਉਹ ਵੀ ਹੁਸ਼ਿਆਰਪੁਰ ਤੋਂ ਸੀਗਾ ਜੋਜੋ ਹਾਨੀ ਸਿੰਘ ਜਿਹੜਾ ਹੈ ਉਹ ਵੀ ਹੁਸ਼ਿਆਰਪੁਰ ਤੋਂ ਹੀ ਹੈ ਅਗਲਾ ਸ਼ਹਿਰ ਹੈ ਜੀ ਆਪਣੇ ਕੋਲੇ ਸਹਿਬਜ਼ਾਦਾ ਅਜੀਤ ਸਿੰਘ ਨਗਰ ਜਿਹਨੂੰ ਨਵਾਂ ਸ਼ਹਿਰ ਕਹਿੰਦੇ ਆ ਸੋ ਡਾਇਰੈਕਸ਼ਨ ਚੇਂਜ ਹੋ ਗਿਆ ਹਾਲਾਂਕਿ ਮੈਨੂੰ ਸੈੱਟ ਕੀਤਾ ਸੀ ਬਟ ਫਿਰ ਵੀ ਪਤਾ ਨਹੀਂ ਕਿਵੇਂ ਇਸ ਤਰ੍ਹਾਂ ਹੋ ਗਿਆ ਹੈ ਓਕੇ ਸੋ ਸਹਿਬਜ਼ਾਦਾ ਭਗਤ ਸਿੰਘ ਨਗਰ ਸੌਰੀ ਇਹ ਵਾਲਾ ਜਿਹਨੂੰ ਨਵਾਂ ਸ਼ਹਿਰ ਦੇ ਨਾਮ ਨਾਲ ਵੀ ਆਪਾਂ ਜਾਣਦੇ ਹਾਂ ਓਕੇ ਸੋ ਨਵਾਂ ਸ਼ਹਿਰ ਜਿਹੜਾ ਹੈ ਇਸ ਦਾ ਸੰਸਤਾਪਕ ਹੈ ਜੀ ਸੰਸਤਾਪਕ ਹੈ ਨੌਸ਼ਰ ਖਾਨ ਨੌਸ਼ਰ ਖਾਨ ਜਿਹੜਾ ਹੈ ਉਹ ਨਵਾਂ ਸ਼ਹਿਰ ਦਾ ਸੰਸਥਾਪਕ ਸੀ ਜਿਹਨੂੰ ਅੱਜ ਕੱਲ੍ਹ ਸ਼ਹੀਦ ਭਗਤ ਸਿੰਘ ਨਗਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਗੱगन ਓਕੇ ਇਹ ਸਾਡੇ ਪੰਜਾਬ ਦਾ ਜ਼ਿਲ੍ਹਾ ਬਣਿਆ ਸੀਗਾ ਜੀ 7 ਨਵੰਬਰ 1995 ਨੂੰ 7 ਨਵੰਬਰ 1995 ਨੂੰ ਸਾਡਾ ਇਹ ਜ਼ਿਲ੍ਹਾ ਬਣਿਆ ਸੀਗਾ ਓਕੇ ਨਵਾਂ ਸ਼ਹਿਰ ਜਿਹੜਾ ਹੈ ਇਸ ਦੀਆਂ ਤਿੰਨ ਸਬ ਡਿਵੀਜ਼ਨ ਨੇਗੀਆਂ ਤਿੰਨ ਸਬ ਡਿਵੀਜ਼ਨ ਨੇਗੀਆਂ ਜਿਨ੍ਹਾਂ ਦੇ ਵਿੱਚ एक है जी नवा शहर दूसरी है बंगा तीसरी है बलाचौर बलाचौर यह तीन डिविजन ने इसके शहीद भगत सिंह नगर मशहूर है जी गुरु तेग बहादुर साहब गेट के लिए गुरु तेग बहादुर गेट सो यह शहीद शे, भगत सिंह नगर के मौजूद है जी ओके ਬੰਗਾ ਦੇ ਵਿੱਚ ਇਸ ਤੋਂ ਇਲਾਵਾ ਇਸੇ ਸ਼ਹਿਰ ਤੋਂ ਯਸ਼ চোপੜਾ ਰਹੇ ਹੈਗੇ ਜੀ ਜੋ ਕਿ ਇੰਡੀਅਨ ਇੰਡਸਟਰੀ ਦੇ ਵਿੱਚ ਬਾਲੀਵੁੱਡ ਦੇ ਵਿੱਚ ਇੱਕ ਪ੍ਰਸਿੱਧ ਡਾਇਰੈਕਟਰ ਰਹੇ ਸੀਗੇ ਸੋ ਵੀ ਜਿਹੜੇ ਹੈ ਇਸੇ ਸਟੇਟ ਤੋਂ ਪੈਂਦੇ ਹੈਗੇ ਇਸੇ ਜ਼ਿਲ੍ਹੇ ਤੋਂ ਪੈਂਦੇ ਹੈਗੇ ਅਗਲੀ ਰਿਸਟ ਹੈ ਜੀ ਆਪਣੇ ਕੋਲੇ ਫਤਿਹਗੜ੍ਹ ਸਾਹਿਬ ਓਕੇ ਫਤਿਹਗੜ੍ਹ ਸਾਹਿਬ ਸੋ ਆ ਬੜਾ ਖੇਤਰ ਹੈ ਜੀ ਫਤਿਹਗੜ੍ਹ ਸਾਹਿਬ ਫਤਿਹਗੜ੍ਹ ਸਾਹਿਬ ਸਾਡੇ ਪੰਜਾਬ ਦਾ ਜ਼ਿਲ੍ਹਾ ਪੈਂਦਾ ਹੈ ਜੀ 13 April 1992 ਨੂੰ ਫਤੇਗੜ ਸਾਹਿਬ ਓਕੇ ਹਾਂਜੀ ਫਤੇਗੜ ਸਾਹਿਬ ਜਿਹੜਾ ਹੈ ਇੱਕ ਸਲਿੱਪ ਸਿੱਧ ਹੈ ਜੀ ਸੋ ਇਹ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਸਥਾਨ ਵੀ ਕਿਸ ਸਥਿਤ ਹੈ ਜੀ ਓਕੇ ਛੋਟੇ ਸਹਿਬਜ਼ਾਦੇ ਜਿਹੜੇ ਹੈ ਗਿਨੇਗੇ ਉਹ ਇੱਥੇ ਸ਼ਹੀਦ ਕੀਤੇ ਗਏ ਸੀਗੇ ਜੀ ਛੋਟੇ ਸਹਿਬਜ਼ਾਦਿਆਂ ਦਾ ਸ਼ਹੀਦੀ ਸਥਾਨ ਸਰਹੰਦ ਇਸੇ ਖੇਤਰ ਦੇ ਵਿੱਚ ਪੈ ਜਾਂਦਾ ਹੈ ਇਸ ਤੋਂ ਇਲਾਵਾ ਇਸ ਖੇਤਰ ਦੇ ਵਿੱਚ ਆਮ ਖਾਸ ਬਾਗ ਆਮ ਖਾਸ ਬਾਗ ਜਿਹੜਾ ਹੈ ਉਹ ਵੀ ਫਤਿਹਗੜ੍ਹ ਸਾਹਿਬ ਦੇ ਵਿੱਚ ਮੌਜੂਦ ਹੈ ਇਸੇ ਖੇਤਰ ਦੇ ਵਿੱਚ ਜੀ ਸਾਡੇ ਸਿੰਧੂ ਘਾਟ ਸਭਿਤਾ ਦਾ ਇੱਕ ਪ੍ਰਸਿੱਧ ਕੇਂਦਰ ਹੈ ਜੀ ਸੰਘੋਲ ਸੰਘੋਲ ਅਜ਼ੈਬਕਰ ਸੋ ਉਹ ਵੀ ਇੱਥੇ ਹੀ ਸਥਿਤ ਹੈ ਜੀ ਓਕੇ ਅਜ਼ੈਬਕਰ ਫਤਿਹਗੜ੍ਹ ਸਾਹਿਬ ਦੇ ਵਿੱਚ ਹੀ ਜੀ ਤੈਰ ਦਾ ਹੋਟਲ ਹੈ ਤੈਰ ਦਾ ਹੋਟਲ ਹੈ ਜੀ ਜੋ ਕਿ ਪਾਣੀ ਦੇ ਉੱਪਰ ਚੱਲਦਾ ਹੈ ਸੋ ਇਸ ਨੂੰ ਤੈਰ ਦਾ ਹੋਟਲ ਕਿਹਾ ਜਾਂਦਾ ਹੈ। ਪਤੇਕਰ ਸਾਹਿਬ ਦੇ ਵਿੱਚ ਹੀ ਸਾਗਿਰਦ ਸਾਗਿਰਦ ਦੀ ਮਜ਼ਾਰ ਜਿਹੜੀ ਹੈ ਉਸ ਤਿਤ ਹੈ ਜੀ ਇਸ ਖੇਤਰ ਦੇ ਵਿੱਚ। ਉਸਤਾਦ ਦੀ ਜਿਹੜੀ ਹੈ ਮਜ਼ਾਰ ਉਹ ਵੀ ਇਸੇ ਸ਼ਹਿਰ ਦੇ ਵਿੱਚ ਸਥਿਤ ਹੈ ਜੀ ਉਸਤਾਦ ਦੀ ਮਜ਼ਾਰ। ਓਕੇ ਸੋ ਇਹ ਵੀ ਜਿਹੜੀ ਹੈ ਇਸ ਸਥਾਨ ਦੇ ਵਿੱਚ ਸਥਿਤ ਹੈ ਜਹਾਜ਼ ਹਵੇਲੀ। ਜਹਾਜ਼ ਹਵੇਲੀ ਜਿਹੜੀ ਹੈ ਇਹ ਵੀ ਫਤਿਹਗੜ੍ਹ ਸਾਹਿਬ ਦੇ ਵਿੱਚ ਸਥਿਤ ਹੈ ਜੀ ਲੋਹਾ ਤੇ ਸਟੀਲ ਦੇ ਲਈ ਪ੍ਰਸਿੱਧ ਹੈ ਜੀ ਲੋਹਾ ਆਇਰਨ ਸਿਟੀ ਕਿਹਾ ਜਾਂਦਾ ਹੈ ਆਇਰਨ ਐਂਡ ਸਟੀਲ ਸਿਟੀ ਕਿਹਾ ਜਾਂਦਾ ਹੈ ਸਾਡੇ ਪੰਜਾਬ ਦੀ ਮੰਡੀ ਗੋਵਿੰਦਗੜ੍ਹ ਮੰਡੀ ਗੋਵਿੰਦਗੜ੍ਹ ਸੋ ਇਹ ਫਤਿਹਗੜ੍ਹ ਸਾਹਿਬ ਦੇ ਵਿੱਚ ਮੌਜੂਦ ਹੈ ਜੀ ਟੋਡਰਮਲ ਦੀ ਹਵੇਲੀ ਟੋਡਰਮਲ ਦੀ ਹਵੇਲੀ ਇਹ ਵੀ ਇਸ ਸਥਾਨ ਦੇ ਵਿੱਚ ਹੈ ਦਿੱਤਾ ਜੀ ਫਤਿਹਗੜ੍ਹ ਸਾਹਿਬ ਦੇ ਵਿੱਚ ਓਕੇ ਅਗਲਾ ਹੈ ਜੀ ਆਪਣੇ ਕੋਲੇ ਡਿਸਟ੍ਰਿਕਟ ਮੋਗਾ ਓਕੇ ਮੋਗਾ ਡਿਸਟ੍ਰਿਕਟ ਜੀ ਮੋਗਾ ਮੋਗਾ ਦਾ ਸੰਸਥਾਪਕ ਜਿਹੜਾ ਹੈ ਜੀ ਮੋਗਾ ਸ਼ਹਿਰ ਦਾ ਸੰਸਥਾਪਕ ਹੈ ਜੀ ਮੋਗਾ ਸਿੰਘ ਗਿੱਲ ਮੋਗਾ ਸਿੰਘ ਗਿੱਲ ਇਸ ਨੇ ਇਸ ਸ਼ਹਿਰ ਨੂੰ ਬਸਾਇਆ ਸੀਗਾ 24 ਨਵੰਬਰ 1995 ਇਸ ਦਿਨ ਫਰੀਦਕੋਟ ਦੇ ਨਾਲੋਂ ਵੱਖ ਕਰਕੇ ਜਿਹੜਾ ਹੈ ਮੋਗਾ ਨੂੰ ਸਾਡਾ ਡਿਸਟ੍ਰਿਕਟ ਜਿਹੜਾ ਹੈ ਉਹ ਬਣਾਇਆ ਗਿਆ ਸੀ ਮੋਗਾ ਦਾ ਸ਼ਾਰਟ ਨਾਮ ਹੈ ਨਿਕ ਨੇਮ ਹੈ ਜੀ ਐਨ ਆਰ ਆਈ ਡਿਸਟ੍ਰਿਕਟ ਓਕੇ ਐਨ ਆਰ ਆਈ ਡਿਸਟ੍ਰਿਕਟ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਔਰ ਮੋਗਾ ਖਾਸ ਤੌਰ ਦੇ ਪਰ ਮਸ਼ਹੂਰ ਹੈ ਜੀ ਨਸਲੇ ਦੇ ਲਈ ਨੇਸਲੇ ਕੰਪਨੀ ਜਿਹੜੀ ਹੈ ਇੱਥੇ ਹੈਗੀ ਹੈਗੀ ਇਸ ਤੋਂ ਇਲਾਵਾ ਦੁੱਧ ਦੇ ਉਤਪਾਦਨ ਦੇ ਵਿੱਚ ਸਭ ਤੋਂ ਵੱਧ ਮਸ਼ਹੂਰ ਹੈ ਜੀ ਦੁੱਧ ਦਾ ਉਤਪਾਦਨ ਵੇਰਕਾ ਦੁੱਧ ਪਲਾਂਟ ਇਸ ਸਥਾਨ ਵਿਕੇ ਹੈ ਓਕੇ ਇਹ ਤਿੰਨ ਚੀਜ਼ਾਂ ਪ੍ਰਮੁੱਖ ਨਿਕੀਆਂ ਮੋਗਾ ਜਿਹੜਾ ਹੈ ਉਹ ਫਰੀਦਕੋਟ ਦੇ ਨਾਲੋਂ ਵੱਖ ਹੋਇਆ ਹੈਗਾ ਤਾਂ ਇਹਦੀ ਸਰਹੱਦ ਲੱਗਦੀ ਹੈ ਜੀ ਜਲੰਧਰ ਦੇ ਨਾਲ ਰੋਜਪੁਰ ਦੇ ਨਾਲ ਫਰੀਦਕੋਟ ਦੇ ਨਾਲ ਬਠਿੰਡੇ ਦੇ ਨਾਲ ਪਰਣਾਲੇ ਦੇ ਨਾਲ ਤੇ ਲੁਧਿਆਣੇ ਦੇ ਨਾਲ ਇਸ ਨੂੰ ਟੱਚ ਕਰਦੇ ਹੈਗੇ ਆ ਓਕੇ ਅ ਜੇ ਆਪਾਂ ਮੋਗੇ ਤੋਂ ਗੱਲ ਕਰੀਏ ਤਾਂ ਕੁਝ ਪ੍ਰਸਿੱਧ ਲੀਡਰ ਜਿਵੇਂ ਸੰਤ ਜਰਨੈਲ ਸਿੰਘ ਪਿੰਡਰਾ ਵਾਲੇ ਇਸੇ ਖੇਤਰ ਤੋਂ ਪੈਂਦੇ ਹੈ ਇਸ ਤੋਂ ਇਲਾਵਾ ਲਾਲਾ ਲੱਜਪਤ ਰਾਏ ਜਿਹੜੇ ਹੈਗੇ ਨੇ ਉਹ ਵੀ ਮੋਗੇ ਤੋਂ ਹੀ ਸੀਗੇ ਲక్ష్మణ ਸਿੰਘ ਗਿੱਲ ਜਿਹੜੇ ਕਿ ਪੰਜਾਬ ਦੇ ਸੀਐਮ ਰਹੇ ਨੇ ਉਹ ਵੀ ਇਸੇ ਖੇਤਰ ਤੋਂ ਨੇ ਵਰਤਮਾਨ ਸਮੇਂ ਕਾਫੀ ਸਮਾਜ ਸੁਧਾਰਕ ਦਾ ਜਿਹੜਾ ਕੰਮ ਕਰ ਰਿਹਾ ਸਾਨੂੰ ਸੂਧ ਸੋ ਉਹ ਵੀ ਜਿਹੜੇ ਹੈਗੇ ਨੇ ਇਸੇ ਸਤਾਨ ਤੋਂ ਹੀ ਨੇ ਕੀ ਮੋਗੇ ਤੋਂ ਹੀ ਅਗਲੇ ਜ਼ਿਲ੍ਹੇ ਕਿਹ ਹੈ ਜੀ ਆਪਣੇ ਕੋਲੇ ਫਿਰੋਜ਼ਪੁਰ ਸੇ ਵੀ ਵਲਟੋ ਹੈ ਆਪਣੇ ਕੋਲੇ ਫਿਰੋਜ਼ਪੁਰ ਓਕੇ ਫਿਰੋਜ਼ਪੁਰ ਫਿਰੋਜ਼ਪੁਰ ਜਿਹੜਾ ਸ਼ਹਿਰ ਹੈ ਜੀ ਇਹਦੀ ਸਥਾਪਨਾ ਕੀਤੀ ਹੈ ਫਿਰੋਜ਼ ਸ਼ਾ ਤੁਗਲਕ ਨੇ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜੀ ਫਿਰੋਜ਼ ਸ਼ਾ ਤੁਗਲਕ ਫਿਰੋਜ਼ ਸ਼ਾ ਤੁਗਲਕ ਨੇ ਇਸ ਸ਼ਹਿਰ ਦੀ ਸਥਾਪਨਾ ਕੀਤੀ ਸੀਗੀ 14ਵੀਂ ਸਦੀ ਦੇ ਵਿੱਚ ਇਸ ਦੀ ਸਥਾਪਨਾ ਕੀਤੀ ਗਈ ਸੀਗੀ ਰੋਜਪੁਰ ਜਿਹੜਾ ਹੈ ਇੱਕ ਤਾਂ ਪਾਕਿਸਤਾਨ ਨੂੰ ਟੱਚ ਕਰਦਾ ਹੈ ਜਿਸ ਦੀ ਬਾਉਂਡਰੀ ਅੰਤਰਰਾਸ਼ਟਰੀ ਆ ਜਾਂਦੀ ਹੈਗੀ ਹੈ ਇਸ ਤੋਂ ਇਲਾਵਾ ਫਾਜ਼ਿਲਕਾ ਫਰੀਦਕੋਟ ਮੋਗਾ ਜਲੰਧਰ ਕਪੂਰਥਲਾ ਤੇ ਤਰਨਤਾਰਨ ਨੂੰ ਵੀ ਜਿਹੜਾ ਟੱਚ ਕਰਦਾ ਹੈ ਪੁਰਾਣੇ ਸਮੇਂ ਦੇ ਵਿੱਚ ਯਾਨੀ ਕਿ ਪਹਿਲਾਂ ਜੇ ਫਾਜ਼ਿਲਕਾ ਤੋਂ ਪਹਿਲਾਂ ਗੱਲ ਕਰੀਏ 2011 ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਉਸ ਤੋਂ ਪਹਿਲਾਂ ਪੰਜਾਬ ਦੀ ਸਭ ਤੋਂ ਲੰਬੀ ਜੇ ਮਾਮਲੇ ਦੇ ਵਿੱਚ ਗੱਲ ਕਰੀਏ ਡਿਸਟ੍ਰਿਕਟ ਦੇ ਵਿੱਚ ਤਾਂ ਉਹ ਫਿਰੋਜ਼ਪੁਰ ਸੀਗੀ ਬਟ 2011 ਦੇ ਵਿੱਚ ਫਾਜ਼ਲ ਕਸ ਤੋਂ ਵੱਖ ਕਰ ਦਿੱਤਾ ਕਿ ਜਿਸ ਦੇ ਕੰਨ ਕਰਕੇ ਹੁਣੇ ਛੋਟਾ ਸ਼ਹਿਰ ਬਣ ਜਾਂਦਾ ਹੈ ਫਿਰੋਜ਼ਪੁਰ ਜਿਹੜਾ ਹੈ ਜਿਹੜਾ ਨਾਂ ਜਾਣਿਆ ਜਾਂਦਾ ਹੈ ਜੀ ਇਹ ਸ਼ਹੀਦਾਂ ਦੀ ਧਰਤੀ ਕਿਉਂਕਿ ਇਸੇ ਸਥਾਨ ਵਿਖੇ ਜਿਹੜਾ ਹੈ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸਖਦੇਵ ਜਿਹੜਾ ਹੈ ਉਹਨਾਂ ਨੂੰ ਸਤਲੁਜ ਦਰਿਆ ਦੇ ਵਿੱਚ ਸੁੱਟ ਦਿੱਤਾ ਗਿਆ ਸੀ ਤੇ ਉਹਨਾਂ ਦੇ ਮਿਊਜ਼ੀਅਮ ਵੀ ਜਿਹੜੇ ਇਸੇ ਸਥਾਨ ਵਿਖੇ ਬਣੇ ਹੋਏ ਆ ਉਹਦੇ ਆਧਾਰ ਦੇ ਉੱਪਰ ਇਹਨਾਂ ਨੂੰ ਸ਼ਹੀਦਾਂ ਦੀ ਧਰਤੀ ਦਾ ਜਿਹੜਾ ਨਾਮ ਦਿੱਤਾ ਗਿਆ ਹੈ ਇਸੇ ਫਿਰੋਜ਼ਪੁਰ ਦੇ ਵਿੱਚ ਹੀ ਜਿਹੜਾ ਹੈ ਸ਼ਹੀਦ ਭਗਤ ਸਿੰਘ ਸਟੇਡੀਅਮ ਵੀ ਬਣਿਆ ਹੋਇਆ ਹੈ ਸ਼ਹੀਦ ਭਗਤ ਸਿੰਘ ਸਟੇਡੀਅਮ ਫਿਰੋਜ਼ਪੁਰ ਦੇ ਵਿੱਚ ਜੀ ਹੈ ਓਕੇ ਬਾਰਡਰ ਦੇ ਉੱਪਰ ਸਥਿਤ ਹੈ ਜੀ ਇਹ ਵਾਲਾ ਸ਼ਹਿਰ ਸਾਡੇ ਪੰਜਾਬ ਦਾ ਬਾਰਡਰ ਦੇ ਉੱਪਰ ਸਥਿਤ ਹੈ ਓਕੇ ਅਤੇ ਫਿਰੋਜ਼ਪੁਰ ਜਿਹੜਾ ਹੈਗਾਗਾ ਫਿਰੋਜ਼ਪੁਰ ਸ਼ਾਹਨੀ ਦੇ ਲਈ ਵੀ ਬਹੁਤ ਜ਼ਿਆਦਾ ਫੇਮਸ ਹੈ ਕਿਉਂਕਿ ਆਰਮੀ ਦੀਆਂ ਸਾਰੀਆਂ ਬ੍ਰਾਂਚਸ ਜਿਹੜੀਆਂ ਹੈੱਡਕੁਆਟਰ ਨੇ ਲਗਭਗੋ ਫਿਰੋਜ਼ਪੁਰ ਦੇ ਵਿੱਚ ਹੈਗੇ ਨੇਗੇ ਓਕੇ ਔਰ ਪੰਜਾਬ ਦਾ ਰੇਲਵੇ ਹੈੱਡਕੁਆਟਰ ਜਿਹੜਾ ਹੈ ਉਹ ਵੀ ਫਿਰੋਜ਼ਪੁਰ ਹੀ ਹੈ ਕਿਉਂਕਿ ਜਿੱਥੋਂ ਕੇ ਪੂਰੀ ਦੀ ਪੂਰੀ ਰੇਲਵੇ ਕੰਟਰੋਲ ਕੀਤੀ ਜਾਂਦੀ ਹੈ ਅਗਲਾ ਸ਼ਹਿਰ ਆ ਜਾਂਦਾ ਹੈ ਜੀ ਆਪਣੇ ਕੋਲੇ ਮੁਕਤਸਰ ਸ੍ਰੀ ਮੁਕਤਸਰ ਸਾਹਿਬ ਓਕੇ ਮੁਕਤਸਰ ਸੋ ਪਹਿਲਾਂ ਤਾਂ ਨਾਮ ਸੀਗਾ ਜੀ ਬੁਕਸਰ ਬਟ ਸਾਲ 2012 ਦੇ ਵਿੱਚ ਤਾਂ ਨਾਮ ਬਦਲ ਕੇ ਕਰ ਦਿੱਤਾ ਸ੍ਰੀ ਮੁਕਤਸਰ ਸਾਹਿਬ ਓਕੇ ਸ੍ਰੀ ਮੁਕਤਸਰ ਸਾਹਿਬ ਸੋ ਇਹ ਉਹ ਥਾਨਾ ਹੈ ਜੀ ਜਿਹਦਾ ਪੁਰਾਣਾ ਨਾਮ ਹੁੰਦਾ ਸੀ ਖਿਦਰਾਣਾ ਜਿਸ ਦਾ ਪੁਰਾਣਾ ਨਾਮ ਹੁੰਦਾ ਸੀ ਖਿਦਰਾਣਾ ਠੀਕ ਹੈ ਸੋ ਇਸ ਸਥਾਨ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਆਖਰੀ ਲੜਾਈ ਹੁੰਦੀ ਹੈਗੀ ਹੈ ਜਿਸ ਦੇ ਵਿੱਚ ਜਿਹੜੇ ਅਨੰਦpur ਸਾਹਿਬ ਦੀ ਦੂਜੀ ਲੜਾਈ ਦੇ ਵਿੱਚ 40 ਸਿੱਖ ਹੱਤ ਛੱਡ ਜਾਂਦੇ ਆ ਸੋ ਉਹ ਖਿਦਰਾਣਾ ਦੀ ਲੜਾਈ ਦੇ ਵਿੱਚ ਆ ਕੇ ਉਹ 40 ਸਿੱਖ ਜਿਹੜੇ ਆ ਦੇ ਵਿੱਚ ਸ਼ਾਮਲ ਹੁੰਦੇ ਆ ਤੇ ਸਾਰੇ ਦੇ ਸਾਰੇ ਸ਼ਹੀਦ ਹੋ ਜਾਂਦੇ ਆ ਅੰਤ ਦੇ ਵਿੱਚ ਮਾਹ ਸਿੰਘ ਜਿਹੜਾ ਕਿ ਉਹਨਾਂ ਦਾ ਹੈੱਡ ਸੀਗਾ ਉਹਨਾਂ ਦੇ ਕਹਿਣ ਦੇ ਉੱਪਰ ਕੁਰ ਗੋਵਿੰਦ ਸਿੰਘ ਜੀ ਨੇ ਜਿਹੜਾ ਹੈਗਾਗਾ ਬੇਦਵਾ ਖਤ ਪਾੜ ਦਿੱਤਾ ਸੀਗਾ ਤੇ ਉਹਦੇ ਆਧਾਰ ਦੇ ਉੱਪਰ ਉਹਨਾਂ ਨੂੰ ਮੁਕਤੀ ਦਾ ਵਰ ਦਿੱਤਾ ਸੀ ਉਸੇ ਦੇ ਆਧਾਰ ਦੇ ਉੱਪਰ ਹੀ ਜਿਹੜਾ ਹੈ ਖੇਦਰਾਣਾ ਦਾ ਨਾਮ ਬਦਲ ਕੇ ਮੁਕਤਸਰ ਰੱਖ ਦਿੱਤਾ ਸੀਗਾ ਜੀ ਭਾਵ 40 ਮੁਕਤਿਆਂ ਦੀ ਧਰਤੀ 40 ਮੁਕਤਿਆਂ ਦੀ ਧਰਤੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਉਹਦੇ ਤੇ ਹੀ ਜਿਹੜਾ ਹੈ ਨਾਮ ਪੈ ਗਿਆ ਸੀ ਮੁਕਤਸਰ ਸਾਹਿਬ ਮੁਕਤਸਰ ਦੇ ਸਾਹਿਬ ਦੇ ਵਿੱਚ ਮਾਗੀ ਜਿਹੜੀ ਆ ਉਹ ਕਾਫੀ ਜ਼ਿਆਦਾ ਫੇਮਸ ਹੈ ਜੀ ਓਕੇ ਇਸ ਤੋਂ ਇਲਾਵਾ ਹਰਿਆਣੇ ਦੇ ਨਾਲ ਸਭ ਤੋਂ ਛੋਟੀ ਸਰਹੰਦ ਜਿਹੜੀ ਹੈ ਉਹ ਇਸੇ ਦੀ ਲੱਗਦੀ ਹੈ ਮੁਕਸਰ ਦੀ ਹਰਿਆਣੇ ਦੇ ਨਾਲ ਸਭ ਤੋਂ ਛੋਟੀ ਸਰਹੰਦ ਛੋਟੀ ਸਰਹੱਦ ਇਹ ਸਾਡੀ ਮੁਕਸਰ ਜਿਲ੍ਹੇ ਦੀ ਲੱਗਦੀ ਹੈ ਨੈਕਸਟ ਹੈ ਜੀ ਸੋ ਇਹਦੇ ਵਿੱਚ ਕਿਤੇ ਲਾਸਟ ਰਹਿ ਗਈ ਜਿਵੇਂ ਕਿ ਕਿਹਦੇ ਕਿਹਨਾਂ ਨੂੰ ਟੱਚ ਕਰਦੇ ਵੀ ਪੁੱਛ ਲੈਣੇ ਹੁੰਦੇ ਹੈਗੇ ਓਕੇ ਜੀ ਜਿਵੇਂ ਕਿ ਮੁਕਸਰ ਜਿਹੜਾ ਹੈ ਉਹ ਫਾਜ਼ਿਲਕਾ ਨੂੰ ਟੱਚ ਕਰਦਾ ਹੈ ਫਰੀਦਕੋਟ ਨੂੰ ਟੱਚ ਕਰਦਾ ਹੈ ਤੇ ਬਠਿੰਡਾ ਨੂੰ ਟੱਚ ਕਰਦਾ ਹੈ ਅਤੇ ਮੁਕਸਰ ਕੁਝ ਇੱਕ ਹਿੱਸਾ ਜਿਹੜਾ ਉਹ ਰਾਜਸਥਾਨ ਦੇ ਨਾਲ ਲੱਗਦਾ ਇਸ ਤਰ੍ਹਾਂ ਰਾਜਸਥਾਨ ਦੇ ਨਾਲ ਤੇ ਕੁਝ ਇੱਕ ਹਿੱਸਾ ਜਿਹੜਾ ਉਹ ਹਰਿਆਣਾ ਦੇ ਨਾਲ ਲੱਗਦਾ ਹੈ ਥੋੜਾ ਜਿਹਾ ਖੇਤਰ ਹੈ ਇਸ ਕਾਰਨ ਕਰਕੇ ਸਭ ਤੋਂ ਛੋਟਾ ਵੀ ਰਹਿ ਜਾਂਦਾ ਹੈ ਅੱਗੇ ਹੈ ਜੀ ਇੱਕ ਚੀਜ਼ ਹੋਰ ਵੀ ਦੇਖੀਏ ਸੌਰੀ ਹਰਿਆਣਾ ਜਿਹੜਾ ਹੈ ਸਭ ਤੋਂ ਸੌਰੀ ਮੁਕਸਰ ਜਿਹੜਾ ਹੈ ਸਭ ਤੋਂ ਘੱਟ ਕੰਤਾ ਵਾਲਾ ਜਿਹੜਾ ਖੇਤਰ ਆਉਂਦਾ ਹੈਗਾ ਡੈਂਸਿਟੀ ਦੇ ਮਾਮਲੇ ਦੇ ਵਿੱਚ ओके ਜਿਹੜਾ ਕਿ 324 ਦੇ ਕਰੀਬ ਆ ਜਾਂਦਾ ਹੈਗਾ ਜੇਕਰ 2023 ਦੇ ਅਕੋਰਡਿੰਗ ਗੱਲ ਕਰੀਏ ਤਾਂ ਨੈਕਸਟ ਹੈ ਜੀ ਓਕੇ ਓਕੇ ਜੀ ਅਗਲਾ ਅਗਲਾ ਜਿਲ੍ਹਾ ਹੈ ਜੀ ਆਪਣੇ ਕੋਲੇ ਫਰੀਦਕੋਟ ਆਵੜਾ ਫਰੀਦਕੋਟ ਬਾਬਾ ਫਰੀਦ ਜੀ ਦੇ ਨਾਮ ਦੇ ਉੱਪਰ ਚੱਲਦਾ ਹੈ ਜੀ ਇਸ ਸ਼ਹਿਰ ਦਾ ਨਾਮ ਓਕੇ ਫਰੀਦਕੋਟ ਜਿਹੜਾ ਹੈ 7 ਅਗਸਤ 1972 ਨੂੰ ਸਾਡਾ ਜ਼ਿਲ੍ਹਾ ਬਣਦਾ ਹੈ ਪੰਜਾਬ ਦਾ ਔਰ ਇਹ ਸਭ ਤੋਂ ਜ਼ਿਆਦਾ ਪ੍ਰਸਿੱਧ ਹੈ ਜੀ ਵਰਜਿੰਦਰਾ ਕਾਲਜ ਦੇ ਲਈ ਇੱਥੇ ਕੋ ਕਾਲਜ ਪਾਇਆ ਜਾਂਦਾ ਹੈ ਵਰਜਿੰਦਰਾ ਕਾਲਜ ਓਕੇ ਤੇ ਬਾਬਾ ਫਰੀਦ ਜੀ ਦੇ ਸ਼ਹਿਰ ਦੇ ਨਾਲ ਸਬੰਧਤ ਹੈ ਮੀਨਜ਼ ਉਹਨਾਂ ਦੇ ਨਾਮ ਦੇ ਨਾਲ ਸਬੰਧਤ ਹੈ ਫਰੀਦਕੋਟ ਜਿਹੜਾ ਹੈ ਫਿਰੋਜ਼ਪੁਰ ਮੋਗਾ ਬਠਿੰਡਾ ਮੁਕਸਰ ਤੇ ਫਾਜ਼ਿਲਕਾ ਦੇ ਵਿਚਕਾਰ ਸਥਿਤ ਹੈਗਾ ਅਗਲਾ ਸ਼ਹਿਰ ਆਪਣੇ ਕੋਲੇ ਮਾਨਸਾ ਮਾਨਸਾ ਓਕੇ ਮਾਨਸਾ ਦੀ ਕੀ ਇੰਪੋਰਟੈਂਸ ਹੈਗੀ ਹੈ ਜੀ ਪਹਿਲਾਂ ਤਾਂ ਦੇਖਦੇ ਆਪਾਂ ਕਿ ਮਾਨਸਾ ਸ਼ਹਿਰ ਜਿਹੜਾ ਹੈ ਉਸ ਨੂੰ ਵਸਾਇਆ ਕਿਸ ਨੇ ਜੀ ਓਕੇ ਸੋ ਬਸਾਉਣ ਵਾਲਾ ਜਿਹੜਾ ਹੈ ਜੀ ਉਹ ਹੈ ਭਾਈ ਗੁਰਦਾਸ ਜੀ ਭਾਈ ਗੁਰਦਾਸ ਜੀ ਦੇ ਦੁਆਰਾ ਮਾਨਸਾ ਸ਼ਹਿਰ ਜਿਹੜਾ ਹੈ ਉਸ ਨੂੰ ਵਸਾਇਆ ਗਿਆ ਸੀਗਾ ਅਤੇ ਮਾਨਸਾ 13 ਅਪ੍ਰੈਲ 13 ਅਪ੍ਰੈਲ 1992 ਨੂੰ ਸਾਡਾ ਜ਼ਿਲ੍ਹਾ ਬੰਦਾ ਹੈ ਬਠਿੰਡੇ ਤੋਂ ਬਖ ਹੋ ਕੇ ਬਠਿੰਡੇ ਤੋਂ ਬਖ ਹੋ ਕੇ ਮਾਨਸਾ ਜ਼ਿਲ੍ਹਾ ਹੈ ਜੀ ਜਿਹੜਾ ਕਿ ਪੰਜਾਬ ਦੇ ਬਿਲਕੁਲ ਦੱਖਣ ਦੇ ਵਿੱਚ ਸਥਿਤ ਹੈ। ਦੱਖਣ ਦੇ ਵਿੱਚ ਸਥਿਤ ਹੈ। ਉੱਤਰ ਦੇ ਵਿੱਚ ਪਠਾਨਕੋਟ ਹੋ ਜਾਂਦਾ ਹੈ, ਦੱਖਣ ਦੇ ਵਿੱਚ ਮਾਨਸਾ ਹੋ ਜਾਂਦਾ ਹੈਗਾ। ਓਕੇ, ਪੂਰਬ ਦੇ ਵਿੱਚ ਫਾਜ਼ਿਲਕਾ ਜਾਂ ਫਿਰੋਜ਼ਪੁਰ ਆ ਜਾਂਦਾ ਹੈਗਾ ਤੇ ਇੱਧਰ ਸੌਰੀ ਪੱਛਮ ਦੇ ਵਿੱਚ ਫਾਜ਼ਿਲਕਾ ਜਾਂਦਾ ਹੈ ਤੇ ਪੂਰਬ ਦੇ ਵਿੱਚ ਆ ਜਾਂਦਾ ਹੈ ਜੀ ਮੋਹਾਲੀ। ਓਕੇ। ਮਾਨਸਾ ਮਸ਼ਹੂਰ ਹੈ ਜੀ ਚਿੱਟੇ ਸੋਨੇ ਦੀ ਧਰਤੀ ਦੇ ਨਾਮ ਨਾਲ। ਚਿੱਟੇ ਸੋਨੇ ਦੀ ਧਰਤੀ। ਇਹ ਕਿਹਾ ਜਾਂਦਾ ਹੈ ਜੀ ਮਾਨਸਾ ਨੂੰ ਇਹ ਕਿਸ ਲਈ ਹੈ ਜੀ ਕਪਾ ਦੇ ਕਾਰਨ ਕਰਕੇ ਓਕੇ ਇਸ ਤੋਂ ਇਲਾਵਾ ਅਜਮੇਰ ਸਿੰਘ ਆਲਖ ਜਿਹੜੇ ਹੈਗੇ ਨੇਗੇ ਉਹ ਵੀ ਇਸ ਸਥਾਨ ਤੋਂ ਹੈ ਜੀ ਜੋ ਕਿ ਲੇਖਕ ਨੇਗੇ ਅਜਮੇਰ ਸਿੰਘ ਆਲਖ ਅਜਮੇਰ ਸਿੰਘ ਆਲਖ ਇਹ ਵੀ ਮਾਨਸਾ ਤੋਂ ਹੀ ਹੈਗੇ ਨੇਗੇ ਸਭ ਤੋਂ ਘਟ ਕੰਤਾ ਸਭ ਤੋਂ ਘਟ ਕੰਤਾ ਪੰਜਾਬ ਦੀ ਇਹ ਹੈਗੇ ਜੀ 348 2011 ਦੇ ਅਨੁਸਾਰ ਮਾਨਸਾ ਦੇ ਵਿੱਚ ਸਭ ਤੋਂ ਵੱਧ ਲੁਧਿਆਣੇ ਦੀ ਹੈ 975 ਹੈ ਗਿਆ ਸਭ ਤੋਂ ਘੱਟ ਹੈ ਜੀ ਮਾਨਸਾ ਦੀ ਓਕੇ ਸੋ ਇਹ ਆ ਗਿਆ ਜੀ ਮਾਨਸਾ ਸਰ ਦੀ ਸਟੇਟ ਡਿਸਟ੍ਰਿਕਟ ਸੋਰੀ ਨੈਕਸਟ ਹੈ ਜੀ ਅਗਲਾ ਜ਼ਿਲ੍ਹਾ ਪਟਿਆਲਾ ਸਟ ਇੱਕ ਮਿੰਟ ਜੀ ਜੀ ਅਗਲੀ ਡਿਸਟ੍ਰਿਕਟ ਆਪਣੇ ਕੋਲੇ ਪਟਿਆਲਾ ਪਟਿਆਲਾ ਓਕੇ ਸੋ ਪਟਿਆਲਾ ਸਾਊਥ ਈਸਟ ਦੇ ਵਿੱਚ ਜਿਹੜਾ ਸਥਿਤ ਹੈ ਜੀ ਪਟਿਆਲਾ ਦਾ ਸੰਸਥਾਪਕ ਹੈ ਬਾਬਾ ਆਲਾ ਸਿੰਘ ਸਾਰਿਆਂ ਨੂੰ ਹੀ ਪਤਾ ਹੋਊਗਾ ਸੰਸਤਾਪਕ ਹੈ ਜੀ ਬਾਬਾ ਆਲਾ ਸਿੰਘ ਬਾਬਾ ਆਲਾ ਸਿੰਘ ਓਕੇ ਸੋ ਇਹਨਾਂ ਨੇ 1722 ਦੇ ਵਿੱਚ ਇਸ ਸ਼ਹਿਰ ਨੂੰ ਵਸਾਇਆ ਸੀਗਾ ਔਰ ਖਾਸ ਤੌਰ ਦੇ ਉੱਪਰ ਵਿਸ਼ੇਸ਼ ਤੌਰ ਦੇ ਉੱਪਰ ਜ਼ਿਕਰ ਕਰੀਏ ਤਾਂ ਪਟਿਆਲਾ ਜਿਹੜਾ ਹੈ ਇਹ ਹਰਿਆਣੇ ਦੇ ਨਾਲ ਸਭ ਤੋਂ ਲੰਬੀ ਜਿਹੜੀ ਸਰਹੱਦ ਬਣਾਉਂਦਾ ਹੈ ਸਭ ਤੋਂ ਛੋਟੀ ਜਿਹੜੀ ਆ ਮੁਕਤਸਰ ਦੀ ਆ ਜਾਂਦੀ ਹੈ ਸਭ ਤੋਂ ਲੰਬੀ ਜਿਹੜੀ ਹੈਗੀ ਆ ਉਹ ਪਟਿਆਲਾ ਦੀ ਆਂਦੀ ਆ ਹਰਿਆਣਾ ਨਾਲ ਸਭ ਤੋਂ ਲੰਬੀ ਸਰਹੱਦ पटियाला है ओके पटियाले मोती बाग उस तहत है मोती बाग दे नाल डिको के संबंधित जिन् भी चीज़ा नेग्क सारे आई ने इस तो अलावा आर्ट डिको जिएटर है वह भी इस स्थान स्थित है गुरद्वारा दुख निवार गुरद्वारा दुख निवार भी इस खेत्र के स्थित है जी ਕਾਲੀ ਦੇਵੀ ਦਾ ਮੰਦਿਰ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਸੋ ਇਹ ਵੀ ਇਥੇ ਹੈ ਜੀ ਕਾਲੀ ਦੇਵੀ ਦਾ ਮੰਦਿਰ ਓਕੇ ਕਿਲਾ ਮੁਬਾਰਕ ਇਹ ਵੀ ਪਟਿਆਲੇ ਦੇ ਵਿੱਚ ਸਥਿਤ ਹੈ ਜੀ ਸ਼ੀਸ਼ ਮਹਿਲ ਜਿਹੜਾ ਹੈ ਇਹ ਵੀ ਪਟਿਆਲੇ ਦੇ ਵਿੱਚ ਹੀ ਸਥਿਤ ਹੈ ਇਸ ਤੋਂ ਇਲਾਵਾ ਜਿਹੜਾ ਪਟਿਆਲਾ ਹੈ ਇਹ ਪੈਪਸੂ ਦਾ ਵੀ ਹੈੱਡ ਕੁਆਟਰ ਹੈਗਾ ਓਕੇ ਪੈਪਸੂ ਦਾ ਵੀ ਹੈੱਡ ਕੁਆਟਰ ਹੈਗਾ ਪੰਜਾਬ ਰੋਡਵੇ ਦਾ ਵੀ ਜਿਹੜਾ ਹੈ ਹੈਡਕੁਆਟਰ ਹੈ ਪੈਪਸੋ ਪੀਆਰਟੀਸੀ ਬੱਸ ਜਿਹੜਾ ਹੈ ਪੰਜਾਬ ਰੋਡ ਵੀ ਨਹੀਂ ਸੋਰੀ ਪੀਆਰਟੀਸੀ ਦਾ ਜਿਹੜਾ ਹੈ ਹੈਡਕੁਆਟਰ ਹੈਗਾ ਇਸ ਨੂੰ ਰਾਇਲ ਸਿਟੀ ਵੀ ਕਿਹਾ ਜਾਂਦਾ ਹੈਗਾ ਕਿਉਂਕਿ ਰਾਜਾਂ ਦੇ ਨਾਲ ਸੰਬੰਧਤ ਹੈ ਤਾਂ ਇਸ ਕਰਕੇ ਇਸ ਨੂੰ ਰਾਇਲ ਸਿਟੀ ਵੀ ਕਿਹਾ ਜਾਂਦਾ ਹੈ ਇਸ ਤੋਂ ਇਲਾਵਾ ਬਿਊਟੀਫੁੱਲ ਸਿਟੀ ਵੀ ਕਿਹਾ ਜਾਂਦਾ ਹੈ ਬਿਊਟੀਫੁੱਲ ਸਿਟੀ ਵੀ ਕਿਹਾ ਜਾਂਦਾ ਹੈ ਇਸ ਨੂੰ ਓਕੇ ਪਟਿਆਲਾ ਨੂੰ ਪੰਜਾਬ ਦੇ ਪਟਿਆਲਾ ਸ਼ਹਿਰ ਦੇ ਵਿੱਚ ਹੀ ਥਾਪਰ ਯੂਨੀਵਰਸਿਟੀ ਜਿਹੜੀ ਹੈ ਉਹ ਮੌਜੂਦ ਹੈ ਜੀ ਥਾਪਰ ਯੂਨੀਵਰਸਿਟੀ ਇਸ ਤੋਂ ਇਲਾਵਾ ਪੰਜਾਬ ਸਪੋਰਟਸ ਯੂਨੀਵਰਸਿਟੀ ਪੰਜਾਬ ਸਪੋਰਟਸ ਯੂਨੀਵਰਸਿਟੀ ਐਬੀ ਪਟਿਆਲਾ ਦੇ ਵਿੱਚ ਹੈ ਮਹਿੰਦਰਾ ਕਾਲਜ ਜਿਹੜਾ ਹੈ ਇਹ ਵੀ ਪਟਿਆਲਾ ਦੇ ਵਿੱਚ ਸਥਿਤ ਹੈਗਾ ਪੰਜਾਬੀ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਇਹ ਵੀ ਪਟਿਆਲੇ ਦੇ ਵਿੱਚ ਸਥਿਤ ਹੈ ਜਿਹੜੀ ਕਿ 30 April 1962 ਨੂੰ ਬਣੀ ਸੀਗੀ ਸੋ ਇਹ ਵੀ ਇਸੇ ਸਥਾਨ ਦੇ ਵਿੱਚ ਸਥਿਤ ਹੈ ਇਸ ਤੋਂ ਇਲਾਵਾ ਰਾਜੀਵ ਗਾਂਧੀ ਰਾਜੀਵ ਗਾਂਧੀ ਨੈਸ਼ਨਲ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾ ਇਹ ਵੀ ਪਟਿਆਲੇ ਦੇ ਵਿੱਚ ਹਿੱਸਤ ਹੈ ਓਕੇ ਨੈਕਸਟ ਹੈ ਜੀ ਅਗਲਾ ਸ਼ਹਿਰ ਆਪਣੇ ਕੋਲੇ ਬਠਿੰਡਾ ਆ ਸਾਰਾ ਪੈਂਦਾ ਹੈ ਜੀ ਬਠਿੰਡਾ ਓਕੇ ਬਠਿੰਡਾ ਮੋਗਾ ਨੂੰ ਫਰੀਦਕੋਟ ਨੂੰ ਮਕਸਰ ਨੂੰ ਬਰਨਾਲੇ ਨੂੰ ਤੇ ਮਾਨਸਾ ਨੂੰ ਟੱਚ ਕਰਦਾ ਹੈਗਾ ਬਠਿੰਡਾ ਓਕੇ ਸੋ ਬਠਿੰਡੇ ਦਾ ਸਭ ਤੋਂ ਪੁਰਾਣਾ ਨਾਮ ਹੈ ਜੀ ਵਿਕਰਮਗੜ੍ਹ ਇਹ ਸਭ ਤੋਂ ਪੁਰਾਣਾ ਨਾਮ ਹੈ ਜੀ ਇਸ ਤੋਂ ਬਾਅਦ ਜਿਹੜਾ ਹੈ ਇਸ ਦਾ ਨਾਮ ਤਾਬਰੇ ਹਿੰਦ ਵੀ ਰੱਖਿਆ ਗਿਆ ਸੀਗਾ ਕਾਫੀ ਸਮੇਂ ਤੱਕ ਤਾਬਰ ਏ ਹਿੰਦ ਇਹ ਵੀ ਕਿਹਾ ਗਿਆ ਸੀ ਜੀ ਇਹਦਾ ਭਾਵ ਸੀਗਾ ਜੀ ਗੇਟਵੇ ਟੂ ਇੰਡੀਆ ਇਸ راستੀ ਰਾਹੀਂ ਬਾਅਦ ਦੇ ਵਿੱਚ ਭਾਰਤ ਦੇ ਵਿੱਚ ਐਂਟਰ ਹੁੰਦੇ ਸੀਗੇ ਜਿੰਨੇ ਵੀ ਹਮਲਾਵਾਰ ਸੀਗੇ ਓਕੇ ਇਸ ਖੇਤਰ ਦੇ ਵਿੱਚ ਮਹਿਮੂਦ ਗਜ਼ਨਵੀ ਮੁਹੰਮਦ ਗੋਰੀ ਇਹਨਾਂ ਨੇ ਵੀ ਹਮਲਾ ਕਰਕੇ ਇਸ ਨੂੰ ਆਪਣੇ ਅਧੀਨ ਕੀਤਾ ਸੀ 14ਵੀਂ ਸਦੀ ਦੇ ਦੌਰਾਨ ਇੱਥੇ ਪੱਟੀ ਤੇ ਪਨੋਟ ਨਾਮ ਦੋ ਸ਼ਾਸਕਾਂ ਨੇ ਜਿਹੜਾ ਹੈਗਾਗਾ ਆਪਣਾ ਸ਼ਾਸਨ ਸ਼ੁਰੂ ਕੀਤਾ ਪੱਟੀ ਐਂਡ ਪਨੋਟ ਓਕੇ ਇਹਦੇ ਦੇ ਧਾਰ ਦੇ ਉੱਪਰ ਪਰਟੀ ਦੇ ਧਾਰ ਦੇ ਉੱਪਰ ਇਹਦਾ ਨਾਮ ਪੈ ਗਿਆ ਸੀਗਾ ਟਿੰਡਾ ਫਿਰ ਇਹਦਾ ਹੌਲੀ ਹੌਲੀ ਵਿਗੜ-ਵਿਗ ਕੇ ਨਾਮ ਅੰਗਰੇਜ਼ਾਂ ਤੋਂ ਬਾਅਦ ਬਠਿੰਡਾ ਪੈ ਗਿਆ ਸੀਗਾ ਓਕੇ ਬਠਿੰਡਾ ਕਿਸ ਲਈ ਮਸ਼ਹੂਰ ਹੈ ਜੀ ਬਠਿੰਡੇ ਦੇ ਵਿੱਚ ਇੱਕ ਤਾਂ ਕਿਲਾ ਮੁਬਾਰਕ ਜਿਹੜਾ ਹੈ ਸਭ ਤੋਂ ਚਰਚਿਤ ਹੈ ਜੀ ਕਿਲਾ ਮੁਬਾਰਕ ਚਰਚਿਤ ਕਿਉਂ ਹੈ ਜੀ ਕਿਉਂਕਿ ਇਸ ਸਥਾਨ ਵਿਖੇ ਸਾਡੇ ਭਾਰਤ ਦੀ ਪਹਿਲੀ ਅਤੇ ਆਖਰੀ ਮੁਗਲ ਸ਼ਾਸਕਾ ਇਸਤਰੀ ਜਿਹਦਾ ਨਾਮ ਹੈ ਰਜ਼ੀਆ ਸੁਲਤਾਨਾ ਉਹ ਇਸ ਕਿਲੇ ਦੇ ਵਿੱਚ ਕੈਦ ਕਰਕੇ ਰੱਖੀ ਗਈ ਸੀ ਅਲਤੋਨੀਆ ਦੇ ਦੁਆਰਾ ओके ਸੋ ਇਹ ਸਥਾਨ ਦੇ ਵਿੱਚ ਆਉਂਦੀ ਹੈ ਜੀ ਇਸ ਕਰਕੇ ਕਿਲਾ ਮਵਾਰਕ ਕਾਫੀ ਜ਼ਿਆਦਾ ਇੰਪੋਰਟੈਂਟ ਹੈ ਇਸ ਤੋਂ ਇਲਾਵਾ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਵੀ ਸੰਬੰਧਿਤ ਹੈ ਜੀ ਕਿਲਾ ਮਵਾਰਕ ਠੀਕ ਹੈ ਸੋ ਇਹ ਵੀ ਯਾਦ ਰੱਖਣਾ ਹੈ ਬਠਿੰਡੇ ਦੇ ਵਿੱਚ ਇੱਕ ਹਾਕੀ ਸਟੇਡੀਅਮ ਵੀ ਹੈ ਰਜਿੰਦਰਾ ਕਾਲਜ ਹੈ ओके ਹਾਕੀ ਸਟੇਡੀਅਮ ਹੈ ਜੀ ਬਠਿੰਡਾ ਦੇ ਵਿੱਚ ਅਤੇ ਸਿਟੀ ਆਫ ਲਿਕਸ ਸਿਟੀ ਆਫ ਲਿਕਸ ਝੀਲਾਂ ਦਾ ਸ਼ਹਿਰ ਵੀ ਜਿਹੜਾ ਹੈਗਾ ਉਹ ਬਠਿੰਡੇ ਨੂੰ ਹੀ ਕਿਹਾ ਜਾਂਦਾ ਹੈਗਾ ओके ਇਸ ਤੋਂ ਇਲਾਵਾ ਗੁਰੂ ਨਾਨਕ ਥਰਮਲ ਪਲਾਂਟ ਜਿਹੜਾ ਹੈ ਗੁਰੂ ਨਾਨਕ ਥਰਮਲ ਪਲਾਂਟ ਇਹ ਵੀ ਬਠਿੰਡੇ ਦੇ ਵਿੱਚ ਸਤਾ ਅੱਜ ਕੱਲ ਇਹ ਬੰਦ ਹੈ ਵੈਸੇ ਨਹੀਂ ਹੈ ਚੱਲਦਾ ਠੀਕ ਹੈ ਯੂਨੀਵਰਸਟੀਆਂ ਦੋ ਯੂਨੀਵਰਸਟੀਆਂ ਨੇ ਜੋ ਬਠਿੰਡੇ ਦੀਆਂ ਜ਼ਿਆਦਾ ਪੁੱਛੀਆਂ ਜਾਂਦੀਆਂ ਨੇ ਇੱਕ ਦਾ ਨਾਮ ਹੈ ਜੀ ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡੇ ਦੇ ਵਿੱਚ ਹੀ ਹੈ ਇਹ ਬਣੀਆ 2015 ਦੇ ਵਿੱਚ ਇਹ ਵੀ ਬਠਿੰਡੇ ਦੇ ਵਿੱਚ ਪੈਂਦੀ ਹੈ ਠੀਕ ਹੈ ਜੀ ਸੈਂਟਰਲ ਯੂਨੀਵਰਸਿਟੀ ਬਹੁਤ ਜ਼ਿਆਦਾ ਆਉਂਦੀ ਹੈ ਪੇਪਰ ਦੇ ਵਿੱਚ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਇਹ ਬਣੀਆ 2009 ਦੇ ਵਿੱਚ ਇਹ ਵੀ ਬਠਿੰਡੇ ਦੇ ਵਿੱਚ ਹੀ ਹੈ ਬਠਿੰਡਾ ਦੇ ਵਿੱਚ ਇਕੱਲੇ ਪੰਜਾਬ ਦੇ ਵਿੱਚੋਂ ਇਕੱਲੇ ਬਠਿੰਡਾ ਦੇ ਵਿੱਚ ਹੀ ਏਮਜ਼ ਹਸਪੀਟਲ ਜਿਹੜਾ ਹੈ ਉਸਤਿਤ ਹੈਗਾਗਾ ओके ਇਸ ਤੋਂ ਇਲਾਵਾ ਫਰਟੀਲਾਈਜ਼ਰ ਦੇ ਲਈ ਜਿਹੜਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਜੀ ਖਾਦਾਂ ਦੇ ਲਈ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਉਹ ਬਠਿੰਡਾ ਹੀ ਹੈਗਾਗਾ ਕਿਉਂਕਿ ਇੱਥੇ ਐਨ ਐਫ ਐਲ ਨਾਮ ਦੀ ਜਿਹੜੀ ਕੰਪਨੀ ਹੈ ਨੈਸ਼ਨਲ ਫਰਟੀਲਾਈਜ਼ਰ ਲਿਮਟਿਡ ਕੰਪਨੀ ਜਿਹੜੀ ਹੈ ਉਹ ਬਠਿੰਡੇ ਦੇ ਵਿੱਚ ਹੈ ਤੇ ਇੱਕ ਨੰਗਲ ਦੇ ਵਿੱਚ ਹੈ ਇਸ ਲਈ ਦੋ ਖੇਤਰ ਪ੍ਰਸਿੱਧ ਨੇ ਜੀ ਜਿਹੜਾ ਹੈ ਖਾਦਾ ਬਣਾਉਣ ਦੇ ਲਈ ਠੀਕ ਹੈ ਇਸ ਤੋਂ ਇਲਾਵਾ ਅੰਬੂਜਾ ਸਿਮਿੰਟ ਅੰਬੂਜਾ ਸਿਮਿੰਟ ਇਸ ਤੋਂ ਇਲਾਵਾ ਅਲਟਰਾ ਟੈਕਸਮੈਂਟ ਅਲਟਰਾ ਟੈਕਸਮੈਂਟ ਇਹ ਵੀ ਜਿਹੜੇ ਹੈ ਬਠਿੰਡੇ ਦੇ ਵਿੱਚ ਹੀ ਬੰਦੇ ਹੈਗੇ ਅੱਗੇ ਓਕੇ ਇੱਕ ਥਰਮਲ ਪਲੈਂਟ ਹੋਰ ਹੈ ਜੀ ਜਿਸ ਦਾ ਨਾਮ ਹੈ ਗੁਰੂ ਹਰਗੋਬਿੰਦ ਗੁਰੂ ਹਰਗੋਬਿੰਦ ਓਕੇ ਹਰਗੋਬਿੰਦ ਥਰਮਲ ਪਲੈਂਟ ਤੇ ਇਸ ਤਰ੍ਹਾਂ ਹੈ ਜੀ ਲਹਿਰਾ ਗਾਗਾ ਵਿਖੇ ਬਠਿੰਡਾ ਡਿਸਟ੍ਰਿਕਟ ਦੇ ਵਿੱਚ ਹੀ ਪੈਜਦਾ ਰੰਪਰੇ ਕੋਲ ਦੋਸਤਾਂ ਨੂੰ ਵਿਕਸਿਤ ਕਰਦਾ ਹੈ ਲੇਰਾ ਮੁਹੱਬਤ ਸੌਰੀ ਓਕੇ ਲੇਰਾ ਮੁਹੱਬਤ ਇਹ ਬਠਿੰਡੇ ਦੇ ਵਿੱਚ ਪੈਂਦਾ ਹੈ ਔਰ ਇਸ ਤੋਂ ਇਲਾਵਾ ਅਕਾਲ ਯੂਨੀਵਰਸਿਟੀ ਆਦੇਸ਼ ਯੂਨੀਵਰਸਿਟੀ ਬਠਿੰਡੇ ਦੇ ਵਿੱਚ ਹੀ ਹੈਗੀ ਹੈਗੀ ਓਕੇ ਆਦੇਸ਼ ਯੂਨੀਵਰਸਿਟੀ ਮੈਡੀਕਲ ਦੇ ਨਾਲ ਸੰਬੰਧਤ ਇਹ ਵੀ ਬਠਿੰਡੇ ਦੇ ਵਿੱਚ ਹੀ ਸਥਿਤ ਹੈਗੀ ਹੈ ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਵਿੱਚ ਹੈ ਅਕਾਲ ਯੂਨੀਵਰਸਿਟੀ ਅਤੇ ਇਸ ਤੋਂ ਇਲਾਵਾ ਗੁਰੂ ਕਾਸ਼ੀ ਯੂਨੀਵਰਸਿਟੀ ਗੁਰੂ ਕਾਸ਼ੀ ਯੂਨੀਵਰਸਿਟੀ ਇਹ ਬਠਿੰਡਾ ਦੇ ਵਿੱਚ ਹੀ ਪੈਂਦੇ ਹੈਗੇ ਨੇ ਆ ਦੋ ਅਕਾਲ ਯੂਨੀਵਰਸਿਟੀ ਤੇ ਗੁਰੂ ਕਾਸ਼ੀ ਯੂਨੀਵਰਸਿਟੀ ਜਿਹੜੀ ਤਲਵੰਡੀ ਚ ਪੈਂਦੀ ਹੈ ਬਟ ਜ਼ਿਲ੍ਹੇ ਦੀ ਗੱਲ ਕਰਗੇ ਤਾਂ ਬਠਿੰਡਾ ਪੈ ਜਾਂਦਾ ਹੈ ਓਕੇ ਨੈਕਸਟ ਹੈ ਜੀ ਅਗਲੀ ਡਿਸਟ੍ਰਿਕਟ ਆਪਣੇ ਕੋਲੇ ਪਠਾਨਕੋਟ ਪਠਾਨਕੋਟ ਤਾਂ ਪਠਾਨਕੋਟ ਜਿਹੜਾ ਹੈ ਜੀ ਸਾਡਾ 22ਵਾਂ ਜ਼ਿਲ੍ਹਾ ਹੈ ਪੰਜਾਬ ਦਾ ओके ਜਿਹੜਾ ਕਿ 27 ਜੁਲਾਈ 2011 ਨੂੰ ਬਣਿਆ ਸੀਗਾ ਇਸੇ ਦਿਨ ਹੀ ਫਾਜ਼ਿਲਕਾ ਬਣਿਆ ਸੀਗਾ ਠੀਕ ਹੈ ਸੋ ਇੱਕੋ ਹੀ ਹੈ ਇੱਕੋ ਸਥਾਨ ਉੱਪਰ ਬਣਦੇ ਹੈਗੇ ਨਗੇ ਫਾਜ਼ਿਲਕਾ ਵੀ ਠੀਕ ਹੈ ਜੀ ਅਹ ਜੀ ਫਾਜ਼ਿਲਕਾ ਪਠਾਨਕੋਟ ਦਾ ਸਭ ਤੋਂ ਇੰਪੋਰਟੈਂਟ ਕੁਐਸਚਨ ਹੈ ਜੀ ਕਿ ਸਭ ਤੋਂ ਛੋਟਾ ਜ਼ਿਲ੍ਹਾ ਪੰਜਾਬ ਦਾ ਸਭ ਤੋਂ ਛੋਟਾ ਜ਼ਿਲ੍ਹਾ ਪੰਜਾਬ ਦਾ ਏਰੀਆ ਦੇ ਅਕੋਰਡਿੰਗ ਕਿਹੜਾ ਹੈ ਜੀ ਪਠਾਨਕੋਟ ਹੈ ਜੀ ਓਕੇ ਸਭ ਤੋਂ ਛੋਟਾ ਹੈ ਸਭ ਤੋਂ ਵੱਡਾ ਹੈ ਜੀ ਲੁਧਿਆਣਾ ਪੱਲੈਸਤਾਨ ਦੇ ਉੱਪਰ ਹੈ ਇਹ ਪਠਾਨਕੋਟ ਲਾਸਟ ਦੇ ਵਿੱਚ ਆਉਂਦਾ ਹੈਗਾ ਪਠਾਨਕੋਟ ਇਸ ਤੋਂ ਇਲਾਵਾ ਪਠਾਨਕੋਟ ਪਠਾਨਕੋਟ ਵੈਲੀ ਦੇ ਲਈ ਮਸ਼ਹੂਰ ਹੈ ਜੀ ਖਾਈ ਦੇ ਲਈ ਮਸ਼ਹੂਰ ਹੈਗਾ ਰਣਜੀਤ ਸਾਗਰ ਡੈਮ ਜਿਹੜਾ ਹੈ ਰਣਜੀਤ ਸਾਗਰ ਡੈਮ ਇਹ ਵੀ ਜਿਹੜਾ ਹੈ ਪਠਾਨਕੋਟ ਦੇ ਵਿੱਚ ਸਥਿਤ ਹੈ ਜੀ ओके 베즈나드 ਦਾ ਮੰਤਰ 베즈나드 ਦਾ ਮੰਦਰ ਇਹ ਵੀ ਪਠਾਨਕੋਟ ਦੇ ਵਿੱਚ ਸਥਿਤ ਹੈ ਜੀ ਲਾਸਟ ਹੈ ਜੀ ਪਠਾਨਕੋਟ ਦੇ ਵਿੱਚ ਪਠਾਨਕੋਟ ਸਕਾਈਲਾਈਨ ਸਕਾਈਲਾਈਨ ਇਹਦੇ ਲਈ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਜੀ ਇਹ ਪਠਾਨਕੋਟ ओके ਹਲਵਾਰਾ ਨਾਮ ਇਸ ਥਾਨ ਵੀ ਜਿਹੜਾ ਪਠਾਨਕੋਟ ਦੇ ਵਿੱਚ ਹੀ ਪੈਂਦਾ ਹੈ ਜਿੱਥੇ ਪਿੱਛੇ ਜੇ ਆਪਾਂ ਦੇਖਿਆ ਸੀਗਾ ਕਿ ਹਨਾ ਸੋ ਸਿੱਖ ਵੀਰਾਂ ਦੇ ਨਾਲ ਜੋ ਘਟਨਾ ਵਾਪਰੀ ਸੀ ਉਸ ਸਥਾਨ ਦੇ ਵਿੱਚ ਹੀ ਆ ਜਾਂਦਾ ਹੈ ਨੈਕਸਟ ਹੈ ਜੀ ਅਗਲੇ ਡਿਸਟ੍ਰਿਕਟ ਆਪਣੇ ਕੋਲੇ ਫਾਜ਼ਿਲਕਾ ਇਹ ਥੋੜਾ ਜਿਹਾ ਚੇਂਜ ਹੋ ਗਿਆ ਹੈ ਹਾਂਜੀ ਫਾਜ਼ਿਲਕਾ ਫਾਜ਼ਿਲਕਾ ਜਿਹੜੀ ਹੈ ਪਾਕਿਸਤਾਨ ਦੇ ਨਾਲ ਲੱਗਦੀ ਹੈ ਜੀ ਇੱਕ ਸਾਈਡ ਤੇ ਇਸ ਦੀ ਓਕੇ ਇਸ ਤੋਂ ਲਾ ਬਾ Rajasthan ਨੂੰ ਟੱਚ ਕਰਦਾ ਹੈ ਜੀ ਫਾਜ਼ਿਲਕਾ ਰਾਜਸਥਾਨ ਨੂੰ ਥਾਰ ਮਾਰੂਥਲ ਦੇ ਨਾਮ ਲੱਗਦਾ ਖੇਤਰਾ ਮਾਰੂਥਲ ਖੇਤਰਾ ਸਾਰਾ ਫੋਜਪੁਰ ਦੇ ਵਿੱਚੋਂ ਨਿਕਲਿਆ ਹੈਗਾ ਫਰੀਦਕੋਟ ਤੇ ਮੁਕਸਰ ਇਸ ਨੂੰ ਟੱਚ ਕਰਦੇ ਹੈਗੇ ਨੇ ਕਿ ਇਹ ਪੰਜਾਬ ਦਾ 21ਵਾਂ ਜ਼ਿਲ੍ਹਾ ਸੀਗਾ ਇਹ ਪੰਜਾਬ ਦਾ 21ਵਾਂ ਜ਼ਿਲ੍ਹਾ ਸੀਗਾ ਜੀ ਜਿਹੜਾ ਕਿ 27 ਜੁਲਾਈ ਨੂੰ ਹੀ ਬਣਿਆ ਸੀਗਾ ਜੀ 27 ਜੁਲਾਈ 2011 ਨੂੰ ਜਿਸ ਦਿਨ ਪਠਾਨਕੋਟ ਬਣਿਆ ਸੀ ਉਸੇ ਦਿਨ ਹੀ ਇਹ ਬਲਾ ਸ਼ਹਿਰ ਬਣਿਆ ਸੀਗਾ ਇਸ ਸ਼ਹਿਰ ਦਾ ਜਿਹੜਾ ਸੰਸਥਾਪਕ ਹੈ ਜੀ ਇਸ ਸ਼ਹਿਰ ਦਾ ਸੰਸਤਾਪਕ ਹੈ ਜੀ ਬੰਗਲਾ ਉਹਦੇ ਦੁਆਰਾ ਫਾਜ਼ਿਲਕਾ ਸ਼ਹਿਰ ਨੂੰ ਵਸਾਇਆ ਗਿਆ ਸੀਗਾ ਤੇ ਪਾਕਿਸਤਾਨ ਦੇ ਨਾਲ ਇਹਦੀ 10 ਕਿਲੋਮੀਟਰ ਦੀ ਜਿਹੜੀ ਹੈ ਅੰਤਰਰਾਸ਼ਟਰੀ ਬਾਉਂਡਰੀ ਹੈ ਪਾਕਿਸਤਾਨ ਦੇ ਨਾਲ 10 ਕਿਲੋਮੀਟਰ ਦੀ ਯਾਦ ਰੱਖਿਓ ਓਕੇ ਆ ਫਾਜ਼ਿਲਕਾ ਜਿਹੜਾ ਮਸ਼ਹੂਰ ਹੈ ਜੀ ਇੱਕ ਪਾਦੀ ਪੱਟੀ ਦੇ ਲਈ ਮਸ਼ਹੂਰ ਹੈ ਕਿਉਂਕਿ ਕਪਾਦੀ ਪੱਟੀ ਕਿਹਾ ਜਾਂਦਾ ਹੈ ਇਸ ਨੂੰ ਇਸ ਤੋਂ ਇਲਾਵਾ ਖੱਟੇ ਫਲਾਂ ਲਈ ਖਾਸ ਤੌਰ ਦੇ ਵਿੱਚ ਕਿੰਨੂ ਦੇ ਲਈ ਜਿਹੜਾ ਹੈਗਾ ਫਾਜ਼ਿਲਕਾ ਮਸ਼ਹੂਰ ਹੈ ਕਿੰਨੂ ਦੇ ਲਈ ਓਕੇ ਸਭ ਤੋਂ ਵੱਧ ਕਪਾਹ ਦਾ ਉਤਪਾਦਨ ਬਠਿੰਡੇ ਦੇ ਵਿੱਚ ਹੁੰਦਾ ਹੈ ਕਪਾਹ ਦੀ ਪੱਟੀ ਫਾਜ਼ਲਕਾ ਦੇ ਵਿੱਚ ਹੈਗੀਆ ਅਤੇ ਚਿੱਟੇ ਸੋਨੇ ਦੀ ਧਰਤੀ ਜਿਹੜਾ ਹੈ ਉਹ ਮਾਨਸਨ ਕਹਿੰਦੇ ਤਿੰਨੋਂ ਕੁਐਸਚਨ ਕਪਾਹ ਦੇ ਨਾਲ ਸੰਬੰਧਤ ਨੇਗੇ ਓਕੇ ਅਗਲਾ ਤੇ ਲਾਸਟ ਸਾਡਾ ਜ਼ਿਲ੍ਹਾ ਜੀ ਲਾਸਟ ਜ਼ਿਲ੍ਹਾ ਹੈ ਜੀ ਸਾਡਾ ਮਲੇਰਕੋਟਲਾ ਆ ਵਾਲੇ ਖੇਤਰ ਚ ਪੈ ਜਾਂਦਾ ਹੈ ਓਕੇ ਸੋ ਮਲੇਰਕੋਟਲਾ ਜਿਹੜਾ ਹੈ ਜੀ ਮੁਸਲਮਾਨਾਂ ਦੀ ਬਹੁ ਗਿਣਤੀ ਵਾਲਾ ਜ਼ਿਲ੍ਹਾ ਹੈ ਸਾਡੇ ਪੰਜਾਬ ਦਾ ਮਲੇਰਕੋਟਲਾ ਪੰਜਾਬ ਦਾ 23ਵਾਂ ਜ਼ਿਲ੍ਹਾ ਹੈ ਜੋ ਕਿ ਲਾਸਟ ਹੀ ਐਡਿਟ ਹੋਇਆ ਹੈਗਾ ਇਸ ਦਾ ਜਿਹੜਾ ਸੰਸਤਾਪਕ ਹੈ ਜੀ ਸੰਸਤਾਪਕ ਹੈ ਇਸ ਦੇ ਵਿੱਚ ਡੇਰਾ ਇਸਮਾਇਲ ਖਾਨ ਡੇਰਾ ਇਸਮਾਇਲ ਖਾਨ ਇਹਦੇ ਦੁਆਰਾ ਇਸ ਸ਼ਹਿਰ ਨੂੰ ਵਸਾਇਆ ਗਿਆ ਸੀਗਾ ਮੁਸਲਮ ਸਭ ਤੋਂ ਵੱਧ ਅਧਿਕ ਮਿਲਦੇ ਨੇ ਗਿਆ ਤਿੰਨ ਇਸ ਦੀਆਂ ਸਬ ਡਿਵੀਜ਼ਨਾਂ ਨੇ ਗਿਆ ਸਬ ਡਿਵੀਜ਼ਨਾਂ ਨੇ ਜਿਹਦੇ ਵਿੱਚ ਮਲੇਰ ਕੋਟਲਾ ਮਲੇਰ ਕੋਟਲਾ ਅਹਿਮਦਗੜ ਅਹਿਮਦਗੜ ਅਤਿ ਅਮਰਗੜ ਇਹ ਤਨਸਤੀਆਂ ਜਿਹੜੀਆਂ ਸਬ ਬ੍ਰਾਂਚਸ ਹੋ ਜਾਂਦੀਆਂ ਹੈਗੀਆਂ ਨੇ ਸਬ ਡਿਵੀਜ਼ਨਸ ਹੋ ਜਾਂਦੀਆਂ ਨੇ ਹੈਗੀਆਂ ਇਹ ਹੋ ਗਿਆ ਆਪਣੇ 23 ਦੇ 23 ਜ਼ਿਲ੍ਹੇ ਬਈ ਪੂਰੀ ਡਾਇਰੈਕਸ਼ਨ ਦੇ ਵਿੱਚ ਹੈ ਮਲੇਰਕੋਟਲਾ ਜਿਹੜਾ ਹੈਗਾਗਾ ਇਸ ਸੰਗਰੂਰ ਤੋਂ ਵੱਖ ਕਰਕੇ ਬਣਾਇਆ ਗਿਆ ਹੈਗਾਗਾ ਸੰਗਰੂਰ ਡਿਸਟ੍ਰਿਕਟ ਤੋਂ ਇਰੀਏ ਦੇ ਅਕੋਰਡਿੰਗ ਸਭ ਤੋਂ ਛੋਟਾ ਬੰਦਾ ਪਠਾਨਕੋਟ ਤੋਂ ਵੀ ਛੋਟਾ ਬੰਦਾ ਹੈ ਬਟ ਇਹ ਅਪਡੇਟ ਨਹੀਂ ਹੋਇਆ ਕਿਉਂਕਿ ਹਲੇ ਫਿਲਹਾਲ ਪੁਰਾਣਾ ਡਾਟਾ ਚੱਲਦਾ ਹੈ ਬਟ 2023 ਦੇ ਅਕੋਰਡਿੰਗ ਜੇ ਆਪਾਂ ਗੱਲ ਕਰੀਏ ਤਾਂ ਇਹ ਸਭ ਤੋਂ ਘੱਟ ਵਾਲੇ ਏਰੀਏ ਦੇ ਅਕੋਰਡਿੰਗ ਸਭ ਤੋਂ ਛੋਟਾ ਹੋ ਜਾਂਦਾ ਹੈਗਾ ਪਾਪੂਲੇਸ਼ਨ ਵੀ ਕਾਫੀ ਹੱਦ ਤੱਕ ਸਭ ਤੋਂ ਘੱਟ ਇਸੇ ਖੇਤਰ ਦੇ ਵਿੱਚ ਬਣ ਜਾਣੀ ਹੈਗੀ ਹੈਗੀ ਓਕੇ ਬਟ ਹਾਲੇ ਤੱਕ ਇਹ ਅਪਡੇਟ ਨਹੀਂ ਹੋਇਆ ਮਲੇਰਕੋਟਲਾ ਜਿਹੜਾ ਹੈ ਉਹ ਲੁਧਿਆਣੇ ਦੇ ਨਾਲ ਟੱਚ ਹੁੰਦਾ ਹੈ ਫਤਿਹਗੜ੍ਹ ਸਾਹਿਬ ਪਟਿਆਲਾ ਸੰਗਰੂਰ ਅਤੇ ਬਨਾਲਾ ਇਹਨਾਂ ਦੇ ਨਾਲ ਇਸ ਨੂੰ ਟੱਚ ਕੀਤਾ ਜਾਂਦਾ ਹੈ ਜਾਨੀ ਕਿ ਸ ਜਿਹੜੀਆਂ ਡਿਸਟ੍ਰਿਕਟ ਵਾਈ ਸਾਰਾ ਡਾਟਾ ਉਮੀਦਵਾਰਾਂ ਦਾ ਤੁਹਾਡੇ ਸਾਰਿਆਂ ਲਈ ਕਾਫੀ ਹੈਲਪਰ ਹੋਊਗਾ ক্লাস ਥੋੜੀ ਜੀ ਕਾਫੀ ਵੱਡੀ ਹੋ ਗਈ ਹੈ ਸੋ ਮੈਨੂੰ ਇਹ ਸੀ ਕਿ ਇੱਕੋ ਕਲਾਸ ਦੇ ਵਿੱਚ ਆਪਾਂ ਇਹ ਸਾਰਾ ਕਵਰ ਕਰ ਦੇਈਏ ਓਕੇ ਸੋ ਥੈਂਕ ਯੂ ਸੋਮਾ ਜੀ ਸੋ ਨੈਕਸਟ ਆਪਾਂ ਅਗਲੇ ਸੈਸ਼ਨ ਦੇ ਵਿੱਚ ਗੱਲ ਕਰਾਂਗੇ ਪੰਜਾਬ ਦੇ ਕੁਝ ਪ੍ਰਸਿੱਧ ਸ਼ਹਿਰ ਜਿਨ੍ਹਾਂ ਦੇ ਉਪਨਾਮ ਆਪਾਂ ਜ਼ਿਕਰ ਕਰਾਂਗੇ ਅਤੇ ਇੰਡਸਟਰੀ ਨੂੰ ਲੈ ਕੇ ਕੁਐਸਚਨ ਬਣਾਵਾਂਗੇ ਓਕੇ ਜੀ ਥੈਂਕ ਯੂ ਸੋਮਾ ਜੀ ਸੋ ਨੈਕਸਟ ਮਿਲਦੇ ਹਾਂ ਕੱਲ੍ਹ ਦੁਬਾਰਾ